ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੋਤ ਸਿੰਘ ਬੋਲ ਰਿਹਾ। ਮੇਰੇ ਨਾਲ ਜੁੜੇ ਹੋਏ ਆ ਦਿੱਲੀ ਤੋਂ ਇੱਕ ਬਿਜ਼ਨਸਮੈਨ ਜਿਨ੍ਹਾਂ ਨੇ ਮੈਨੀਟੋਬਾ ਲਈ ਅਪਲਾਈ ਕੀਤਾ ਸੀ ਐਜ਼ ਅ ਐਂਟਰਪ੍ਰੀਨਰ ਵੀਜ਼ਾ ਥਰੂ ਪੀਆਰ ਨਾਮੀਨੇਸ਼ਨ। ਤੇ ਦਿਸ ਇਜ਼ ਅ ਵੈਰੀ ਕਲਾਸਿਕ ਕੇਸ। ਮੈਂ ਚਾਹੁੰਦਾ ਕਿ ਅਸੀਂ ਉਹਨਾਂ ਦੀ ਸਟੋਰੀ, ਉਹਨਾਂ ਦੀ ਜੋ ਕੇਸ ਹਿਸਟਰੀ ਹੈ, ਜੋ ਉਹਨਾਂ ਨਾਲ ਹੋਇਆ, ਜਿਸ ਤਰ੍ਹਾਂ ਹੋਇਆ, ਕਿਉਂ ਅਪਰੂਵ ਹੋਈ ਹੈ, ਬਾਅਦ 'ਚ ਡਿਸਅਪਰੂਵ ਹੋਈ ਹੈ, ਉਹਦੇ ਬਾਰੇ ਆਪਾਂ ਗੌਰ ਕਰੀਏ, ਕਿਉਂਕਿ ਕਈ ਗੱਲਾਂ ਸਾਨੂੰ ਪਤਾ ਲੱਗਣਗੀ ਇਹਦੇ ਬਾਰੇ। ਅਤੇ ਪਲੀਜ਼ ਫੋਕਸ ਕਰੋ ਐਂਡ ਦੇਖੋ ਕਹਾਣੀ, ਅਤੇ ਆਈ ਐਮ ਸ਼ੋਰ ਲੋਟ ਆਫ ਪੀਪਲ ਵਿਲ ਬੈਨੀਫਿਟ ਬਾਏ ਦਿਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਆਵਾਜ਼ ਆ? ਹਾਂਜੀ ਸਰ, ਸਾਨੂੰ ਕਲੀਅਰ ਨਹੀਂ ਹੈ। ਯਾ, ਆਈ ਕੈਨ ਹੀਅਰ ਯੂ ਵੈਰੀ ਵੈਰੀ ਕਲੀਅਰਲੀ। ਸੋ ਮੈਨੂੰ ਤੁਹਾਡੇ ਕੇਸ ਦੇ ਬਾਰੇ ਪਤਾ ਲੱਗਿਆ ਕਿ ਤੁਸੀਂ ਅਪਲਾਈ ਕੀਤਾ ਸੀ ਮੈਨੀਟੋਬਾ, ਅਤੇ ਉਹਦੇ ਬਾਅਦ ਫਿਰ ਨੋਮੀਨੇਸ਼ਨ ਲਈ ਤੁਸੀਂ ਇੱਥੇ ਆਏ ਵੀ, ਮੈਨੀਟੋਬਾ ਆਏ ਇੱਕ ਵਾਰ, ਦੋ ਵਾਰ ਜਾਂ ਵਟ ਐਵਰ, ਐਂਡ ਉਹਦੇ ਬਾਅਦ ਤੁਸੀਂ ਫਿਰ ਵਰਕ ਪਰਮਿਟ ਵੀ ਫਾਈਲ ਕੀਤਾ ਹੈ ਉੱਥੋਂ, ਦਿੱਲੀ ਤੋਂ ਵਰਕ ਪਰਮਿਟ, ਲੇਕਿਨ ਉਹਨਾਂ ਨੇ ਰਿਫਿਊਜ਼ ਕਰਤਾ। ਤੁਹਾਡੇ ਕਾਫੀ ਪੈਸੇ ਵੀ ਖਰਚ ਹੋ ਚੁੱਕੇ ਹੈ, ਸੋ ਕੁੱਲ ਮਿਲਾ ਕੇ ਜਿਸ ਤਰ੍ਹਾਂ ਹੁਣ ਰਾਈਟ ਨਾਓ ਆਈ ਥਿੰਕ ਯੂ ਆਰ ਡਿਸਅਪੋਇੰਟਡ। ਮੈਨੂੰ ਜਰਾ ਸ਼ੁਰੂ ਤੋਂ ਦੱਸੋਗੇ ਜਰਾ, ਕੈਨ ਯੂ ਸਟਾਰਟ ਯੋਰ ਜਰਨੀ, ਕਿ ਵੀ ਤੁਸੀਂ ਸਭ ਤੋਂ ਪਹਿਲੀ ਵਾਰ, ਇੱਕ ਸਾਲ, ਦੋ ਸਾਲ, ਪੰਜ ਸਾਲ ਪਹਿਲਾਂ, ਕਿੰਨੇ ਸਾਲ ਪਹਿਲਾਂ ਇਹ ਸਾਰਾ ਸ਼ੁਰੂ ਕੀਤਾ ਹੈ, ਵਟ ਵਾਸ ਦ ਜਰਨੀ, ਕੀ ਕੀਤਾ ਤੁਸੀਂ, ਉੱਥੋਂ ਸ਼ੁਰੂ ਕਰੋ। Actually, in 2017, I had a magic trip. ਅਸੀਂ ਲੰਡਨ ਗਿਆ, ਉੱਥੇ ਦੇਖ ਤੋਂ ਬਾਅਦ ਬੜਾ ਮੈਂ ਇੰਪ੍ਰੈਸ ਹੋਇਆ। ਮੈਂ ਕਿਹਾ ਕਿ ਇਹ ਅੱਛੇ ਨੇ, ਅਤੇ ਆਈ ਸ਼ੁੱਡ, ਮੈਂ ਆਪਣੇ ਆਪਣੇ ਬਿਜ਼ਨਸ ਨੂੰ ਜਾਂ ਆਪਣੇ ਕਿਤੇ ਐਕਸਪੈਂਡ ਕਰਨਾ ਕੰਟਰੀ 'ਚ ਕਿਸੇ 'ਚ ਕਰ ਸਕਾਂ, ਤਾਂ ਬਹੁਤ ਅੱਛੀ ਗੱਲ ਹੈ। ਆਈ ਵੈਂਟ ਟੂ ਯੂਰੋਪ ਐਂਡ ਉੱਥੋਂ ਮੈਂ ਥੋੜ੍ਹਾ ਜਿਹਾ, ਮੈਨੂੰ ਲੱਗਾ ਕਿ ਵੀ ਮੈਂ ਕਿਤੇ, ਅਤੇ ਆ ਕੇ ਮੈਂ ਜਾਂ ਘਰ ਡਿਸਕਸ ਕੀਤਾ, ਅਤੇ ਵੀ ਹੈਡ ਏ ਪਲੈਨ ਕਿ ਵੀ ਕੈਨੇਡਾ ਇਜ਼ ਦ ਬੈਸਟ ਆਪਸ਼ਨ ਅਮੰਗ ਆਲ ਦੀਸ। ਯੂਰੋਪੋ ਕਿਹਾ ਤਾਂ ਮੈਂ ਕੈਨੇਡਾ ਬਹੁਤ ਅੱਛਾ, ਮੈਂ ਕਿਹਾ ਵੀ ਬਹੁਤ ਅੱਛਾ ਆਪਸ਼ਨ ਨੇ, ਇਹਨਾਂ ਦੀ ਇਮੀਗ੍ਰੇਸ਼ਨ ਪੋਲਿਸੀ ਵੀ ਬੜੀ ਸੌਫਟ ਹੈਗੀ ਹੈ, ਅਤੇ ਵੀ ਸ਼ੁੱਡ ਟਰਾਈ ਫੋਰ ਇਟ। ਔਰ ਮੈਂ ਇੱਕ ਮੈਂ ਤੁਹਾਨੂੰ ਪਲੀਜ਼, ਅਗਰ ਤੁਸੀਂ, ਅਗਰ ਇਫ ਯੂ ਡੋਨਟ ਮਾਈਂਡ, ਸਮਟਾਈਮਸ ਆਈ ਵਿਲ ਸਟਾਪ ਯੂ, ਇੰਟਰਪਟ ਯੂ, ਕਿ ਤੁਹਾਨੂੰ, ਕਿਉਂਕਿ ਮੈਨੂੰ ਕਈ ਤੁਹਾਡੇ ਜਵਾਬਾਂ ਵਿੱਚ ਕੋਈ ਨਾ ਕੋਈ ਸਵਾਲ ਨਿਕਲ ਕੇ ਆਏਗਾ, ਦੈਨ ਵੀ ਵਿਲ ਡੂ। ਲੇਕਿਨ ਤੁਸੀਂ ਦੇਖਿਆ ਇੰਗਲੈਂਡ ਹੈ, ਲੇਕਿਨ ਇੰਗਲੈਂਡ ਨੂੰ ਦੇਖ ਕੇ ਤੁਸੀਂ ਇੰਗਲੈਂਡ ਨਹੀਂ ਚੂਜ਼ ਕੀਤਾ ਕਿ ਇੰਗਲੈਂਡ ਇਜ਼ ਅ ਗੁੱਡ ਕੰਟਰੀ ਟੂ ਲਿਵ? ਨਾਟ ਕੰਪੈਰੇਟਿਵਲੀ। ਮੈਨੂੰ, ਆਈ ਹੈਡ ਫਿਊ ਆਫ ਮਾਈ ਨੋਨ ਪੀਪਲ ਇਨ ਕੈਨੇਡਾ, ਜਿਹੜੇ ਕੈਨੇਡਾ 'ਚ ਹੈਗੇ ਸੀ, ਉਹਨਾਂ ਨੇ ਮੈਨੂੰ ਇਹੀ ਦੱਸਿਆ ਕਿ ਜੋ ਕੈਨੇਡਾ ਵਿੱਚ, ਜੋ ਤੁਹਾਨੂੰ, ਮੈਂ ਜਦਕਿ ਕੈਨੇਡਾ ਆਇਆ ਨਹੀਂ ਸੀ, ਔਰ ਜੋ ਮੈਂ ਸਟੱਡੀ ਕੀਤੀ ਕੈਨੇਡਾ ਬਾਰੇ, ਉਹ ਮੈਨੂੰ ਕੰਪੈਰੇਟਿਵਲੀ UK ਔਰ ਸ਼ੈਨਗਨ ਕੰਟਰੀਜ਼ ਤੋਂ, ਮੈਂ ਜਦਕਿ ਸਾਰੇ ਸ਼ੈਨਗਨ ਕੰਟਰੀਜ਼ ਆਲਮੋਸਟ ਘੁੰਮਿਆ ਹੋਇਆ, ਉਸ ਨਾਲੋਂ ਕਾਫੀ ਬੈਟਰ ਪ੍ਰੋਸਪੈਕਟਸ ਬਿਜ਼ਨਸ ਦੇ ਮਾਮਲੇ 'ਚ, ਦਾ ਗਰੋਥ ਦੇ ਮਾਮਲੇ 'ਚ, ਦਾ ਸਾਈਜ਼ ਦੇ ਮਾਮਲੇ 'ਚ, ਦਾ ਪਾਪੂਲੇਸ਼ਨ ਦੇ ਮਾਮਲੇ 'ਚ, ਅਤੇ ਇਟਸ ਬਹੁਤ ਹੀ ਸਰਪ੍ਰਾਈਜ਼ਿੰਗ ਹੈਗਾ ਉਹ, ਕਿ ਇੰਨੀ ਛੋਟੀ ਜਿਹੀ ਪਾਪੂਲੇਸ਼ਨ ਇੰਨੇ ਵੱਡੇ ਕੰਟਰੀ ਨੂੰ ਇੰਨੇ ਅੱਛੇ ਤਰੀਕੇ ਨਾਲ ਕੰਟਰੋਲ ਕਰਦੀ ਪਈ ਹੈ। ਦੈਟ ਇਜ਼ ਇਹ, ਮਤਲਬ ਉਹ ਇਹੋ ਜਿਹੀ ਚੀਜ਼ ਹੈਗੀ ਹੈ ਕਿ ਜਿਹਦੇ ਬਾਰੇ 'ਚ ਕਿ ਮੇਰੇ ਕੋਲ ਵਰਡਸ ਨਹੀਂ ਹੁੰਦੇ, ਮੈਂ ਸਰਪ੍ਰਾਈਜ਼ ਹੁੰਦਾ ਕਿ ਆਪਣੇ ਇੰਡੀਆ 'ਚ ਦਿੱਲੀ ਦੀ ਪਾਪੂਲੇਸ਼ਨ ਕਰੀਬ ਜਿੰਨੀ ਹੈਗੀ ਹੈ, ਉਸ ਨਾਲ ਸਿਰਫ ਡਬਲ ਪਾਪੂਲੇਸ਼ਨ, ਔਰ ਇੰਨਾ ਵਾਸਟ ਕੰਟਰੀ, ਔਰ ਦੇ ਆਰ, ਉਹਨਾਂ ਦੀ ਮੈਨੇਜਮੈਂਟ ਮੈਂ ਆਪ ਜਾ ਕੇ ਦੇਖੀਏ, ਬਹੁਤ ਹੀ ਅੱਛੀ ਹੈ, ਬਹੁਤ ਸਮੂਥ ਹੈਗੀ ਹੈ, ਹਰ ਚੀਜ਼ ਇੰਟੈਕਟ ਹੈ, ਕਲੀਨ ਹੈ। ਚਲੋ, ਉਹਦੇ ਬਾਰੇ ਪੱਠੇ ਦੀ ਗੱਲ ਕਰਾਂਗੇ। ਤੁਸੀਂ ਕਿਹਾ ਕਿ ਦਿੱਲੀ ਦੀ ਪਾਪੂਲੇਸ਼ਨ, ਦਿੱਲੀ ਦੀ, ਤੁਸੀਂ ਦਿੱਲੀ ਕਿਹੜੀ ਜਗ੍ਹਾ ਰਹਿ ਰਹੇ ਹੋ? ਸਰ, ਮੈਂ ਦਿੱਲੀ 'ਚ ਨਾਰਥ ਦਿੱਲੀ ਚ ਹਾਂ। ਨਾਰਥ ਦਿੱਲੀ ਕਿਹੜੀ ਜਗ੍ਹਾ ਹੈ? ਮੈਨੂੰ ਵੀ ਥੋੜ੍ਹੀ ਬਹੁਤ ਨੌਲੇਜ ਹੈ ਦਿੱਲੀ ਦੀ, ਦੱਸ ਦਿਓ ਨਾਰਥ ਦਿੱਲੀ ਕਿਹੜੀ ਜਗ੍ਹਾ? ਮੈਂ ਪ੍ਰੀਤਮਪੁਰਾ ਸਾਈਡ ਹੈ ਨਾ ਸਰ। ਅੱਛਾ ਅੱਛਾ ਅੱਛਾ, ਪ੍ਰੀਤਮਪੁਰਾ ਤੋਂ ਮੇਰਾ ਵੀ ਘੁੰਮਿਆ ਹੋਇਆ, ਮੈਂ ਕਰੀਬ 15-16 ਸਾਲ ਉੱਥੇ ਧੱਕੇ ਖਾਧੇ ਹਾਂ। ਐਕਚੁਲੀ ਜਿਸ ਵਾਰ ਆਈ ਵਾਜ਼ ਅ ਸਟੂਡੈਂਟ ਐਂਡ ਸੈਕਟਰ 24 ਨਾਂਗਲੋਈ ਪੱਛਮ ਵਿਹਾਰ, ਕਿਹੜੀ ਜਗ੍ਹਾ? ਪੀਤਮਪੁਰਾ, ਮੇਨ ਪੀਤਮਪੁਰਾ। ਪੀਤਮਪੁਰਾ ਤੋਂ ਉੱਥੇ ਜਿਹੜਾ ਇੱਕ ਟਾਵਰ ਬਣਿਆ ਸੀ, ਬਹੁਤ ਵੱਡਾ ਟਾਵਰ, 1982 ਵਿੱਚ। ਯਾ, ਪੀਤਮਪੁਰਾ ਟਾਵਰ ਹੈ, ਉਹਦੇ ਨਜ਼ਦੀਕ ਹੈਗਾ ਸਰ ਮੇਰੇ। ਅੱਛਾ 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 ਅੱਛਾ, ਪੀਤਮਪੁਰਾ ਟਾਵਰ ਦੇ ਨਜ਼ਦੀਕ। ਅੱਛਾ, ਠੀਕ ਹੈ ਠੀਕ ਹੈ। ਤੇ ਬਿਫੋਰ ਯੂ ਪ੍ਰੋਸੀਡ ਔਨ ਯੋਰ ਜਰਨੀ ਔਨ ਦਿਸ, ਤੁਸੀਂ, ਮੇ ਆਈ ਆਸਕ ਯੂ ਪਰਸਨਲ ਕੁਐਸਚਨ, ਕਿ ਤੁਹਾਡਾ ਬਿਜ਼ਨਸ ਹੈ ਕਿ ਦਿੱਲੀ, ਕਿਸ ਚੀਜ਼ ਦਾ ਬਿਜ਼ਨਸ ਕਰਦੇ ਹੋ, ਇਫ ਯੂ ਡੋਨਟ ਮਾਈਂਡ? ਇਟ ਇਜ਼ ਰਿਲੇਟਡ ਟੂ ਇਲੈਕਟ੍ਰੋਨਿਕਸ ਆਈਟਮ ਦਾ ਹੈਗਾ ਜੀ। ਸਪੇਅਰ ਸੈਗਨ ਇਲੈਕਟ੍ਰੋਨਿਕ ਆਈਟਮਸ ਤੇ, ਔਰ ਇਲੈਕਟ੍ਰੋਨਿਕ ਆਈਟਮਸ ਦੀ ਹੋਲਸੇਲ ਦੀ ਸਪਲਾਈ ਹੈਗੀ ਹੈ ਮੇਰੀ। ਓਕੇ ਜੀ, ਸੋ ਹੋਲਸੇਲ ਸਪਲਾਈ, ਹੋਲਸੇਲ ਸਪਲਾਈ ਆਫ ਇਲੈਕਟ੍ਰੀਕਲ ਗੁੱਡਸ ਐਂਡ ਇਲੈਕਟ੍ਰੀਕਲ ਇਕਵਿਪਮੈਂਟ, ਇਲੈਕਟ੍ਰੋਨਿਕਸ ਐਂਡ ਇਲੈਕਟ੍ਰੋਨਿਕਸ ਵਿਦਨ ਦਿੱਲੀ ਇਟਸੈਲਫ, ਵਿਦਨ ਦਿੱਲੀ, ਦਿੱਲੀ ਐਂਡ NCR ਨੂੰ ਵੀ ਸਪਲਾਈ ਹੈਗੀ ਹੈ। ਗੁੱਡ, ਜਿਸ ਤਰ੍ਹਾਂ, ਸੋ ਮੈਂ ਆਸਕ ਯੂ ਕਿ ਹਾਊ ਮਨੀ ਪੀਪਲ ਆਰ ਇਨ ਯੋਰ ਫੈਮਿਲੀ, ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ, ਕਿੰਨੇ ਬੱਚੇ ਹੈ, ਕਿਸ ਤਰ੍ਹਾਂ ਹੈ, ਕੀ ਕੌਣ ਕੌਣ ਹੈ? ਮੈਂ, ਮੇਰੀ ਵਾਈਫ ਐਂਡ ਆਈ ਹੈਵ ਟੂ ਡਾਟਰਸ। ਐਂਡ ਹਾਊ ਓਲਡ ਆਰ ਦੇ? ਮਾਈ ਐਲਡਰ ਡਾਟਰ ਇਜ਼ 12 ਇਅਰਸ ਓਲਡ ਐਂਡ ਮਾਈ ਯੰਗਰ ਡਾਟਰ ਇਜ਼ 6 ਇਅਰਸ ਓਲਡ। ਦ ਯੰਗਰ ਇਜ਼ 6 ਐਂਡ ਦ ਫਰਸਟ ਵਨ ਇਜ਼ 12 ਇਅਰਸ ਓਲਡ।
12 and 6 अच्छा ठीक है ठीक ओके सो तुसी पहला एक बार इंग्लैंड घूम आए इंग्लैंड ते आई विल कम टू योर सिचुएशन कनाडा इंग्लैंड कई बार आई हैव सम नोन इमिग्रेशन लॉयर्स इन इंग्लैंड एंड अदर सो कॉल्ड कंसल्टेंट्स इन दिल्ली एंड अदर प्लेसेस ਉਹ ਇੰਗਲੈਂਡ ਦੀ ਸਕੀਮਾਂ ਨੂੰ ਵੇਚਦੇ ਆ ਮਤਲਬ ਇੰਗਲੈਂਡ ਨੂੰ ਇੰਗਲੈਂਡ ਦੇ ਪ੍ਰੋਗਰਾਮ ਨੂੰ ਵੇਚ ਕਰਦੇ ਆ ਕਿ ਵੀ ਤੁਸੀਂ 2 lakh pounds ਲਿਆਓ ਜੀ ਤੁਹਾਡਾ ਕਰਾ ਦਿਆਂਗੇ ਜੀ ਬਿਜ਼ਨਸ ਪਲਾਨ ਬਣਾ ਦਿਆਂਗੇ ਫਿਰ ਕਰ ਜਾਓਗੇ ਫਿਰ ਸਾਊਥ ਹਾਲ ਤੁਹਾਡੀ ਦੁਕਾਨ ਖੁੱਲ ਜਾਏਗੀ ਵਗੈਰਾ ਵਗੈਰਾ ਤੁਹਾਨੂੰ ਪੀ ਆਰ ਮਿਲ ਜਾਏਗੀ ਤੁਸੀਂ ਇੰਗਲੈਂਡ ਜੋ ਦੇਖਿਆ ਜਾ ਕੇ ਇੰਗਲੈਂਡ ਤੁਹਾਨੂੰ ਕੀ ਨਜ਼ਰ ਆਇਆ ਕਿੰਨੇ ਦਿਨ ਰਹੇ ਤੁਸੀਂ ਇੰਗਲੈਂਡ ਜਾ ਕੇ ਕਿੰਨੇ ਬਾਜ਼ਾਰ ਬਾਜ਼ਾਰ ਦੇਖਿਆ ਕੋਈ ਹਾਂ ਬਹੁਤ ਜ਼ਿਆਦਾ ਤਾਂ ਨਹੀਂ ਮੈਂ ਇੱਕ ਦੋ ਦਿਨ ਦਾ ਦੋ ਤਿੰਨ ਦਿਨ ਦਾ ਟ੍ਰਿਪ ਸੀ ਮੈਂ ਅੱਗੇ ਸ਼ੈਨਗਨ ਹੋਰ ਕੰਟਰੀਜ਼ ਅੱਗੇ ਮੂਵ ਕਰ ਗਿਆ ਸੀ ਓਕੇ ਬਟ ਮੈਂ ਮੈਨੂੰ ਕੋਈ ਬਹੁਤ ਜ਼ਿਆਦਾ ਕੰਪੈਰੇਟਿਵਲੀ ਇਨ ਲੰਡਨ ਵਿੱਚ ਰੁਕਿਆ ਮੈਂ ਅਤੇ ਮੈਨੂੰ ਬਹੁਤ ਜ਼ਿਆਦਾ ਅਟਰੈਕਟ ਇੰਗਲੈਂਡ ਨੇ ਨਹੀਂ ਕੀਤਾ ਮੈਨੂੰ ਥੋੜ੍ਹਾ ਕੰਜੈਸ਼ਨ ਵੀ ਨਜ਼ਰ ਆਇਆ ਮੈਂ ਮੈਟਰੋ 'ਚ ਟਰੈਵਲ ਕੀਤਾ ਅਤੇ ਮੈਨੂੰ ਕੁਆਲਿਟੀ ਉਹ ਨਹੀਂ ਦਿਖੀ ਪਰ ਆਈ ਡਿਡ ਨੋਟ ਐਨੀ ਹਾਓ ਮੈਨੂੰ ਉਹਨਾਂ ਕਲਿੱਕ ਨਹੀਂ ਕੀਤਾ ਮੈਨੂੰ ਲੱਗਿਆ ਕਿ ਇੱਥੇ ਸਭ ਕੁਝ ਹੋਇਆ ਪਿਆ ਇੱਥੇ ਕੁਝ ਨਵੇਂ ਬੰਦੇ ਵਾਸਤੇ ਚਾਂਸ ਪਿਕਅਪ ਕਰਨਾ ਇਸ ਤੋਂ ਬਹੁਤ ਮੁਸ਼ਕਲ ਰਹੇਗਾ ਛੋਟੀ ਜਗ੍ਹਾ ਹੈ ਆਲਰੇਡੀ ਸਭ ਕੁਛ ਆਲਰੇਡੀ ਡਿਵੈਲਪਡ ਹੈਗਾ ਉਸ ਜਗ੍ਹਾ 'ਚ ਉਹਨੇ ਆਪਣੇ ਆਪ ਨੂੰ ਨਵੇਂ ਬੰਦੇ ਨੂੰ ਆ ਕੇ ਉੱਥੇ ਸਟੈਂਡ ਹੋ ਕੇ ਕਰਨਾ ਮੈਨੂੰ ਥੋੜ੍ਹਾ ਜਿਹਾ ਮੁਸ਼ਕਲ ਲੱਗਾ ਜਦਕਿ ਕੰਪੈਰੇਟਿਵਲੀ ਜਦ ਮੈਂ ਕੈਨੇਡਾ ਵਿੱਚ ਸੀ ਤਾਂ ਮੈਂ ਦੇਖਿਆ ਕਿ ਬਹੁਤ ਵਾਸਟ ਲੈਂਡ ਵਾਸਟ ਓਪਰਚੁਨਿਟੀਜ਼ ਬਹੁਤ ਮੈਨੂੰ ਚੇਂਜਸ ਦਿਖਾਈ ਦਿੱਤੇ ਕੰਪੈਰੇਟਿਵਲੀ ਯਾ ਆਈ ਵਾਸ ਵੈਰੀ ਹੈਪੀ ਮੈਂ ਕੰਪੇਅਰ ਕੀਤਾ ਅਤੇ ਮੈਂ ਸੋਚਿਆ ਕਿ ਨਹੀਂ ਕੈਨੇਡਾ ਇਜ਼ ਦੀ ਓਨਲੀ ਟਾਰਗੇਟ ਐਨੀ ਹਾਓ ਓਕੇ ਸੋ ਲੈਟਸ ਸੋ ਯੂ ਕੇਮ ਬੈਕ ਯੂ ਸੋ ਇਨ ਥਿੰਗਸ ਇਨ ਯੂਰਪ ਐਂਡ ਇੰਗਲੈਂਡ ਦੈਟਸ ਫਾਈਨ ਉਹ ਤਰ੍ਹਾਂ ਹੋ ਗਿਆ ਫਿਰ ਉਹਦੇ ਬਾਅਦ ਤੁਸੀਂ ਜਦ ਕੈਨੇਡਾ ਦਾ ਤੁਹਾਡੇ ਮਨ 'ਚ ਖਿਆਲ ਆਇਆ ਸੋ ਵਟ ਵਾਸ ਦ ਫਸਟ ਸਟੈਪ ਦੈਟ ਯੂ ਡੂ ਡਿਡ ਯੂ ਲਾਈਕ ਅ ਸਰਵੇ ਔਨ ਯੋਰ ਓਨ ਡਿਡ ਯੂ ਕੰਟੈਕਟ ਅ ਲਾਇਰ ਕੰਸਲਟੈਂਟ ਕਿਸ ਤਰ੍ਹਾਂ ਹੋਈ ਫਿਰ ਗੱਲਬਾਤ ਕਿਸ ਤਰ੍ਹਾਂ ਸ਼ੁਰੂ ਹੋਈ ਕੈਨੇਡਾ ਦੀ ਆਈ ਵੈਂਟ ਟੂ ਮੈਨੀ ਕੰਸਲਟੈਂਟਸ ਇਨ ਦਿੱਲੀ ਆਈ ਹੈਵ ਨਾਟ ਨੇਮ ਐਨੀਵਨ ਮੈਨੀ ਆਫ ਥੈਮ ਬਿਲਕੁਲ ਨਾ ਮੈਂ ਸਟੱਡੀ ਕਰਦਾ ਰਿਹਾ ਨਹੀਂ ਆਪਾਂ ਕਿਸੇ ਦੇ ਬਾਰੇ ਗੱਲ ਨਹੀਂ ਕਰਨੀ ਆਪਾਂ ਸਿਰਫ ਦੋ ਦੇ ਬਾਰੇ ਗੱਲ ਕਰਨੀ ਆ ਅੱਛਾ ਠੀਕ ਹੈ ਮੈਂ ਕਾਟੂ ਕੱਛੇ 7 ਕੰਸਲਟੈਂਟਸ ਨੂੰ ਦਿੱਲੀ ਮਿਲਿਆ ਅੱਛਾ ਜੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਉਹਨਾਂ ਕੋਲ ਕਾਫੀ ਸਾਰਾ ਮਸਾਲਾ ਜੋ ਵੀ ਇਕੱਠਾ ਮੈਨੂੰ ਬਿਕੋਜ਼ ਆਈ ਨਿਊ ਨਥਿੰਗ ਅਬਾਊਟ ਐਨੀਥਿੰਗ ਪਤਾ ਹੀ ਨਹੀਂ ਸੀ ਮੈਨੂੰ ਇਮੀਗ੍ਰੇਸ਼ਨ ਦੇ ਬਾਰੇ ਨਿਊ ਨਥਿੰਗ ਜ਼ੀਰੋ ਮੈਂ ਮਤਲਬ ਪਾਸਪੋਰਟ ਹੀ ਮੇਰਾ ਲੰਡਨ ਜਾਣ ਤੋਂ ਪਹਿਲਾਂ ਹੀ ਮੈਂ ਬਣਵਾਇਆ ਸੀ ਉਸ ਤੋਂ ਪਹਿਲਾਂ ਪਾਸਪੋਰਟ ਹੀ ਨਹੀਂ ਬਣਵਾਇਆ ਸੀ ਅੱਛਾ ਜੀ ਤੇ ਸੋਚ ਲਓ ਕਿ ਕੋਈ ਦਿਮਾਗ ਵਿੱਚ ਹੈ ਹੀ ਨਹੀਂ ਸੀ ਕੋਈ ਅਚਾਨਕ ਹੀ ਕਰਪਟ ਹੋ ਗਿਆ ਸੀ ਆਈਡੀਆ ਤੇ ਕਾਫੀ ਸਾਰੇ ਕੰਸਲਟੈਂਟ ਨਹਿਰੂ ਪਲੇਸ ਬੜੇ ਸਾਰੇ ਕੰਸਲਟੈਂਟ ਬੈਠੇ ਹੋਏ ਨੇ ਨੋਟ ਪਲੇਸ ਬੈਠੇ ਹੋਏ ਨੇ ਓਕੇ ਤਾਂ ਮੈਂ ਜਾ ਕੇ ਗੱਲਬਾਤ ਕਰਦਾ ਰਿਹਾ ਮੈਨੂੰ ਓਕੇ ਤੇ ਮੈਨੂੰ ਕਈਆਂ ਨੇ ਕੋਈ ਆਈਡੀਆ ਦਿੱਤਾ ਕਈਆਂ ਨੇ ਕੁਝ ਆਪਣੀ ਫੀਸ ਦੱਸੀ ਕੋਈ ਸਟਰਕਚਰ ਦੱਸਿਆ ਫਿਰ ਅਲਟੀਮੇਟਲੀ ਵਨ ਆਫ ਦ ਕੰਸਲਟੈਂਟਸ ਮੈਂ ਜਿਨ੍ਹਾਂ ਨਾਲ ਲਿੰਕ ਹੋਇਆ ਤੇ ਉਹਨਾਂ ਨਾਲ ਗੱਲਬਾਤ ਹੋਈ ਮੇਰੀ ਐਂਡ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਮੈਨੂੰ ਪਲਾਨ ਦੱਸਿਆ ਉਹਨਾਂ ਨੇ ਕਿ ਕੈਨੇਡਾ ਦਾ ਬੜਾ ਅੱਛਾ ਪਲਾਨ ਹੈ ਅਗਰ ਤੁਸੀਂ ਉਹਨੂੰ ਲੈਣਾ ਚਾਹੋ ਤੇ ਯੂ ਹੈਵ ਅ ਲੁੱਕ ਕਿ ਤੁਹਾਡੀ ਰਿਕੁਆਇਰਮੈਂਟਸ ਦੇ ਹਿਸਾਬ ਨਾਲ ਉਹ ਠੀਕ ਬੈਠਦਾ ਜਿਹੜੀ ਜਿਹੜੀ ਉਹਨਾਂ ਨੇ ਰਿਕੁਆਇਰਮੈਂਟ ਦੱਸੀ ਕਿ ਵੀ ਇਹ ਰਿਕੁਆਇਰਮੈਂਟ ਹੈ ਇਹ ਰਿਕੁਆਇਰਮੈਂਟ ਹੈ ਉਹਨਾਂ ਨੇ ਜਿੰਨੀ ਜਿੰਨੀ ਰਿਕੁਆਇਰਮੈਂਟ ਦੱਸੀ ਉਹਦੇ 'ਚ ਮੈਂ ਸਾਰਿਆਂ 'ਚ ਪਰਫੈਕਟ ਹੋ ਰਿਹਾ ਸੀ ਐਂਡ ਦੈਟ ਵਾਸ ਐਂਡ ਆਈ ਥਿੰਕ ਦੈਟ ਵਾਸ ਮੇ ਬੀ ਹੀ ਵਾਸ ਪ੍ਰਮੋਟਿੰਗ ਮੈਨੀਟੋਬਾ ਟੂ ਯੂ ਤੁਹਾਨੂੰ ਮੈਨੀਟੋਬਾ ਆਫਰ ਕਰ ਰਹੇ ਸੀ ਇਜ਼ ਇਟ ਰਾਈਟ ਇੱਕ ਸੈਕਿੰਡ ਹੋਲਡ ਕਰ ਜਾਓ ਆਪਾਂ ਜਿੱਦਾਂ ਗੱਲ ਕਰ ਰਹੇ ਨਾ ਸੋ ਇਸੇ ਨਾਲ ਨਾਲ ਹੀ ਸਾਇਮਲਟੇਨੀਅਸਲੀ ਆਪਾਂ ਉਹਦੇ ਮੈਨੀਟੋਬਾ ਤੇ ਵੀ ਚੱਲਦੇ ਹਾਂ ਦੇਖਦੇ ਹਾਂ ਮੈਨੀਟੋਬਾ ਦਾ ਕੀ ਹੈ ਜਿਹੜੀ ਰਿਕੁਆਇਰਮੈਂਟ ਹੈ ਮੇਰੇ ਖਿਆਲ ਤੁਹਾਨੂੰ ਸਕਰੀਨ ਮੇਰਾ ਨਜ਼ਰ ਆ ਰਿਹਾ ਸ਼ਾਇਦ ਇੱਕਦਮ ਰਾਈਟ ਠੀਕ ਹੈ ਨਾ ਮੇਰੇ ਖਿਆਲ ਸੋ ਆਪਾਂ ਮੈਨੀਟੋਬਾ ਤੇ ਚੱਲਦੇ ਹਾਂ ਮੈਨੀਟੋਬਾ ਵਿੱਚ ਇਹ ਸਕੀਮ ਹੈ ਦਿਸ ਇਜ਼ ਕਾਲਡ ਬਿਜ਼ਨਸ ਇਨਵੈਸਟਰ ਸਕੀਮ ਐਜ਼ ਯੂ ਕੈਨ ਸੀ ਔਨ ਦ ਸਕਰੀਨ ਮੇਰੇ ਦੇਖ ਰਹੇ ਹੋ ਐਂਟਰਪ੍ਰੀਨਰ ਪਾਥਵੇ ਹੈ ਮੈਂ ਸਕਰੀਨ ਨੂੰ ਵੱਡਾ ਕਰ ਦਿਆਂ ਛੋਟਾ ਨਜ਼ਰ ਆ ਰਿਹਾ ਨਾ ਅੱਖਰ ਠੀਕ ਹੈ ਮੈਂ ਪੜ੍ਹੀ ਹੋਈ ਹੈ ਓਕੇ ਸੋ ਸਕੀਮ ਉਹਨਾਂ ਦੀ ਐਂਟਰਪ੍ਰੀਨਰ ਪਾਥਵੇ ਹੈ ਕਿ ਮਿਨੀਮਮ 3 years ਦਾ ਫੁੱਲ ਟਾਈਮ ਐਕਸਪੀਰੀਅੰਸ ਹੈ ਇਨ ਦ ਲਾਸਟ 5 years ਇੰਗਲਿਸ਼ ਲੈਂਗੁਏਜ ਥੋੜ੍ਹੀ ਬਹੁਤ ਠੀਕ ਹੈ ਸਕੂਲ ਸਕੋਰ ਲੈ ਲਓਗੇ ਐਜੂਕੇਸ਼ਨ ਹਾਈ ਸਕੂਲ ਇਜ਼ ਨਾਟ ਮੱਚ ਏਜ ਦਾ ਕੋਈ ਚੱਕਰ ਨਹੀਂ ਹੈ ਏਜ 25 to 49 ਇਨਵੈਸਟਮੈਂਟ ਹੈ $2.5 lakh ਇਹ ਦੱਸਿਆ ਉਹਨਾਂ ਨੇ ਤੁਹਾਨੂੰ ਸਰ ਐਵਰੀਥਿੰਗ ਓਕੇ ਗੁੱਡ ਸੋ ਮਿਨੀਮਮ ਇਨਵੈਸਟਮੈਂਟ ਇਜ਼ 250,000 ਇਫ ਇਟ ਇਜ਼ ਇਨ ਦ ਮੈਨੀਟੋਬਾ ਕੈਪੀਟਲ ਰੀਜਨ ਦੈਟਸ ਫਾਈਨ ਸੋ ਮੇ ਬੀ ਇਨ ਦ ਮੈਟਰੋਪੋਲੀਟਨ ਏਰੀਆ ਤੇ ਬਿਜ਼ਨਸ ਰਿਸਰਚ ਇੱਕ ਬਿਜ਼ਨਸ ਪਲਾਨ ਦੀ ਵੀ ਲੋੜ ਹੁੰਦੀ ਹੈ ਬਿਜ਼ਨਸ ਪਲਾਨ ਮਤਲਬ ਤੁਹਾਨੂੰ ਪਤਾ ਲੱਗਦਾ ਕਰਨਾ ਕੀ ਹੈ ਤੇ ਫਿਰ ਐਡੀਸ਼ਨਲ ਪੁਆਇੰਟਸ ਮਿਲਦੇ ਆ ਤੇ ਨੈਟ ਵਰਥ ਤੁਹਾਡਾ ਜਿਹੜਾ ਨਾ $5 lakh ਤੁਹਾਡਾ ਇਹ ਸਾਰਾ ਸਾਰਾ ਸਿਚੁਏਸ਼ਨ ਇਹ ਮੀਟ ਕਰ ਰਿਹਾ ਸੀ ਇਜ਼ ਰਾਈਟ ਐਕਦਮ ਜੀ ਐਬਸੋਲੂਟਲੀ ਰਾਈਟ ਦੈਟਸ ਰਾਈਟ ਤੇ ਉਹਦੇ ਬਾਅਦ ਫਿਰ ਬਿਜ਼ਨਸ ਪਰਫਾਰਮੈਂਸ ਐਗਰੀਮੈਂਟ ਸਾਈਨ ਕਰਦੇ ਆ ਕਿ ਵੀ ਤੁਸੀਂ ਦੱਸੋ ਹੁਣ ਕਰੋਗੇ ਕੀ ਕੰਡੀਸ਼ਨ ਜਿਹੜੇ ਉਹ ਪਾਉਂਦੇ ਆ ਠੀਕ ਹੈ ਰਾਈਟ ਸੋ ਵੀ ਆਰ ਔਨ ਦ ਸੇਮ ਪੇਜ ਨਾਓ ਯਾ ਕੰਟੀਨਿਊ ਪਲੀਜ਼ ਕੰਟੀਨਿਊ ਆਪਣੀ ਕਹਾਣੀ ਫਿਰ ਉਹਦੇ ਬਾਅਦ ਕੀ ਹੋਇਆ ਸਰ
when I went to some of the as I ਮੈਂ ਤੁਹਾਨੂੰ ਦੱਸਿਆ ਕਿ ਮੈਂ ਕੁਝ ਕੰਸਲਟੈਂਟਸ ਨੂੰ ਦਿੱਲੀ ਚ ਮਿਲਿਆ ਤੇ ਉਹਨਾਂ ਚੋਂ ਇੱਕ ਅੱਛੇ ਕੰਸਲਟੈਂਟਸ ਕੰਪਨੀ ਜਿਹੜੇ ਕਿ ਵੈਰੀ ਵੈਲ ਵਰਲਡ ਵਾਈਡ ਨੋਨ ਹੈਗੀ ਉਹ ਕੰਪਨੀ ਨਾਲ ਮੈਂ ਅਟੈਚ ਹੋਇਆ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਇੱਕ ਇੱਕ ਕਰਕੇ ਮੈਂ ਉਹਨਾਂ ਨੇ ਕਿਹਾ ਵੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬੈਕਗਰਾਊਂਡ ਨੂੰ ਆਪਣੇ ਤਿਆਰ ਕਰਨਾ ਸ਼ੁਰੂ ਕਰੋ ਆਪਾਂ ਤੁਹਾਡਾ ਇੱਕ ਸਰਵੇ ਕਰ ਦਿੰਦੇ ਹਾਂ ਕਿ ਵੀ ਵਟ ਕੈਨ ਵੀ ਡੂ ਤੁਸੀਂ ਕੁਆਲੀਫਾਈ ਹੁੰਦੇ ਹੋ ਕਿ ਨਹੀਂ ਹੁੰਦੇ ਹੋ ਕੀ ਹੋ ਸਕਦਾ ਇਹਦੇ 'ਚ WES ਕਰਵਾ ਲਓ ਇਹ ਕਰਵਾ ਲਓ ਉਹ ਸਟੈਪਸ ਨੂੰ ਮੈਂ ਆਪਣੇ ਜਿਸ ਤਰ੍ਹਾਂ ਮੈਰਿਟ ਸੀ ਅਤੇ ਮੈਰਿਟ ਸਰਟੀਫਿਕੇਟ ਨਹੀਂ ਬਣਵਾਇਆ ਸੀ ਐਜੂਕੇਸ਼ਨ ਸੀ ਅਤੇ WES ਨਹੀਂ ਸੀ ਉਹ ਸਾਰਾ ਕੁਝ ਮੈਂ ਆਪਣਾ ਬੈਕਗਰਾਊਂਡ ਆਪਣਾ ਤਿਆਰ ਕਰਨਾ ਸ਼ੁਰੂ ਕਰਤਾ ਠੀਕ ਹੈ ਸਰ ਆਈ ਗੋਟ ਐਵਰੀਥਿੰਗ ਰੈਡੀ ਪੇਪਰਸ ਵਿੱਚ ਮੈਂ ਸਭ ਕੁਝ ਰੈਡੀ ਕਰਨਾ ਸ਼ੁਰੂ ਕਰਤਾ ਔਰ ਉਹ ਹੋ ਵੀ ਗਿਆ ਕਿਉਂਕਿ ਜੈਨੂਇਨ ਇਕਦਮ ਕੇਸ ਹੈਗਾ ਸੀ ਕੋਈ ਇਹੋ ਜਿਹੀ ਗੱਲ ਨਹੀਂ ਸੀ ਆਈ ਗੋਟ ਥਰੂ ਐਵਰੀਥਿੰਗ ਨਾਓ ਆਫਟਰ ਦੈਟ ਜਦ ਮੈਂ ਇੱਥੇ ਤੱਕ ਪਹੁੰਚ ਗਿਆ ਅਤੇ ਫਿਰ ਆਈ ਸਟਾਰਟਡ ਮਾਈ ਪ੍ਰੋਸੈਸ ਮੇਰਾ ਸ਼ੁਰੂ ਹੋਇਆ ਉਹਨਾਂ ਨੇ ਇੱਕ ਇੱਕ ਕਰਕੇ ਪੇਪਰਸ ਡਾਕੂਮੈਂਟਸ ਮੈਂ ਲੈਣੇ ਸ਼ੁਰੂ ਕੀਤੇ ਫਾਈਲ ਹੋਏ ਸਲੋਲੀ 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 ਕਰਕੇ ਇੱਕ ਇੱਕ ਸਟੈਪ ਕਰਕੇ ਬੜਾ ਫਾਈਨ ਕਲੀਅਰ ਹੁੰਦਾ ਗਿਆ ਪਹਿਲਾ ਸਟੈਪ ਸੈਕਿੰਡ ਸਟੈਪ ਥਰਡ ਸਟੈਪ ਜਿਸ ਤਰ੍ਹਾਂ ਆਇਆ ਜੋ ਜੋ ਹੋਇਆ ਉਹਨਾਂ ਨੇ ਜਿਸ ਤਰ੍ਹਾਂ ਮੇਰੇ ਕੋਲ ਡਿਮਾਂਡ ਕੀਤੀ ਮੈਂ ਉਹ ਪੇਪਰ ਦਿੱਤੇ ਔਰ ਉਹ ਸਾਰਾ ਕੁਝ ਕਲੀਅਰ ਹੁੰਦਾ ਗਿਆ Wait a wait a minute just I'll yeah. stop you here. So jehda tusi keh rahe ho ki unhone document laye unhone kita so presumably they are doing a expression of interest profile online on the website yeah tuhadi profile bana rahe hain ki tuhada naam bada ki hai sab kuch hai profile bana ke oh matlab they are putting a online EOI theek hai ode baad acha online unhone EOI banaya us to baad unhone EOI ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਇਫ ਯੂ ਵਾਂਟ ਕੁਝ ਟਾਈਮ ਬਾਅਦ ਕੁਝ ਹੋਰ ਪ੍ਰੋਸੈਸ ਹੋਣ ਤੋਂ ਬਾਅਦ ਉਹਨਾਂ ਕਿਹਾ ਇਫ ਯੂ ਵਾਂਟ ਟੂ ਹੈਵ ਐਨ ਐਕਸਪਲੋਰੇਟਰੀ ਟ੍ਰਿਪ ਟੂ ਕੈਨੇਡਾ ਯੂ ਕੈਨ ਐਕਸਪਲੋਰੇਟਰੀ ਟ੍ਰਿਪ ਮਤਲਬ ਉਹਦਾ ਮਤਲਬ ਥੋੜਾ ਜਿਹਾ ਮੈਂ ਜਿਨ੍ਹਾਂ ਨੂੰ ਨਹੀਂ ਪਤਾ ਉਹਦੇ ਬਾਰੇ ਮੈਂ ਦੱਸਦਾ ਕਿ ਇਹਦਾ ਮਤਲਬ ਇਹ ਕੀ ਹੈ ਕਿ ਐਕਸਪਲੋਰ ਕਰਨਾ ਹੈ ਕਿ ਕਰਨਾ ਕੀ ਹੈ ਵਾਟ ਇਜ਼ ਦਾ ਕੰਕਰੀਟ ਜਿਸ ਤਰ੍ਹਾਂ ਕੋਈ ਹੁਣ ਅਗਰ ਕੋਈ ਚੇਨਈ ਬਿਜ਼ਨਸਮੈਨ ਹੈ ਕੋਈ ਕੋਲਕਾਤਾ ਬਿਜ਼ਨਸਮੈਨ ਹੈ ਉਹਨੇ ਅਗਰ ਦਿੱਲੀ ਦੁਕਾਨ ਖੋਲਣੀ ਹੈ ਪਹਿਲਾਂ ਐਕਸਪਲੋਰ ਤੇ ਕਰੇਗਾ ਨਾ ਕਿ ਕਨੌਟ ਪਲੇਸ ਦੀ ਕਿੰਨੀ ਕੀਮਤ ਹੈ ਵਰਨਾ ਬਗੈਰ ਐਕਸਪਲੋਰ ਕੀਤੇ ਕਿਸ ਤਰ੍ਹਾਂ ਹੋ ਜਾਏਗਾ ਸੋ ਦੈਟ ਇਜ਼ ਕਾਲਡ ਅ ਐਕਸਪਲੋਰੇਟੋਰੀ ਵਿਜ਼ਿਟ ਐਂਡ ਐਕਸਪਲੋਰੇਟੋਰੀ ਵਿਜ਼ਿਟ ਦੇ ਪੁਆਇੰਟਸ ਵੀ ਮਿਲਦੇ ਹੈ ਤੇ ਆਫ ਕੋਰਸ ਯੂ ਹੈਵ ਟੂ ਅਪਲਾਈ ਓਵਰ ਅ ਵਿਜ਼ਟਰ ਵੀਜ਼ਾ ਯਾ ਗੋ ਅਹੈਡ ਸੋ ਆਈ ਅਪਲਾਈਡ ਫਾਰ ਵੀਜ਼ਾ ਆਫ ਐਕਸਪਲੋਰੇਟਰੀ ਵੀਜ਼ਾ ਵਾਸਤੇ ਮੈਂ ਵੀਜ਼ਾ ਅਪਲਾਈ ਕੀਤਾ ਆਈ ਗਾਟ ਅ ਵੈਰੀ ਵੰਡਰਫੁਲ ਰਿਸਪੌਂਸ ਫਰਮ ਦ ਅਥਾਰਟੀਜ਼ ਮੈਨੂੰ 10 ਸਾਲ ਦਾ ਮਲਟੀਪਲ ਵੀਜ਼ਾ ਉਹਨਾਂ ਨੇ ਮੈਨੂੰ ਦਿੱਤਾ ਵਿਚ ਮੰਥ ਐਂਡ ਈਅਰ ਪਲੀਜ਼ ਵਿਚ ਮੰਥ ਐਂਡ ਈਅਰ ਕਦੋਂ ਮਿਲਿਆ ਵੀਜ਼ਾ ਇਹ 2019 ਦਾ ਮਹੀਨਾ ਦੱਸੋਗੇ ਪਲੀਜ਼ ਮਹੀਨਾ ਇੱਕ ਮਿੰਟ ਦੇਖਣਾ ਮੈਨੂੰ ਪਾਸਪੋਰਟ ਨਿਕਾਲ ਇੱਕ ਮਿੰਟ ਜਸਟ ਸਰ ਉਹਨੇ ਦੱਸਣਾ ਨਹੀਂ ਮੋਟਾ ਮੋਟਾ ਦੱਸੋ ਦੱਸ ਓਕੇ ਦਿਸ ਇਜ਼ ਨਾਟ ਅ ਸਾਇੰਟਿਫਿਕ ਇਨਕੁਆਇਰੀ ਜਸਟ ਮੋਟਾ ਮੋਟਾ ਦੱਸ ਜੂਨ ਔਰ ਜੁਲਾਈ ਜੂਨ ਆਫ ਠੀਕ ਹੈ ਜੂਨ ਆਫ 2019 ਹਾਂ ਹਾਂ ਆਈ ਮੋਸਟ ਪ੍ਰੋਬਬਲੀ ਆ ਗਾਟ ਦ ਵੀਜ਼ਾ ਇਟ ਵਾਸ ਮਤਲਬ ਕਿ ਕਰੀਬ ਸਵਾ ਸਾਲ ਪਹਿਲਾਂ ਸਵਾ ਸਾਲ ਡੇਢ ਸਾਲ ਹਾਂ ਸਵਾ ਡੇਢ ਸਾਲ ਠੀਕ ਹੈ ਸਮਝ ਗਿਆ ਡੇਢ ਸਾਲ ਪਹਿਲਾਂ ਮੈਨੂੰ ਸਿਕਿਉਰਿਟੀ 10 ਦਾ ਮਿਲਿਆ ਉਹ ਇਨਫੈਕਟ ਮੇਰੀ ਵਾਈਫ ਹੀ ਕਹਿੰਦੀ ਹੈ ਕਿ ਇਫ ਯੂ ਆਰ ਗੋਇੰਗ ਤੇ ਮੈਂ ਵੀ ਕਰਦੀ ਹਾਂ ਬਟ ਉਹ ਅਲਟੀ ਮੂਮੈਂਟ ਲਾਸਟ ਮੂਮੈਂਟ ਵਿੱਚ ਉਹਨਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਉਹਦੇ ਆਪਣੇ ਕੋਈ ਟਾਈ ਅਪਸ ਹੈਗੇ ਨੇ ਤੋ ਨਹੀਂ ਜਾ ਸਕੀ ਉਹਨੇ ਵੀ ਅਪਲਾਈ ਕਰਤਾ ਨਾਲ ਹੀ ਉਹਦੀ ਐਪਲੀਕੇਸ਼ਨ ਪਈ ਹੈ ਸ਼ੀ ਆਲਸੋ ਗੋਟ ਕਿ ਜਦ ਤੱਕ ਦਾ ਤੁਹਾਡਾ ਪਾਸਪੋਰਟ ਹੈਗਾ ਤਦ ਤੱਕ ਦਾ ਤੁਹਾਡੇ ਕੋਲ ਹੈਗਾ ਮੇਰੇ 9 ਸਾਲ ਦਾ ਕਰੀਬ ਹੈਗਾ ਸੀ 10 9 ਸਾਲ ਦੇ ਕਰੀਬ ਪਾਸਪੋਰਟ ਸਾਡੇ 9 ਸਾਲ ਮੇਰੀ ਵਾਈਫ ਦਾ ਤਾਂ ਪੂਰਾ 10 ਸਾਲ ਦਾ ਸੀ ਸ਼ੀ ਆਲਸੋ ਗੋਟ 10 ਇਅਰਸ ਵੀਜ਼ਾ ਐਂਡ ਆਈ ਆਲਸੋ ਗੋਟ ਇੱਕ ਮੁਹਾਵਰਾ ਹੈ ਇੰਡੀਆ ਦਾ ਮੁਹਾਵਰਾ ਹੈ ਬਹਿਤੀ ਗੰਗਾ ਮੇਂ ਹੱਥ ਧੋ ਲੈਣਾ ਜੇ ਅਗਰ ਤੁਸੀਂ ਅਗਰ ਆਪਣੇ ਬੱਚੇ ਦਾ ਨਾਲ ਵੀ ਕਰਦੇ ਤਾਂ ਹੋ ਸਕਦਾ ਕਿ ਸਾਰੇ ਪਰਿਵਾਰ ਨੂੰ ਬੱਚੇ ਨੂੰ ਵੀ ਪੂਰਾ ਫੈਮਿਲੀ ਵਿਜ਼ਿਟ ਹੋ ਜਾਣੀ ਸੀ ਉਹ ਗੱਲ ਠੀਕ ਹੈ ਬਟ ਮੈਂ ਐਨੀ ਹਾਉ ਮੈਂ ਸਿਰਫ ਗੱਲ ਤੁਹਾਡੀ ਠੀਕ ਹੈ ਬਹਿਤੀ ਗੰਗਾ ਮੇਂ ਹੱਥ ਧੋਣੇ ਵਾਲੀ ਗੱਲ ਹੋਈ ਹੈ ਉਹਨੇ ਹੱਥ ਜ਼ਰੂਰ ਧੋਏ ਨੇ ਪਰ ਉਹ ਗਈ ਨਹੀਂ That's okay. I'm just meri apni commitment sangi na mere ko time lega okay that's fine so in august 2019 I was in canada ek second I have to stop you again here yeah so you got a visa visitor visa for the purpose of exploring business jab tusi utthe pahunche canadian airport pahunche te canadian immigration inspection ne tada welcome kita hona ke haan ji dasso ki kidda aaye ki kehda purpose hai ode bare dasso Yes sir. Jis tarah ka counter kiya I landed in Toronto. Okay. Toronto to main Winnipeg di flight lei si. Yeah. Te Toronto jad main land kita te utthe mainu inquiry utthe ek lady young lady
that sure. he see and he inquiring me yeah. ki when what are the eatables you have got yeah nal kya ayo khan waste main kya I got some chocolates and I kehndi that's not fair onu sut deo tusi oh like nahi ja sakde tusi bas baki unne sare points so kite aur puchya tade ki purpose of visit ki hai main kaha I am an exploratory visit to this country yeah. I want to explore the country I am a business entrepreneur and I got a 10 year multiple visa jis tarah unne khol ke mere passport ki ध्यान देखा मल्टीपल वीज़ा और पिछले उन्हें वीज़ाज वगैरह देखे मेरा ट्रैवल हिस्ट्री देखी मैं उसके बाद और भी कई कंट्रीज गया हुआ वो उन्हें देखा तो जैसा दुबई ये और थाईलैंड और कई सारे कंट्रीज है उन्हें उस तरह इंग्लैंड भी इंग्लैंड भी अच्छी चैनिक ने जी फ्लाइट बैक से स्विट्जरलैंड तो है मेरी तो उन्हें इमीडिएटली स्टैम्प करके विद अ स्माइलिंग फेस मेरा पासपोर्ट बैक ओके हाँ किन्ने दिन का ट्रिप है उन्हें जरूर पूछा मैंने कहा जी मैं मेरी कन्फर्म टिकट 21 डेज की करीब वापसी देगी और उस हिसाब से मैं 21वें दिन उतों फ्लाई उतों कर गया सी ते राइट मैं दैट्स गुड दैट्स वंडरफुल नाउ नाउ द नेक्स्ट स्टेज इज जब तुसी पहली बार विनीपेग या मैनिटोबा तुसी जरा एक्सप्लोर कीता जिन्हों कहने एक्सप्लोरेटोरी जब तुसी पहली बार जब मैनिटोबा दे दर्शन हुए उस भूमि दे उस जमीन दे दर्शन हुए तुहाडे मन च की ख्याल आया कि इज दिस अ प्लेस दैट यू कैन लिव विद योर फैमिली एंड डू अ बिजनेस व्हाट डिड यू व्हाट वाज योर फर्स्ट इंप्रेशन द वेरी फर्स्ट थिंग एज सून एज आई लैंडेड देयर द वेरी फर्स्ट सी कि मैं टाइप द मैं कह रहा कि मैं उस भूमि नु नमस्कार कीता धरती नु और मत्थे ते लाया मैं कहा रब ने मनु इस जगह पहुंचाया इत्थे मेरे अगे दा टारगेट अगे दा बाबा मेरा अपने रास्ता खोलेगा दैट वाज माय इंटेंशन मैं टोरंटो लैंड किया जिस तरह मैं पैर थले रखे पहला मैं मत्था सिर पर रखे तो बाबे ने ऐसा हल्का जहा जिस तरह फ्लाइट तो देखे मैं अगे मूव किया टोरंटो के बाद मैं आई टुक अप द सेकंड फ्लाइट टू वैनकूवर ओके सॉरी फ्रॉम टोरंटो आई लैंडेड टू विनीपेग उत्थे लैंड किया तो दैन आई रात का टाइम सी हैगा सी अनफॉर्चुनेटली कई बार मैं एक्चुअली लोग मैनू जब कॉल करते हैं स्पेशली इंडिया तो पाकिस्तान तो बांग्लादेश श्रीलंका ए साउथ एशियन कंट्रीज तो मैनू वो पूछते हैं कि भी साढ़े को पैसा है असी इन्वेस्ट करके करना चाहते हैं तुसी दसो कि कितनी फीस है आ लो पैसा मेरा वीज़ा करा दो सो मैं उन्होंने कहता कि भी ठहरो मैं तुहाडे पैसे नहीं चाहिए मैनू जस्ट टेक इट ईजी स्लो मैं उन्होंने हमेशा ये कहना कि जाके तुसी पहला कनेडा जाओ जाके वो धरती नूं नमस्कार करो देखो सर्वे करो दुकान देखो दुकान किस तरह चल रही है प्रॉफिटेबल भी है कि नहीं है लोग किस तरह देने एक करके देखो एंड यू आर द लाइव एग्जांपल के तुसी वो सारा हंडाया हुआ है तुसी वो कीता हुआ है किस ऐसा सो आई एम फर्स्ट ऑफ ऑल आई एम वेरी थैंकफुल के तुसी अपना एक्सपीरियंस दस रहे हो ते लोग इस चीज नूं देख के तुहाडे तो बहुत सीखणगे ओके भी ये होया की है हुण प्लीज कंटिन्यू के ਕਿ ਤੁਸੀਂ ਜਦ ਬਾਜ਼ਾਰ ਦੇਖੇ ਉਧਰ ਦੇ ਬਾਜ਼ਾਰ ਜਾਂ ਜੋ ਵੀ ਕੋਈ ਮਾਰਕੀਟ ਵਗੈਰਾ ਦੇਖੇ ਤੁਹਾਡੇ ਮਨ ਚ ਕੀ ਆਇਆ ਕਿ ਵੀ ਕਿਸ ਤਰ੍ਹਾਂ ਬਿਜ਼ਨਸ ਕਰਦੇ ਆ ਇੱਥੇ ਦੇ ਲੋਕ ਹਾਊ ਇਜ਼ ਇਟ ਡਿਫਰੈਂਟ ਫਰਮ ਇਨ ਪੀਤਮਪੁਰਾ ਸਰ ਜਿਸ ਤਰ੍ਹਾਂ ਹੀ ਮੈਂ ਲੈਂਡ ਕਰਕੇ ਕੈਨੇਡਾ ਵਿਨੀਪੈਗ ਮੈਂ ਲੈਂਡ ਕੀਤਾ ਮੈਂ ਹੋਟਲ 'ਚ ਰੁਕਿਆ ਉਸ ਤੋਂ ਬਾਅਦ ਮੈਂ ਵੈਰੀ ਫਸਟ ਥਿੰਗ ਜਿਹੜੇ ਮੈਂ ਐਕਸਪਲੋਰ ਕੀਤੀ ਉਹ ਇਹ ਕੈਨੇਡੀਅਨ ਸੁਪਰ ਸਟੋਰ ਓਕੇ ਹਾਈਪਰ ਮਾਰਕੀਟ ਉੱਥੇ ਮੈਂ ਇੱਕ ਇੱਕ ਚੀਜ਼ ਦੇਖੀ ਕਿੰਨੀ ਵੈਲ ਪਲੇਸਡ ਹੈ ਕਿਸ ਤਰ੍ਹਾਂ ਉਹ ਕਰ ਰਹੇ ਨੇ ਬਿਜ਼ਨਸ ਕਿਸ ਤਰ੍ਹਾਂ ਉਹਨਾਂ ਦੇ ਕਿਉਂਕਿ ਮੇਰਾ ਜਿਹੜਾ ਟਾਰਗੇਟ ਰਿਟੇਲ ਦਾ ਸੀ ਸੋ ਆਈ ਡਿਡਨਟ ਹੈਵ ਐਨੀਥਿੰਗ ਐਲਸ ਇਨ ਮਾਈਂਡ ਆਈ ਜਸਟ ਲੈਂਡਡ ਦੇਅਰ ਦ ਵੈਰੀ ਫਸਟ ਥਿੰਗ ਮੈਂ ਕੰਟੋ ਉਸ ਚੇਨ ਵਿੱਚ ਘੁੰਮਿਆ ਸੁਪਰ ਸਟੋਰ ਵਿੱਚ ਘੁੰਮਦੇ ਰਹੇ ਤੁਸੀਂ ਹਾਂ ਕੰਟੋ ਅੱਛਾ ਉੱਥੇ ਦੇਖਦਾ ਰਿਹਾ ਕਿਸ ਤਰੀਕੇ ਨਾਲ ਇੱਥੇ ਔਰ ਆਈ ਡਿਡ ਨਾਟ ਹੈਵ ਦ ਐਕਸਪੀਰੀਅੰਸ ਮੈਨੂੰ ਕਈ ਲੋਕਾਂ ਨੇ ਕਿਹਾ ਜਿਸ ਤਰ੍ਹਾਂ ਬਿਹੇਵ ਕਰੇ ਸੀ ਮਤਲਬ ਕੁਝ ਕਹਿ ਗਏ ਮੈਨੂੰ ਕਿ ਵੀ ਅਨਐਕਸਪੀਰੀਅੰਸ ਅਤੇ ਬਟ ਆਈ 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 ਹੈਡ ਐਕਸਪਲੋਰਡ ਮੈਂ ਉੱਥੇ ਹਰ ਚੀਜ਼ ਦੇਖੀ ਕਿਸ ਤਰ੍ਹਾਂ ਹੋਰ ਵੀ ਕੁਝ ਸੁਪਰ ਸਟੋਰ ਸੀ ਉਹਨਾਂ ਵਿੱਚ ਵੀ ਵਿਜ਼ਿਟ ਕੀਤਾ ਮੈਂ ਫਿਰ ਮੈਨੀਟੋਵਾ ਦਾ ਇੱਕ ਪ੍ਰੋਗਰਾਮ ਹੁੰਦਾ ਹੈ I enjoy talking to you because you have such a wonderful experience inside jista tusi superstore da naam liya superstore har ek sheher che hoga but I'm not sure ke many cities in Canada have superstore hai ek aate daal jehda ration pani jehda lende na oh jaake canadian log lende superstore to and there are other stores as well ise tarah da bazaar delhi nahi hai jehda big bazaar hai jehda reliance fresh hai us utthe ki farak hai Sir, the quality and the quantity, both. Quality and the quantity. The quantity, both. Okay. Both
ਹੈਲ ਆਫ ਅ ਡਿਫਰੈਂਸ, ਬਹੁਤ ਜ਼ਿਆਦਾ ਡਿਫਰੈਂਸ ਹੈਗਾ ਜਿਹੜੀ ਕੁਆਲਿਟੀ ਆਫ ਲਾਈਫ, ਜਿਹੜੀ ਕੁਆਲਿਟੀ ਆਫ ਗੁੱਡਸ, ਦ ਕੁਆਲਿਟੀ ਆਫ ਜਿਹੜੀ ਚੀਜ਼ ਉੱਥੇ ਮਿਲਦੀ ਹੈ, ਜਿਹੜੀ ਵੀ ਚੀਜ਼ ਮੈਂ ਉੱਥੇ ਖਾਣ ਦੇ ਵਾਸਤੇ ਪਿਕਅਪ ਕੀਤੀ ਹੈ, ਉਹ ਮੈਂ ਚੇਂਜ, ਜ਼ਮੀਨ ਔਰ ਆਸਮਾਨ ਦਾ ਫਰਕ, ਜ਼ਮੀਨ ਔਰ ਆਸਮਾਨ ਦਾ ਫਰਕ, ਆਸਮਾਨ ਦਾ ਫਰਕ ਮੈਂ ਮਹਿਸੂਸ ਕੀਤਾ। ਭਾਰਤ ਵਰਸ਼ ਵੀ ਤਰੱਕੀ ਕਰ ਰਹੇ ਹੈ, ਪ੍ਰਧਾਨ ਮੰਤਰੀ ਕਹਿ ਰਹੇ ਹੈ ਕਿ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਫਲਾਣਾ ਕਰਾਂਗੇ, ਮਤਲਬ ਹਾਲੇ ਕਾਫੀ ਫਾਸਲਾ ਹੈ, ਕਾਫੀ ਦੇਰ ਲੱਗੇਗੀ। ਉਹ ਫਸਟ ਵਰਲਡ ਹੈ ਔਰ ਮੈਂ ਫਸਟ ਵਰਲਡ ਦੀ ਗੱਲ ਕਰ ਰਿਹਾ ਆਪਣੇ ਅੱਗੇ, ਸਾਡਾ ਕੰਟਰੀ ਆਪਣੀ ਜਗ੍ਹਾ ਠੀਕ ਹੈ, ਗੁੱਡ ਇੰਡੀਆ, ਬਟ ਆਈ ਐਮ ਟਾਕਿੰਗ ਅਬਾਊਟ ਦਾ ਫਸਟ ਵਰਲਡ। ਜਦ ਮੈਂ ਫਸਟ ਵਰਲਡ ਹੀ ਗਿਆ ਤਾਂ ਮੈਂ ਕੀ ਦੇਖਿਆ ਉੱਥੇ, ਮੈਂ ਦੇਖਿਆ ਕਿ ਜਿੱਥੇ ਅਸੀਂ ਹੈਗੇ ਹਾਂ, ਇੱਦਾਂ ਲੱਗ ਰਿਹਾ, ਇੱਦਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਪਤਾਲ ਤੋਂ ਸਵਰਗ ਆਏ, ਸਵਰਗ ਤੋਂ ਪਤਾਲ ਆ ਗਏ, ਇਸ ਤਰ੍ਹਾਂ ਲੱਗ ਰਿਹਾ। ਯੈਸ, ਬਹੁਤ ਡਿਫਰੈਂਟ ਸੀ, ਬਹੁਤ ਬਿਊਟੀਫੁਲ ਪਲੇਸ ਐਂਡ ਬਿਊਟੀਫੁਲ, ਐਬਸੋਲਿਊਟਲੀ ਨੀਟ ਐਂਡ ਕਲੀਨ। ਸਭ ਤੋਂ ਮੇਨ ਚੀਜ਼ ਹੈ, ਤੁਸੀਂ ਲੈਂਡ ਕਰਦੇ ਹੀ ਇੱਕ ਚੀਜ਼ ਮਹਿਸੂਸ ਕਰਦੇ ਹੋ, ਉਹ ਇਹ ਐਨਵਾਇਰਮੈਂਟ, ਦ ਏਅਰ, ਫਰੈਸ਼ਨੈਸ, ਦੈਟ ਇਜ਼ ਵੰਡਰਫੁਲ। ਜਿਹੜੀ ਪੋਲਿਊਸ਼ਨ ਦਿੱਲੀ ਹੈਗਾ ਔਰ ਜੋ ਉੱਥੇ ਫਰਕ ਹੈਗਾ ਉਹ ਤਾਂ ਓਬਵੀਅਸਲੀ ਹੈ ਹੀ ਹੈ, ਉਸ ਚੀਜ਼ ਨੂੰ ਤਾਂ ਅਸੀਂ ਡਿਨਾਈ ਕਰ ਹੀ ਨਹੀਂ ਸਕਦੇ ਸਰ। ਚਲੋ, ਥੈਂਕ ਯੂ। ਸੋ ਮੈਂ ਫਿਰ ਦੱਸੋ ਕਿ ਜਦ ਤੁਸੀਂ ਰਿਟੇਲ ਦੇਖ ਲਿਆ, ਸੁਪਰ ਸਟੋਰ ਦੇਖ ਲਿਆ, ਉਹਦੇ ਬਾਅਦ ਤੁਸੀਂ 3 ਹਫ਼ਤੇ ਰਹੇ ਨਾ ਮੈਨੀਟੋਬਾ, 3 weeks, ਠੀਕ ਹੈ। ਹੋਰ ਕਿਹੜੇ ਕਿਹੜੇ ਬਿਜ਼ਨਸ ਦੇਖੇ ਤੁਸੀਂ ਰਿਟੇਲ ਦੇ ਇਲਾਵਾ? ਰਿਟੇਲ ਦੇ ਇਲਾਵਾ ਵੀ ਮੇਰੇ ਹੋਰ 2-4 ਮੈਂ ਜੋ ਦੇਖ ਸਕਦਾ ਸੀ ਉੱਥੇ ਦੇਖਿਆ, ਫਰਨੀਚਰ ਮਾਰਕੀਟ ਵੀ ਮੈਂ ਥੋੜ੍ਹੀ ਜਿਹੀ ਵਿਜ਼ਿਟ ਕੀਤੀ, ਉੱਥੇ ਹਲਕੀ ਨਜ਼ਰ ਮਾਰੀ ਮੈਂ। ਮੈਂ ਕੁਝ ਸਟੋਰਸ ਦੇਖੇ, ਪੈਟ ਸਟੋਰਸ ਦੇਖੇ, ਕੁਝ ਹੋਰ ਛੋਟੇ ਮੋਟੇ ਉਹ ਬਿਜ਼ਨਸ ਜਿਹੜੇ ਉੱਥੇ ਚੱਲਦੇ ਸੀ, ਆਟੋਮੋਬਾਈਲਸ ਵਗੈਰਾ ਦੇ, ਰੀਸੇਲ ਵਗੈਰਾ ਦੇ, ਉਹਨਾਂ 'ਤੇ ਨਜ਼ਰ ਮਾਰੀ, ਥੋੜ੍ਹੀ ਸਟੱਡੀ ਕਰਦਾ ਗਿਆ। ਫਿਰ ਆਈ ਹੈਡ ਟੂ ਅਟੈਂਡ ਏ, ਨੈਕਸਟ ਮੇਰਾ ਸਟੈਪ ਸੀ ਕਿ ਆਈ ਹੈਡ ਟੂ ਅਟੈਂਡ ਏ ਸੈਸ਼ਨ, ਸੈਮੀਨਾਰ ਇਨ ਮੈਨੀਟੋਬਾ। ਆਈ ਵੈਂਟ ਟੂ ਦੈਟ ਸੈਸ਼ਨ ਆਲਸੋ, ਸੈਮੀਨਾਰ ਅਟੈਂਡ ਕੀਤਾ ਮੈਂ ਮੈਨੀਟੋਬਾ 'ਚ। ਉਹ ਮੈਨੀਟੋਬਨ ਗੌਰਮੈਂਟ ਦਾ ਹੀ ਹੁੰਦਾ ਸੀ। ਆਈ ਨੋ ਦੈਟ ਸੈਮੀਨਾਰ, ਉਸ ਸੈਮੀਨਾਰ ਵਿੱਚ ਤੁਹਾਨੂੰ ਕੋਈ ਖਾਸ ਚੀਜ਼ ਪਤਾ ਲੱਗੀ ਜਿਹੜੇ ਤੁਹਾਡੇ ਕੰਸਲਟੈਂਟ ਨੂੰ ਨਹੀਂ ਪਤਾ ਸੀ, ਜਾਂ ਕੁਛ ਉਸ ਸੈਮੀਨਾਰ ਦੀ ਕੁਛ ਖਾਸ ਚੀਜ਼ ਵਿਸ਼ੇਸ਼ਤਾ? ਨਹੀਂ, ਕੋਈ ਐਸੀ ਨਹੀਂ ਸੀ ਜਿਹੜੀ ਕਿ ਮੇਰੀ ਨੌਲੇਜ ਤੋਂ ਬਹੁਤ ਜ਼ਿਆਦਾ ਬਾਹਰ ਸੀ, ਬਟ ਆਈ ਫੈਲਟ ਕਿ ਦ ਆਫੀਸਰਸ ਓਵਰ ਦੇਅਰ, ਜਿਹੜੀ ਮੇਰੀ ਆਫੀਸਰ ਸੀ, ਕੰਸਰਨ ਆਫੀਸਰ ਸੀ, ਜਾਂ ਜਿਨ੍ਹਾਂ ਵੀ ਬੰਦਿਆਂ ਨੂੰ ਉੱਥੇ ਮੈਂ ਮਿਲਿਆ, ਸਰਪ੍ਰਾਈਜ਼ਿੰਗਲੀ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਕੋਆਪਰੇਟਿਵ ਸੀ ਉਹ ਮੇਰੇ ਨਾਲ, ਬਹੁਤ ਜ਼ਿਆਦਾ। ਐਵਰੀ ਕੁਐਸਚਨ ਜਿਹੜਾ ਪੁੱਛਿਆ ਉਹਨਾਂ ਨੇ ਇੰਨਾ ਪੋਲਾਈਟਲੀ, ਇੰਨੇ ਤਰੀਕੇ ਨਾਲ ਉਹਨੂੰ, ਬੀਇੰਗ ਆਫੀਸ਼ੀਅਲ, ਉਹਨਾਂ ਨੇ ਇੰਨੇ ਤਰੀਕੇ ਨਾਲ ਮੈਨੂੰ ਉਸ ਚੀਜ਼ ਦਾ ਜਵਾਬ ਦਿੱਤਾ ਕਿ ਆਈ ਵਾਸ ਐਬਸੋਲਿਊਟਲੀ, ਬਹੁਤ ਮੈਂ ਇੰਪ੍ਰੈਸ ਹੋਇਆ। ਤੁਸੀਂ ਅਗਰ ਦੇਖੋ ਐਸੇ ਆਫੀਸ਼ੀਅਲ, ਤੁਸੀਂ ਅਗਰ ਦਿੱਲੀ ਸਰਕਾਰ ਜਾਂ ਭਾਰਤ ਸਰਕਾਰ ਦੇ ਕਿਸੇ ਦਫ਼ਤਰ ਚਲੇ ਜਾਓ ਤੇ ਉੱਥੇ ਅਫਸਰ ਕਹਿੰਦਾ ਆ ਭਾਈ ਸਾਹਿਬ ਲਾਈਨ ਵਿੱਚ ਲੱਗੋ, ਜਾ ਕੇ ਉਹਦਾ ਕਰੋ, ਕੱਲ ਆਉਣਾ, ਪੁਲਿਸ ਆਉਣਾ, ਭਾਈ ਅਭੀ ਹੁਣ ਸ਼ਰਮਾ ਜੀ ਚਾਹ ਪੀਣੇ ਗਏ ਆ ਜੀ, ਫਲਾਣਾ ਕਰ ਰਹੇ, ਉੱਥੇ ਗੱਲ ਨਹੀਂ ਕਰਦੇ ਇੰਨੀ ਜ਼ਿਆਦਾ ਜਿੱਥੇ ਤੁਹਾਨੂੂੰ ਲੱਗਿਆ ਕਿ ਵੀ ਉੱਥੇ ਗਵਰਨਮੈਂਟ ਮਸ਼ੀਨਰੀ ਕਿਸ ਤਰ੍ਹਾਂ ਦੀ। ਇਸ ਬਾਰੇ ਤਾਂ ਕੋਈ ਖਾਸ ਗੱਲ ਨਹੀਂ ਕਰ ਸਕਦਾ, ਯੂ ਕੈਨ ਵੈਲ ਅੰਡਰਸਟੈਂਡ, ਬਟ ਓਬਵੀਅਸਲੀ ਸਰ ਉੱਥੇ ਬਿਹੇਵੀਅਰ, ਕਿਉਂਕਿ ਥੋੜ੍ਹੇ ਜਿਹੇ ਲੋਕ ਹੈਗੇ ਨੇ ਅਤੇ ਜਿਹੜਾ ਵੀ ਆਪਸ ਨੂੰ ਵਿੱਚ ਮਿਲਦਾ ਹੈ ਉਹ ਇੱਕ ਦੂਜੇ ਨੂੰ ਗ੍ਰੀਟ ਕਰਦਾ ਹੈ ਬੜੇ ਅੱਛੇ ਤਰੀਕੇ ਨਾਲ। ਤੁਸੀਂ, ਆਈ ਵਾਜ਼ ਸਰਪ੍ਰਾਈਜ਼ਡ, ਈਵਨ ਇਫ ਯੂ ਆਰ ਵਾਕਿੰਗ ਔਨ ਏ ਰੋਡ, ਮੈਂ ਜਿਸ ਸਿਟੀ ਵਿੱਚ ਗਿਆ, ਛੋਟੇ ਜਿਹੇ ਸਿਟੀ 'ਚ ਗਿਆ, ਉੱਥੇ ਮੈਂ ਦੇਖਿਆ ਕਿ ਅਗਰ ਤੁਸੀਂ ਵਾਕ ਕਰ ਰਹੇ ਹੋ ਅਤੇ ਕੋਈ ਸਾਹਮਣੇ ਤੋਂ ਆ ਰਿਹਾ, ਡਜ਼ਨਟ ਮੈਟਰ ਇਫ ਹੀ ਨੋਜ਼ ਯੂ ਔਰ ਨੋਟ, ਇਹ ਨਹੀਂ ਹੈਗਾ ਸਪੈਸੀਫਿਕਲੀ ਇਨ ਸਮਾਲ ਟਾਊਨਸ, ਜਿਹੜੀ ਮੈਂ ਓਬਜ਼ਰਵ ਕੀਤੀ, ਜਿਸ ਚੀਜ਼ ਨੇ ਮੈਨੂੰ ਸਮਾਲ ਰੂਰਲ ਇਲਾਕੇ ਵਿੱਚ ਅਟਰੈਕਟ ਕੀਤਾ, ਇਕਦਮ ਫੈਮਲੀ ਇਨਵਾਇਰਮੈਂਟ ਹੈ, ਯੂ ਡੋਂਟ ਨੋ ਹਿਮ, ਹੀ ਡਜ਼ਨਟ ਨੋ, ਉਹ ਤੁਹਾਡੇ ਕੋਲ ਜਾਂਦੇ, ਹੀ ਵਿਲ ਵੇਵ, ਸੇ ਹੈਲੋ ਟੂ ਯੂ ਐਂਡ ਅੱਗੇ ਵੱਧ ਜਾਂਦਾ ਜੀ। ਲੰਡਨ ਵਿੱਚ ਸਪੈਸੀਫਿਕਲੀ ਮੈਂ ਰੁਕਿਆ, ਮੈਨੂੰ ਨਹੀਂ ਦਿਖਾਈ ਦਿੱਤਾ ਜਿੰਨਾ ਕਿ ਕੈਨੇਡਾ ਵਿੱਚ ਰੂਰਲ ਇਲਾਕੇ ਵਿੱਚ ਜਾ ਕੇ ਮੈਂ ਦੇਖਿਆ ਸਰ। ਸਰ ਇਹ ਤੇ ਮੰਨਣਾ ਪਏਗਾ ਕਿ ਕੈਨੇਡਾ ਕੈਨੇਡਾ ਹੀ ਹੈ, ਭਾਵੇਂ ਤੁਸੀਂ ਇੱਕ ਤਰਫ ਤੁਸੀਂ 5-6 ਕੰਟਰੀਆਂ ਨੂੰ ਜੋੜ ਲਓ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਆਸਟ੍ਰੀਆ, ਜਰਮਨੀ, ਇਹਨਾਂ ਨੂੰ ਸਾਰਿਆਂ ਨੂੰ ਜੋੜ ਲਓ, ਇੱਕ ਵਾਰ ਜੇ ਤਰਾਜੂ ਹੁੰਦਾ ਨਾ ਤਕੜੀ ਹੈ, ਇੱਥੇ ਸਾਰਿਆਂ ਨੂੰ ਕੰਟਰੀ ਨੂੰ ਕਰ ਦਿਓ, ਇੱਕ ਤਰਫ ਕਰ ਦਿਓ ਕੈਨੇਡਾ, ਕੈਨੇਡਾ ਦਾ ਫਿਰ ਵੀ ਵੇਟ ਪਾ ਹੀ ਜਾਏਗਾ। ਇਕਦਮ ਰਾਈਟ ਇਸ, ਵਾਕਈ ਤੁਹਾਡੇ ਡਿਸਕ੍ਰਿਪਸ਼ਨ ਲੱਗ ਰਿਹਾ ਕਿ ਕੋਈ ਜਿਸ ਤਰ੍ਹਾਂ ਕੋਈ ਨਰਕ ਤੋਂ ਸਵਰਗ ਦਲ ਜਾ ਰਿਹਾ, ਕੋਈ ਸਵਰਗ ਤੋਂ ਨਰਕ ਤੋਂ ਜਾ ਰਿਹਾ, ਇਹ ਤਾਂ ਜ਼ਮੀਨ ਆਸਮਾਨ ਦਾ ਜਿੱਦਾਂ ਤੁਸੀਂ ਵਰਡ ਕੀਤਾ ਇਸ ਤਰ੍ਹਾਂ ਐਗਜ਼ਾਮਪਲ ਹੈ। ਸੋ ਤੁਸੀਂ ਕਾਫੀ ਸਟੋਰ ਵੀ ਦੇਖ ਲਏ, ਕੁਛ ਵੀ ਉਹ ਸਾਰੇ ਦੇਖ ਲਏ,
ਉੱਥੇ ਵਿਨੀਪੈਗ ਜਿਹੜੀ ਰਾਜਧਾਨੀ ਹੈ ਮੈਨੀਟੋਬਾ ਦੀ, ਉੱਥੇ ਕਈ ਇਮੀਗ੍ਰੇਸ਼ਨ ਲਾਇਰਸ, ਇਮੀਗ੍ਰੇਸ਼ਨ ਕੰਸਲਟੈਂਟ ਨੇ ਆਪਣੇ ਆਪਣੇ ਇਸ਼ਤਿਹਾਰ ਦਿੱਤੇ ਹੋਏ ਅਖਬਾਰਾਂ 'ਚ ਕਿ ਆ ਜਾਓ ਜੀ, ਮਿਲ ਲਓ, ਸਾਨੂੰ ਆਹ ਕਰਾ ਦੇਂਗੇ, ਫਲਾਨ ਕਰਾਂਗੇ, ਉੱਥੇ ਤੁਹਾਨੂੰ ਲੱਗਿਆ ਕਿ ਕਿਸੇ ਨੂੰ ਮਿਲ ਕੇ ਆਏ ਹੋ? ਨਹੀਂ ਸਰ, ਮੈਨੂੰ ਐਕਚੁਲੀ ਮੇਰੇ ਕੰਸਲਟੈਂਟ ਪਹਿਲਾਂ ਹੀ ਦਿੱਲੀ ਤੋਂ ਹੀ ਮੈਂ ਸਾਰੇ ਅਰੇਂਜ ਸੀ, ਅਤੇ ਮੈਂ ਕਿਸੇ ਨੂੰ ਮਿਲਣ ਦੀ ਕੋਈ ਇੰਨੀ ਮੈਨੂੰ ਜ਼ਰੂਰਤ ਨਹੀਂ ਮਹਿਸੂਸ ਹੋਈ, ਅਤੇ ਮੈਂ ਕਿਸੇ ਇਸ ਵੈਸੇ ਨਹੀਂ ਮਿਲਿਆ। ਔਰ ਇੱਥੇ ਜਿਹੜਾ ਹੈ ਗੱਲ ਸਰ, ਤੁਸੀਂ ਜਿਹੜੀ ਵਾਰ ਵਾਰ ਡਿਸਕਸ ਕਰ ਰਹੇ ਹੋ ਕਿ ਕਰਵਾ ਦੇਵਾਂਗੇ, ਮੇਰੇ ਖਿਆਲ ਨਾਲ ਇਸ ਕੈਨੇਡੀਅਨ ਜਿਹੜਾ ਇਮੀਗ੍ਰੇਸ਼ਨ ਲਾਅ ਹੈਗਾ, ਇਸ ਵਿੱਚ ਇਹ ਗੱਲ ਖੜੀ ਹੀ ਨਹੀਂ ਹੋ ਸਕਦੀ ਕਿ ਕੋਈ ਕਿਸੇ ਵਾਸਤੇ ਕੁਝ ਕਰਾ ਸਕੇ। ਇਫ ਯੂ ਹੈਵ ਦ ਸਜੀ, ਤੁਸੀਂ ਬੜੇ 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 ਹਜ਼ਾਰਾਂ ਦੀ ਗੱਲ ਕੀਤੀ ਐਕਚੁਲੀ, ਕਿਉਂਕਿ ਇਸ ਵਕਤ ਕਈ ਕੰਟਰੀ, ਇਨ ਫਰਗੇਟ ਅਬਾਊਟ ਇੰਡੀਆ, ਐਕਚੁਲੀ ਈਵਨ ਇਨ ਕੈਨੇਡਾ ਕਈ ਲਾਇਰਸ ਕੰਸਲਟੈਂਟ ਇੱਥੇ ਦਾਅਵਾ ਕਰਦੇ ਹੈ, ਉਹਨਾਂ ਦੇ ਜਿਹੜੇ ਐਡ ਹੈ ਯੂਟਿਊਬ ਮੀਡੀਆ ਫਲਾਨਾ ਦਾਅਵਾ ਕਰਦੇ ਹੈ, ਆ ਜਾਓ ਜੀ ਕਰਾ ਦਿਆਂਗੇ, ਇੰਨੇ ਪੈਸੇ ਦਿਓ ਜੀ, ਤੁਹਾਡਾ ਪੱਕਾ ਸ਼ਰਤੀ ਵੀਜ਼ਾ ਲੱਗ ਜਾਏਗਾ ਜੀ, ਵਰਕ ਵੀਜ਼ਾ ਲੈ ਲਓ, ਸ਼ਾਦੀ ਵੀਜ਼ਾ ਲੈ ਲਓ, ਸਟੱਡੀ ਵੀਜ਼ਾ ਲੈ ਲਓ, ਫਲਾਨਾ ਲੈ ਲਓ, PNP ਲੈ ਲਓ, ਅਸੀਂ ਕਰਾ ਦਿਆਂਗੇ ਪੈਸੇ ਦਿਓ, ਗਰੰਟੀ ਸ਼ਰਤੀ ਵੀਜ਼ਾ, ਕਈ ਖੁੱਲ੍ਹ ਕੇ ਐਲਾਨ ਕਰਦੇ ਹੈ, ਅਤੇ ਉਹਨਾਂ ਲਈ ਤੁਹਾਨੂੰ ਕੀ ਤੁਹਾਡੀ ਸੋਚ ਹੈ ਉਹਨਾਂ ਲਈ, ਤੁਹਾਨੂੰ ਕੀ ਕੋਈ ਸੁਨੇਹਾ ਹੈ ਉਹਨਾਂ ਲਈ? ਸਰ ਅਗਰ ਤੁਹਾਡੇ ਕ੍ਰੈਡੈਂਸ਼ੀਅਲ ਹੈਗੇ ਨੇ ਤਾਂ ਗੋ ਫਾਰ ਇਟ, ਯੂ ਵਿਲ ਡੈਫੀਨੇਟਲੀ ਗੈਟ ਸਪੋਰਟ ਫਰੋਮ ਕੈਨੇਡਾ, ਦ ਲੈਂਡ ਇਜ਼ ਆਲਵੇਜ਼ ਦੇਅਰ ਟੂ ਵੈਲਕਮ ਯੂ, ਪ੍ਰੋਵਾਈਡਡ ਕੋਈ ਮਿਸਫੋਰਚੂਨ ਨਾ ਹੋਏ, ਜਿਸ ਤਰ੍ਹਾਂ ਹੁਣ ਮੇਰੇ ਨਾਲ ਥੋੜ੍ਹਾ ਜਿਹਾ, ਬਾਕੀ ਦ ਲੈਂਡ ਇਜ਼ ਆਲਵੇਜ਼ ਦੇਅਰ ਟੂ ਵੈਲਕਮ ਯੂ, ਓਕੇ? ਦੈਟਸ ਰਾਈਟ। ਅਗਰ ਤੁਹਾਡੇ ਕੋਲ ਕ੍ਰੈਡੈਂਸ਼ੀਅਲਸ ਨਹੀਂ ਹੈਗੇ, ਔਰ ਅਗਰ ਤੁਹਾਨੂੰ ਕੋਈ ਫਾਲਸ ਤਰੀਕੇ ਨਾਲ ਕਹਿੰਦਾ ਕਿ ਮੈਂ ਕਰਾ ਦਾਂਗਾ ਉਹ ਕਰਾ ਦਾਂਗਾ, ਸੋਰੀ, ਆਫਿਸ ਲੇਟ ਹੋ ਜਾਣਾ, ਔਰ ਕਿਸ ਤਰ੍ਹਾਂ ਸਟੱਡੀ ਕਰਨਾ, ਟਾਈਮ ਨਹੀਂ ਹੁੰਦਾ ਸੀ ਮੇਰੇ ਕੋਲ, ਉੱਥੇ ਬਿਜ਼ਨਸ ਦਾ ਇੰਨਾ ਬਰਡਨ ਹੁੰਦਾ, ਰਾਤੀ ਸਰ ਆ ਕੇ ਰਾਤੀ 12-12 ਇੱਕ ਨੀਂਦਰ ਆਉਂਦੀ ਹੁੰਦੀ ਸੀ, ਅਤੇ ਫਿਰ ਆਇਲਸ, ਕਿਉਂਕਿ ਇੰਨੇ ਸਾਲ ਤੂੰ ਆਊਟ ਆਫ ਟੱਚ ਆਫ ਦਾ ਸਟੱਡੀਜ਼ ਸੀ ਪੂਰਾ, ਹਰ ਚੀਜ਼ ਨੂੰ ਦੁਬਾਰਾ ਕੈਚ ਕਰਨਾ, ਉਹਨੂੰ ਦੁਬਾਰਾ ਕੁਆਲੀਫਾਈ ਕਰਕੇ ਉਹਨੂੰ ਅੱਗੇ ਫਾਰਵਰਡ ਹੋਣਾ ਸਰ, ਮੈਂ I know. So this is a message for most clients. I get so many calls every day. I don't even have time to, you know, take all calls. And most people are telling me, sir ji, mere ko isme consultant ne ji offer de diya. Sir ji, mere ko usne ye keh diya ke visa tumhara sharti ho jayega, passport de do, visa lag jayega. Main keh raha bhai, Ram ka naam lo. ਇਸ ਤਰ੍ਹਾਂ ਕਿਤੇ ਪੋਸੀਬਲ ਹੋ? ਕਹਿੰਦੇ ਜੀ ਨਹੀਂ, ਉਹਨਾਂ ਨੇ ਦਿਆ ਹੈ ਜੀ, ਕਿਸੇ ਨੇ 50,000 ਐਡਵਾਂਸ ਦੇ ਦਿੱਤਾ, ਕਿਸੇ ਨੇ 1,000 ਰੁਪਏ ਦੇ ਦਿੱਤੇ, ਉਹ ਕਹਿੰਦੇ ਉਹ 1,000 'ਚ ਉਹ ਲਈ ਜਾ ਰਹੇ ਨੇ ਆਪਣੇ ਫਰਜ਼ੀ ਉਹਦੇ ਜਿਹੜੇ ਜੋਬ ਆਫਰ ਲੈ ਕੇ। ਉਹਨਾਂ ਲਈ ਇੱਕ ਮੈਸੇਜ ਹੈ ਤੁਹਾਡੇ ਵੱਲੋਂ, ਮੈਸੇਜ ਹੈ ਕਿ ਬਈ ਇਸ ਤਰ੍ਹਾਂ ਨਹੀਂ ਹੋਣਾ, ਕੈਨੇਡਾ ਇੱਕ ਸਾਇੰਟੀਫਿਕ ਕੰਟਰੀ ਹੈ, ਇਹ ਤਰੀਕੇ ਨਾਲ ਇਹ ਤੁਹਾਨੂੰ ਵੀਜ਼ਾ ਦਿੰਦੇ ਹੈ, ਇਸ ਤਰ੍ਹਾਂ ਨਹੀਂ ਕਿ ਬਈ ਕਿਸੇ ਕੋਲ ਕੋਈ ਸਪੈਸ਼ਲ ਹੋਟਲਾਈਨ ਹੈ ਜੀ, ਮੇਰਾ ਕੋਈ ਜਾਣ ਪਛਾਣ ਹੈ, ਵੀਜ਼ਾ ਤੁਹਾਨੂੰ ਮਿਲ ਜਾਏਗਾ। ਦੈਟ ਇਜ਼ ਨੈਵਰ ਗੋਇੰਗ ਟੂ ਹੈਪਨ ਹੇਅਰ। ਨਾਟ ਐਟ ਆਲ ਸਰ। ਓਕੇ, ਸੋ ਮਾਈ ਨੈਕਸਟ ਕੁਐਸਚਨ ਇਜ਼, ਸੋ what is the business that you selected, tonu kehda business tusi finally choose kita ke eh business main karanga? Sir main basically, mera target hamesha retail line si, okay, main retail line nu hi aur ode naal thodi ji service jodna chahunda si main, okay, main choti ji ek industry nu phadan di koshish kiti, ek section si grooming section aur ek section si thoda ja retail da, pets vagera da, us target karan di main koshish kiti, okay, ਉਸਦੇ ਬਾਰੇ ਆਪਣਾ ਬਿਜ਼ਨਸ ਪਲਾਨ ਬਣਾਇਆ, ਪੂਰੀ ਰਿਸਰਚ ਕੀਤੀ ਉਹਦੇ ਬਾਰੇ, ਉਹ ਸਬਮਿਟ ਕੀਤਾ, ਐਂਡ ਦੈਟ ਆਲਸੋ ਫੋਰਚੂਨੇਟਲੀ ਗੋਟ ਅਪਰੂਵਡ ਐਂਡ ਆਲ ਜੀ। ਓਕੇ, ਨੋ ਬਟ ਟੈਲ ਮੀ ਦ ਨੈਕਸਟ ਸਟੈਪ, ਆਮ ਜਸਟ ਤੁਸੀਂ ਵਾਪਸ ਆਏ, ਵੈਨ ਯੂ ਕੇਮ ਬੈਕ ਟੂ ਦਿੱਲੀ ਆਫਟਰ 3 ਵੀਕਸ, ਸੋ ਵਾਟ ਡਿਡ ਯੂ ਟੈਲ ਦ ਕੰਸਲਟੈਂਟ ਕਿ ਵਾਟ ਇਜ਼ ਦ ਬਿਜ਼ਨਸ ਦੈਟ ਯੂ ਹੈਵ ਚੋਜ਼ਨ, ਕੋਈ ਨਾ ਕੋਈ, ਹਾਊ ਡਿਡ ਯੂ ਸਿਲੈਕਟ ਦੈਟ ਬਿਜ਼ਨਸ? ਬਿਜ਼ਨਸ ਤੁਸੀਂ ਦੈਟ ਇਜ਼ ਆਫ ਮਾਈ ਓਨ, ਜਿਹੜਾ ਮੈਂ ਪੈਟ ਗਰੂਮਿੰਗ ਬਿਜ਼ਨਸ, ਹਾਂ, ਗਰੂਮਿੰਗ ਐਂਡ ਪੈਟਸ ਦੱਸੀ। ਵਾਟ ਯੂ ਨੋ ਅਬਾਊਟ ਪੈਟ ਗਰੂਮਿੰਗ ਬਿਜ਼ਨਸ? ਪੈਟ ਗਰੂਮਿੰਗ ਦਾ ਮਤਲਬ ਕੀ ਹੈ, ਥੋੜਾ ਜਿਹਾ ਸਿੰਪਲ ਅਕਸ਼ਰਾਂ ਚ ਦੱਸੋ ਬਿਜ਼ਨਸ। ਸਰ ਜਿਸ ਤਰ੍ਹਾਂ ਆਪਣੇ ਇੰਡੀਆ ਵਿੱਚ ਹੋ ਰਿਹਾ ਹੈ, ਹਿਊਮਨਸ ਦੀ ਗਰੂਮਿੰਗ ਬਹੁਤ ਜ਼ਿਆਦਾ ਹੁੰਦੀ ਹੈ, ਓਕੇ, ਲੇਡੀਜ਼ ਜਿਸ ਤਰ੍ਹਾਂ ਲੇਡੀਜ਼ ਪਾਰਲਰ ਕਹਿ ਲਓ, ਉਸ ਤਰ੍ਹਾਂ ਦੀ ਪੈਟਸ ਦਾ ਦੇਸੀ ਤਰੀਕੇ ਚ ਅਸੀਂ ਕਹਿ ਸਕਦੇ ਹਾਂ ਜੀ, ਪੈਟਸ ਦਾ ਪਾਰਲਰ ਹੈਗਾ, ਪੈਟਸ ਕੁੱਤੇ 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 ਦਾ ਬਿੱਲੀਆਂ ਦਾ ਪਾਰਲਲ ਹੈ, ਕੁੱਤੇ ਆ ਬਿੱਲੀਆਂ ਦਾ ਪਾਰਲਲ ਹੈ, ਇਹਦਾ ਤੁਹਾਨੂੰ ਤੁਹਾਨੂੰ ਤਾਂ ਐਕਸਪੀਰੀਅੰਸ ਕੁਛ ਨਹੀਂ ਦਿੱਲੀ ਦਾ, ਦਿੱਲੀ ਦੇ ਵਿੱਚ ਤੁਸੀਂ ਕਰਦੇ, ਤੁਸੀਂ ਕੁੱਤੇ ਦਾ ਕੁੱਤੇ ਐਂਡ ਬਿੱਲੀ ਦਾ ਪਾਰਲਲ ਦਾ ਤੁਸੀਂ ਕਿੱਦਾਂ, ਤੁਹਾਡੇ ਦਿਮਾਗ ਕੁਝ ਦੱਸੋਗੇ ਜਰਾ, ਹਾਊ ਡਿਡ ਯੂ ਥਿੰਕ ਆਫ, ਆਈ ਮੀਨ ਵਾਟ ਕੈਨ ਯੂ ਡੂ, ਵਟ ਇਜ਼ ਗੋਇੰਗ ਔਨ, ਕਿਉਂਕਿ ਮੈਨੂੰ ਤਾਂ ਕਈ ਸਾਲ ਹੋ ਗਏ ਇੱਥੇ ਕੈਨੇਡਾ ਰਹਿੰਦੇ, ਮੈਨੂੰ ਅੱਜ ਕੋਈ ਕਹਿ ਕੇ ਕੁੱਤੇ ਬਿੱਲੀ ਦਾ ਪਾਰਲਰ ਕਰੇ, ਮੈਂ ਕਿਹਾ ਸਤਿ ਸ਼੍ਰੀ ਅਕਾਲ, ਮੈਂ ਆਈ 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 ਨੋ ਨਥਿੰਗ ਅਬਾਊਟ ਇਟ, ਹਾਊ ਡਿਡ ਯੂ ਚੂਜ਼,
How did you choose this growing business? Very fair. ਇੱਕ ਨਾ ਹਰ ਐਵਰੀ ਮੈਨ ਐਵਰੀ ਪਰਸਨ ਹਸ ਗਾਟ ਏ ਅੰਦਰੋਂ ਇੱਕ ਫੀਲਿੰਗਸ ਟੂਵਰਡ ਮੇਰੇ ਜਿਹੜਾ ਲਵ ਟੂਵਰਡਸ ਐਨੀਮਲ ਵਾਹ ਕੀ ਬਾਤ ਹੈ ਬਹੁਤ ਜ਼ਿਆਦਾ ਡੀਪ ਹੈਗਾ ਯਾ ਬਹੁਤ ਜ਼ਿਆਦਾ ਡੀਪ ਮਤਲਬ ਈਵਨ ਇਫ ਆਈ ਫਾਈਂਡ ਅ ਸਟਰੀਟ ਡੌਗ ਕਿ ਮੈਨੂੰ ਲੱਗਦਾ ਕਿ ਉਹਨੂੰ ਮਤਲਬ ਇਹ ਸੋਚ ਲਓ ਕਿ ਮੈਂ ਇੱਥੋਂ ਤੱਕ ਕੀਤਾ ਹੋਇਆ ਆਪਣੀ ਲਾਈਫ ਵਿੱਚ ਕਿ ਜਿਨ੍ਹਾਂ ਨੂੰ ਜਿਨ ਡੌਗਸ ਨੂੰ ਲੋਕਾਂ ਨੇ ਛੱਡ ਦਿੱਤਾ ਸੜਕ 'ਤੇ ਉਹਨੂੰ ਆਪਣੇ ਘਰ ਲਿਆ ਕੇ ਉਹਨੂੰ ਮਤਲਬ ਟ੍ਰੀਟ ਕਰਕੇ ਉਹਨੂੰ ਪੈਟ ਬਣਾ ਕੇ ਆਪਣੇ ਕੋਲ ਰੱਖਿਆ ਦਸ ਦਸ ਬਾਰਾਂ ਬਾਰਾਂ ਸਾਲਾਂ ਤੱਕ ਆਈ ਮਤਲਬ ਇੱਕ ਮੇਰੇ ਬਿਨਾਂ ਜਿਹੜਾ ਪਿਆਰ ਹੈਗਾ ਨਾ ਉਹ ਐਨੀਮਲਸ ਵੱਲ ਬਹੁਤ ਜ਼ਿਆਦਾ ਹੈ ਅੱਛਾ ਮੇਰਾ ਇੱਥੇ ਤਾਂ ਮੈਂ ਇੰਡੀਆ 'ਚ ਆਏ ਮੈਂ ਜਿਹੜਾ ਕੰਮ ਨਹੀਂ ਵੀ ਕੀਤਾ ਮੈਂ ਜਿਹੜਾ ਕੰਮ ਕੀਤਾ ਨੋਟ ਬਿਕੋਜ਼ ਆਫ ਮਾਈ ਜੋ ਮੈਂ ਕਰਨਾ ਚਾਹੁੰਦਾ ਸੀ ਬਟ ਬਿਕੋਜ਼ ਆਈ ਹੈਡ ਟੂ ਡੂ ਇਟ ਬਿਕੋਜ਼ ਆਈ ਹੈਡ ਟੂ ਅਰਨ ਮਨੀ ਬਟ ਦੈਟਸ ਇਟ ਮਾਈ ਇੰਟੈਂਸ਼ਨ ਵਾਸ ਕਿ ਮੈਂ ਇੱਥੇ ਕੁਝ ਸੋਸ਼ਲੀ ਕਰ ਸਕਾਂ ਕੁਝ ਚੈਰਿਟੀ ਵੀ ਕਰ ਸਕਾਂ ਕੁਝ ਇਸ ਤਰੀਕੇ ਨਾਲ ਸੋਚ ਕੇ ਮੈਂ ਕਿਹਾ ਮੇਰੀ ਜਿਹੜੀ ਰੈਸਟ ਆਫ ਦੀ ਲਾਈਫ ਰਹਿ ਗਈ ਹੈ ਆਈ ਐਮ ਆਲਰੇਡੀ 46 ਅਤੇ ਜਿਹੜੀ ਮੇਰੀ ਰੈਸਟ ਆਫ ਦਾ ਲਾਈਫ ਰਹਿ ਗਈ ਹੈ ਉਹ ਵਾਈ ਨੋਟ ਆਈ ਸਪੈਂਡ ਕਿ ਮੈਂ ਆਪਣੀ ਮਰਜ਼ੀ ਨਾਲ ਕੁਝ ਪੈਟਸ ਨਾਲ ਕੁਝ ਕਰ ਸਕਾਂ ਇਹ ਸੋਚ ਕੇ ਇਹ ਇੰਟੈਂਸ਼ਨ ਮੈਂ ਇਸ ਪਰ ਵਰਕਿੰਗ ਸ਼ੁਰੂ ਕੀਤੀ ਉਦੋਂ ਇਸ 'ਤੇ ਬਾਕੀ ਦੀ ਵੀ ਮੈਂ ਤਿਆਰੀ ਪੂਰੀ ਕਿ ਮੈਂ ਇਹਦੀ ਜੋ ਟ੍ਰੇਨਿੰਗ ਲੈਣੀ ਸੀ ਜਿਹੜੀ ਥੋੜ੍ਹੀ ਬਹੁਤੀ ਉਹਦੇ ਵਾਸਤੇ ਮੈਂ ਤਿਆਰੀ ਪੂਰੀ ਕੀਤੀ ਹੋਈ ਸੀ ਜਿਹੜੇ ਕਿ ਅਨਫੋਰਚੂਨੇਟ ਥੋੜ੍ਹਾ ਜਿਹਾ ਮਿਸ ਹੋ ਗਿਆ ਲੇਟ ਮੀ ਆਸਕ ਯੂ ਸਮ ਅਦਰ ਕੁਐਸਚਨਸ ਅਬਾਊਟ ਦਿਸ ਤੁਸੀਂ ਪੈਟ ਗਰੂਮਿੰਗ ਬਿਜ਼ਨਸ ਜਿਹੜੇ ਮੈਨੀਟੋਬਾ ਵਿੱਚ ਜਿਹੜੇ ਕੁਝ ਚੱਲ ਰਹੇ ਹਨ ਉੱਥੇ ਜਾ ਕੇ ਉਹਨਾਂ ਨੂੰ ਵਿਜ਼ਿਟ ਕੀਤਾ ਉਹਨਾਂ ਨੂੰ ਜਾ ਕੇ ਦੇਖਿਆ ਕਿ ਵੀ ਕਿਸ ਤਰ੍ਹਾਂ ਬਿਜ਼ਨਸ ਕਰ ਰਹੇ ਹਨ ਵਟ ਇਜ਼ ਦਾ ਪ੍ਰੋਫਿਟੇਬਿਲਟੀ ਰੇਸ਼ੀਓ ਜਿਹੜੇ ਲੋਕ ਕਰਦੇ ਹੈ ਕੰਮ ਮੀਨ ਵਟ ਇਜ਼ ਦਾ ਇਜ਼ ਇਟ 10% ਆਫ ਗ੍ਰਾਸ ਪ੍ਰੋਫਿਟ 15% 20% ਡੂ ਯੂ ਨੋ ਐਨੀਥਿੰਗ ਅਬਾਊਟ ਇਟ ਯਾ ਵਟ ਆਈ ਹੈਵ ਸੀਨ ਇਜ਼ ਜਿਹੜੇ ਬੇਸਿਕਲੀ ਜਿਹੜੀ ਬਿਗ ਚੇਨਸ ਹੈਗੀਆਂ ਨੇ ਜਿਨ੍ਹਾਂ ਨੇ ਇਸ ਬਿਜ਼ਨਸ ਨੂੰ ਗ੍ਰਾਸ ਕੀਤਾ ਹੋਇਆ ਓਕੇ ਕੈਨ ਯੂ ਗਿਵ ਸਮ ਨੇਮਸ Yeah. Do you have any names? Pet value. Okay. Best West. Okay, Pet value. Okay. So ਇੱਥੇ ਜਾ ਕੇ ਤੁਸੀਂ ਇਹਨਾਂ ਨਾਲ ਗੱਲ ਕੀਤੀ ਤੁਸੀਂ I mean did you find out ke how they run the business and what is their profit sales and stuff? Definitely. I found out everything. Okay. Main dekhe, another jada margin of profit hai, kya ho, kaise jada hai? This is pet value. I'm showing on the pet value on the screen. This is pet value? So this is the kind of business you like? Yes. Actually, these are the franchisees. They are distributing all over Canada. That's right. America, Canada chain hai ye. ਪਰ ਇਹਨਾਂ ਦੇ ਜਿਹੜੇ ਪ੍ਰੋਡਕਟਸ ਹੈਗੇ ਨੇ ਮੇਰੀ ਜਿਹੜੀ ਸਟੱਡੀ ਸੀ ਉਹ ਮੈਂ ਇਹ ਸਟੱਡੀ ਕੀਤੀ ਕਿ ਇਹਨਾਂ ਦੇ ਜਿਹੜੇ ਪ੍ਰੋਡਕਟਸ ਹੈਗੇ ਨੇ ਦੇ ਆਰ ਯਾ ਦੈਟਸ ਰਾਈਟ ਪੈਟ ਵੈਲਿਊ ਇਦਮ ਠੀਕ ਕਰ ਰਹੇ ਯਾ ਮੈਂ ਸ਼ੋ ਕਰ ਰਿਹਾ ਐਕਚੁਅਲੀ ਕਿ ਪੈਟ ਵੈਲਿਊ ਕਰਦੇ ਕੀ ਹੈ ਪੈਟ ਵੈਲਿਊ ਇਹ ਪੈਟ ਦੀ ਗਰੂਮਿੰਗ ਵੀ ਕਰਦੇ ਆ ਤੇ ਪੈਟ ਦਾ ਸਮਾਨ ਵੀ ਵੇਚਦੇ ਆ ਜਿਸ ਦਾ ਖਾਣ ਪੀਣ ਦਾ ਸਮਾਨ ਹੈ ਟੌਇਸ ਆਈ ਮੀਨ ਲੁੱਕ ਐਟ ਦਿਸ ਕੈਨ ਯੂ ਬਿਲੀਵ ਆਈ ਹੈਡ ਨੋ ਨੋਲੇਜ ਅਬਾਊਟ ਦਿਸ ਬਾਈ ਦ ਵੇ ਆਈ ਐਮ ਥੈਂਕਫੁਲ ਦੈਟ ਯੂ ਆਰ ਗਿਵਿੰਗ ਮੀ ਦਿਸ ਨੋਲੇਜ ਕਿਉਂਕਿ ਇਹ ਗ੍ਰੇਟ ਸਿਲੈਕਸ਼ਨ ਆਫ ਪੈਟ ਫੂਡਸ ਟ੍ਰੀਟਸ ਟੌਇਸ ਐਸੈਸਰੀਜ਼ ਵਿਦ ਐਨੀਮਲ ਕੇਅਰ ਐਕਸਪਰਟਸ ਹੂ ਆਰ ਸਪੈਸ਼ਲੀ ਟ੍ਰੇਨਡ ਟੂ ਹੈਲਪ ਯੂ ਫਾਈਂਡ ਦਾ ਬੈਸਟ ਨਿਊਟ੍ਰੀਸ਼ਨ ਐਂਡ ਪ੍ਰੋਡਕਟਸ ਫੋਰ ਯੂਰ ਬੈਸਟ ਆਲ ਐਟ ਕੰਪੈਟੀਟਿਵ ਪ੍ਰਾਈਸ ਸੋ ਇਹ ਸਮਾਨ ਇਹ ਵੇਚਦੇ ਆ ਇਹ ਫਰੈਂਚਾਈਜ਼ ਇਹਨਾਂ ਨੇ ਕੀਤਾ ਹੋਇਆ ਸਾਰਾ ਯਾ ਫਰੈਂਚਾਈਜ਼ ਕੀਤਾ ਹੋਇਆ ਸੋ ਯੂ ਲਾਈਕ ਦਿਸ ਬਿਜ਼ਨਸ ਆ ਦੇਖੋ ਬਾਲ ਇਹ ਦੋ ਬਾਲ ਕੱਟ ਰਹੇ ਆ ਇਹਦੇ ਦੇਖੋ ਕੁੱਤੇ ਦੇ ਬਾਲ ਯੈਸ ਯੈਸ ਸਰ ਜੀ ਇਸ ਤਰ੍ਹਾਂ ਆਪਾਂ ਦਿੱਲੀ ਦਾ ਗਰੂਮਿੰਗ ਸੈਕਸ਼ਨ ਬੇਸਿਕਲੀ ਆਈ ਹੈਡ ਟੂ ਕਵਰ ਐਵਰੀਥਿੰਗ ਆਈ ਹੈਡ ਟੂ ਕਵਰ ਈਵਨ ਦਾ ਹੋਸਟਲ ਐਂਡ ਈਵਨ ਦਾ ਰਿਸੋਰਟ ਟਾਈਪ ਦੈਟ ਸੋਰਟ ਆਫ ਆਈਡੀਆ ਦਿਸ ਇਜ਼ ਇੱਕ ਛੋਟਾ ਜਿਹਾ ਪੋਰਸ਼ਨ ਨੇ ਮੈਂ ਉਸ ਤੋਂ ਜ਼ਿਆਦਾ ਕੁਝ ਐਕਸਪੈਂਡ ਕਰਨਾ ਚਾਹ ਰਿਹਾ ਸੀ ਦੈਟਸ ਗੁੱਡ ਆਈਡੀਆ ਓਕੇ ਯਾ ਇਸ ਫਰੈਂਚਾਈਜ਼ ਦਾ ਇਜ਼ ਦਾ ਕੀ ਖਰਚਾ ਕੀ ਨਾ ਜਿਸ ਦਾ ਸਪੋਜ਼ ਅਗਰ ਤੁਸੀਂ ਫਰੈਂਚਾਈਜ਼ ਲੈਣਾ ਸੋ ਹਾਊ ਮਚ ਐਕਸਪੈਕਟਡ ਖਰਚਾ ਨੋ ਨਥਿੰਗ ਬਿਗ ਮੈਂ ਇਹਨਾਂ ਫਰੈਂਚਾਈਜ਼ੀਜ਼ ਨੂੰ ਸਾਈਡਲਾਈਨ ਕੀਤਾ ਓਕੇ ਮੈਂ ਇਹਨਾਂ ਫਰੈਂਚਾਈਜ਼ੀਜ਼ ਦੀ ਸਿਰ ਸਟੱਡੀ ਕੀਤੀ ਹੈ ਬਿਕੋਜ਼ ਵਟ ਵਾਜ਼ ਮਾਈ ਆਈਡੀਆ ਅਬਾਊਟ ਇਟ ਕਿ ਇਹਨਾਂ ਦੇ ਜਿਹੜਾ ਮਾਰਜਨ ਆਫ ਪ੍ਰੋਫਿਟ ਔਰ ਇਹ ਹੈਗਾ ਇਹ ਬਹੁਤ ਜ਼ਿਆਦਾ ਗੈਪ ਹੈ ਉਹਦੇ 'ਚ ਓਕੇ ਸੋ ਵਟ ਆਈ ਡਿਡ ਆਈ ਇਮੀਡੀਏਟਲੀ ਮੇਰਾ ਜਿਹੜਾ ਪਲਾਨ ਸੀ ਉਹ ਇਹ ਸੀ ਕਿ ਫਰੋਮ ਦਾ ਜਿਹੜੇ ਲੋਕਲ ਮਾਰਕੀਟ ਵਿੱਚ ਜਿਹੜੇ ਮੈਨੀਟੋਵਾ ਵਿੱਚ ਜਿਸ ਤਰ੍ਹਾਂ ਛੋਟੇ ਛੋਟੇ ਸਿਟੀਜ਼ ਵਿੱਚ ਕਈ ਮੈਨੂਫੈਕਚਰਰ ਨੇ ਉਹਨਾਂ ਕੋਲੋਂ ਇਹ ਚੀਜ਼ਾਂ ਲੈਣੀਆਂ ਜੇ ਰੋ ਕੈਨੇਡੀਅਨ ਰੋ ਇੱਕ ਹੈਗਾ ਜਿਸ ਤਰ੍ਹਾਂ ਦੇ ਆਰ ਸੈਲਿੰਗ ਦੇਅਰ ਪ੍ਰੋਡਕਟਸ ਉਹਨਾਂ ਕੋਲੋਂ ਲੈਣਾ ਹੋਰ ਛੋਟੇ ਕਈ ਸਾਰੇ ਹੋਰ ਛੋਟੇ ਛੋਟੇ ਮੈਨੂਫੈਕਚਰਰਸ ਹੈਗੇ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਉਹਨਾਂ ਨਾਲ ਡਾਇਰੈਕਟ ਲਿੰਕਅਪ ਹੋ ਕੇ ਉਹਨਾਂ ਕੋਲ ਸੋਰਸਿੰਗ ਕਰਨੀ ਆਪਣੇ ਪ੍ਰੋਡਕਟਸ ਦੀ ਔਰ
अपने लेवल ते एक स्टोर जिस तरह कि मैं डेली जरा मैं अपना मेरा स्टोर है उस तरीके ना इस तरीके ना सेम सेम कंसैप्ट मैं उत्थे उन्हें लैके आना चाहता सी कि डिफरेंट अलग अलग डिविजन्स तो सिलेक्ट करके इसनों और एक कंप्लीट हब बना के एक अंडर वन रूफ उन्होंने पूरा सिलेक्ट करके एक रूफ के अंडर उन्होंने लिया के उस तो बाद उस बिजनेस में करना चाहता सी. आई डिड नॉट वॉन्ट टू गो फॉर एनी फ्रेंचाइजी. या ठीक है ठीक है, that's fine. So typically जो तुसी सोच रहे कि दुकान तुसी इस तरह दी बनानी है, of course you had to lease out something. तानू लग गया कितना खर्चा लग जाएगा? Let's say कि दुकान तुसी लोगे, लीज कराए थे लोगे, फिर सामान पाओगे, inventory something. What is the did you do some evaluation और कितना खर्चा आएगा? When I was in rural Manitoba, so मैं गल महसूस होते की थी कि I was not in a mood to lease out something. I wanted to purchase the property and start. That's okay. What मैं अपने business में mention भी किया था उन्हों कि मैं property खरीदना चाहता हूँ. कितनी cost थी property में? That depends. Normally it was about 150,000 dollars, which 1,50,000 to 2,000 dollars, which तो उन्हों कोई ना कोई मैंने टोवा which ruler which मैं कि अगर मैं आ रहा हूँ अपनी फैमिली नाल तो मैं किस किस टाइप का हाउस कितने डॉलर्स विच मैं मिल सकता है. मैं उसमें शॉप्स का देखा कि शॉप्स कितने डॉलर विच मैं किन्ने किन्ने किस रेट विच मिल सकती है. सो मेरी पूरी कंप्लीट स्टडी हुई है उसके बारे सर. मैं बड़े सारे रियल एस्टेट्स को मिला उत्थे. दे गेव मी अ वेरी फेयर आइडिया अबाउट द एग्जैक्ट प्राइस ऑफ द लैंड देयर. मेरी स्टडी से टोटल सेट फैमिली नु सेटल करने लिए कितना खर्चा चाहिए है? मोटा-मोटा हिसाब, जरा मोटा सा हिसाब. दुकान भी खरीदनी है, सामान भी, इन्वेंटोरी भी तुसी पानी है उसे, ते फिर अपना रोज दा मरा दा खर्चा भी है, फिर तुसी क्या मकान भी खरीदना है. टोटल कितने दा खर्चा लग जाएगा? पूरा बजट कितना है सर? जड़ा मेरा टोटल जो मैं प्लान कर रहा सी बारे की एदा जो टोटल एक्सपेंस हैगा सी एदे जड़ा मैं प्लान कीता सी ओ सी करीब 4 lakh dollars दे करीब टोटल इन्वेस्टमेंट मेरी प्लानिंग विच हैगी सी. 4 lakh dollar di dukan bhi jam jayegi and plus makan bhi aa jayega. Is that right? Yeah, that's initially I had a idea ki 70,000 or 70,000-80,000 which we ruler Canada vich koi na koi space tanu accommodate ho sakde ho tusi. Okay, so mota mota hisab leke chalo 4 lakh dollar tusi kya 4 lakh dollar 2.5 crore ya 1.25 crore? प्रोग्राम अपने दिमाग विच रखिया. और उस तो भी जरा मेन पॉइंट है सी सर कि रूलर विच स्टिल इट्स ईजीअर टू सैटल, मतलब घट विच हो सकता है. If I would have thought of Winnipeg, if I would have Toronto, if I had thought of any whole metropolitan city, so any which te, matlab main kuch bhi nahi kar sakta. That's really. Main itthe tuhanu rok deya 2 minute, ek tuhanu main apna observation de deya ke kai log mainu puchde hain ke bhai meri ji Delhi dukaan chal rahi hai jis tarah ya Ludhiane dukaan chal rahi hai ji, mere kol ji 2 crore hai ji. ठीक है, आई एम जस्ट एन एग्जांपल, मेरे को 2 करोड़ है जी. मैं कहा अच्छा 2 करोड़ है, नहीं है तो नहीं जी है, लेकिन असि मकान बेच देंगे. मैं कहा मकान बेच दोगे, हाउ मच मनी डू यू हैव इन एज अ लिक्विड फंड्स? वो कहते नहीं जी होएगा 20-25 लाख रुपए हैं, लेकिन कोई गल नहीं तुसी करा दो, असि मकान बेच देंगे. इथे गल साफ हो गई कि भाई जब तक ताडे कोल 2 crores प्लस अगर ताडे कोल लिक्विड मनी नहीं है, ये सारा थोड़ा जा टाइट है. दूसरा कई लोग ये सोचते हैं कि इंडिया तो कि भी असी जाना ही वैनकूवर डाउनटाउन है जिथे काफ़ी पंजाबी लोग हैं, पॉपुलेशन है, सरी है, वैनकूवर है या टोरंटो एरिया.
ਟੋਰਾਂਟੋ ਏਰੀਆ ਦੀ ਓਨਟਾਰੀਓ ਵਿੱਚ ਜਿਹੜਾ ਨੋਮੀਨੇਸ਼ਨ ਹੈ ਮੇਰੇ ਖਿਆਲ ਹੈ ਕਿ ਉਹ $500,000 ਤੋਂ ਸ਼ੁਰੂ ਕਰਦੇ ਹੈ ਜੇਕਰ ਤੁਸੀਂ ਵਿੱਚ ਸ਼ਹਿਰ ਰਹਿ ਰਹੇ ਹੋ ਜਾਂ ਕਿ ਡਾਊਨਟਾਊਨ ਏਰੀਆ ਵਿੱਚ ਰਹਿ ਰਹੋ ਜੀਟੀ ਏਰੀਆ ਰਹਿ ਰਹੋ ਆਈ ਥਿੰਕ ਇਟਸ ਕਲੋਜ਼ ਟੂ ਸਟਾਰਟਿੰਗ ਫਰਮ $1 million ਪਲੱਸ $1 million ਬੰਦਾ ਤੁਹਾਡਾ 5.5 crore ਆਈ ਮੀਨ 5.4 crores ਦੈਟਸ ਅ ਲੋਟ ਆਫ ਮਨੀ ਸੋ ਅਲਟੀਮੇਟਲੀ ਗੱਲ ਦੇ ਸਮਝ ਵਾਲੀ ਹੈ ਕਿ ਵੀ ਇਹ ਜਿਹੜੇ ਵੱਡੇ ਵੱਡੇ ਸ਼ਹਿਰ ਹੈ ਜਿਸ ਤਰ੍ਹਾਂ ਦੇਖਦੇ ਹੋ ਮੋਨਟਰੀਅਲ ਹੈ ਵੈਨਕੂਵਰ ਹੈ ਯੂ ਨੋ ਟੋਰਾਂਟੋ ਏਰੀਆ ਹੈ ਸੋ ਇੱਥੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਕਿਤੇ ਛੋਟੇ ਛੋਟੇ ਏਰੀਆ ਦੇ ਛੋਟੇ ਕਸਬੇ ਛੋਟੇ ਰੂਰਲ ਏਰੀਆ ਜਾ ਕੇ ਹੀ ਤੁਹਾਡੀ ਦਾਲ ਗਲ ਸਕਦੀ ਹੈ ਛੋਟੇ ਟਾਊਨਸ ਚਲੇ ਜਾਓ ਛੋਟੇ ਜਿਹੜੇ ਛੋਟੇ ਛੋਟੇ ਪੋਪੂਲੇਟਡ ਬੜੇ ਸਾਰੇ ਸਿਟੀਜ਼ ਹੈਗੇ ਨੇ ਜਿਹਦੀ ਪੋਪੂਲੇਸ਼ਨ ਹੈ 15,000-20,000 ਉਹ ਜੇ ਟਾਊਨਸ ਚਲੇ ਜਾਓ ਸੋ ਤੁਸੀਂ ਤੇ ਸਟਿਲ ਯੂ ਹੈਵ ਯੂ ਵਿਲ ਬੀ ਏਬਲ ਟੂ ਡਿਵੈਲਪ ਕਿਉਂਕਿ ਜਿਸ ਤਰ੍ਹਾਂ ਟਾਊਨ ਡਿਵੈਲਪ ਹੋਏਗਾ ਥੋੜੇ ਹੋਣਗੇ ਤੇ ਯੂ ਵਿਲ ਹੈਵ ਦ ਚਾਂਸਸ ਟੂ ਡਿਵੈਲਪ ਵਿਦ ਦੈਟ ਟਾਊਨ That's right. So you came back after 3 weeks. You came back to Delhi and tu si apne consultant nu dassya. Ode baad fir ki step hoya? Fir sir main apna complete business plan banaya. Business plan tu si banaya ki unhone banaya? Nahi sir. It was business plan. Main apna exploratory visit di puri bana ke unhone ditti ki meri exploratory visit hoyi hai. Is tarah system hai. I like that. I like that because lot of people think ke bhi ਅਸੀਂ ਕੁਛ ਨਹੀਂ ਕੰਮ ਕਰਨਾ ਜੀ ਲਾਇਰ ਸਾਹਿਬ ਤੁਸੀਂ ਬਣਾ ਦਿਓ ਨੋ ਆਈ ਐਮ ਵੈਰੀ ਕਲੀਅਰ ਅਪਰੀਸ਼ੀਏਟ ਮਾਈ ਫਸਟ ਕੰਸਲਟੈਂਟ ਜਿਹੜੇ ਵੀ ਸੀ ਮੇਰੇ ਕਿ ਉਹਨਾਂ ਨੇ ਮੈਨੂੰ ਇੱਕਦਮ ਸਾਫ਼ ਰਿਫਿਊਜ਼ ਕਰਤਾ ਕਿ ਮੈਂ ਜੋ ਐਕਸਪਲੋਰੇਟਰੀ ਵਿਜ਼ਿਟ ਹੈ ਉਸਕੀ ਹਰ ਇੱਕ ਇੱਕ ਕੀ ਮੂਮੈਂਟ ਕੀ ਯੂ ਹੈਵ ਟੂ ਰਾਈਟ ਡਾਊਨ ਐਂਡ ਗਿਵ ਇਟ ਟੂ ਮੀ ਸੋ ਮੈਂ ਉਹ ਉਹਨਾਂ ਨੂੰ 3 ਵਾਰੀ ਪਹਿਲਾਂ ਦਿੱਤਾ ਵਿੱਚ ਦੇ ਮਾਈ ਕੰਸਲਟੈਂਟ ਡਿਸਅਪਰੂਵਡ ਸੈਡ ਨੋ I want more detail into of your visit plan not the brief one morning ich main gaya ji aaj aise jagah gaya no bhai tusi svere kinne baje utthe ho tusi sara din ki kita hai tusi raati agar roti vi khadi hai tad vi tusi kithe khadi hai everything has to be mentioned bade tarike nal te bahut zabardast unne deep plan liya jinnu banan vich hi main mainu ghat to ghat ni te 1 mahine tak main struggle karda reha har cheez nu gather karda reha ਕਿਉਂਕਿ ਮੈਂ ਡਾਇਰੀ ਨੋਟ ਕਰ ਲੈਂਦਾ ਸੀ ਉਹ ਦੈਟ ਵਾਜ਼ ਅ ਬਿਗ ਹੈਲਪ ਟੂ ਮੀ ਕੈਨੇਡਾ ਮੇਰੀ ਡਾਇਰੀ ਜੋ ਨੋਟ ਹੋਇਆ ਸੀ ਉਹ ਦੈਟ ਵਾਜ਼ ਅ ਬਿਗ ਹੈਲਪ ਐਂਡ ਸਪੋਰਟ ਟੂ ਮੀ ਆਈ ਕੁਡ ਰੀਕੋਲੈਕਟ ਦ ਮੂਮੈਂਟਸ ਜਿਹੜੀ ਮੈਂ ਰਿਸਿਪਟਸ ਰੱਖੀਆਂ ਸੀ ਉਹ ਮੈਂ ਸਾਰੀ ਅਪਲੋਡ ਕੀਤੀ ਪੂਰਾ ਪਲਾਨ ਮੈਂ ਐਕਸਪਲੋਰੇਟਰੀ ਵਿਜ਼ਿਟ ਬਣਾ ਕੇ ਮੈਂ ਸਬਮਿਟ ਕੀਤਾ ਜਿਸ ਦੇ ਬਿਹਾਫ 'ਤੇ ਫਿਰ ਉਹਨਾਂ ਨੇ ਮੈਨੂੰ ਅਸਿਸਟ ਕੀਤਾ ਬਿਜ਼ਨਸ ਪਲਾਨ ਵਿੱਚ ਅਸਿਸਟ ਓਕੇ ਗੁੱਡ ਗੁੱਡ ਸੋ ਬਿਜ਼ਨਸ ਪਲਾਨ ਬਣ ਗਿਆ ਅਤੇ ਤੁਹਾਡੀ EOI ਲੱਗੀ ਹੋਈ ਹੈ ਐਂਡ ਦੈਨ ਯੂ ਸਬਮਿਟ ਦ ਡਾਕੂਮੈਂਟਸ ਐਵਰੀਥਿੰਗ ਅਤੇ ਉਹਦੇ ਬਾਅਦ ਫਿਰ ਆਫਟਰ ਡੇਟ ਆਫ ਸਬਮਿਸ਼ਨ ਕਿੰਨੇ ਦਿਨ ਬਾਅਦ ਉਹਨਾਂ ਦਾ ਜਵਾਬ ਆਇਆ ਯੂ ਨੋ ਮੈਨੀਟੋਬਾ ਸਰਕਾਰ ਤੋਂ ਸਰ ਮੁਸ਼ਕਿਲ ਨਾਲ ਅਨਐਕਸਪੈਕਟਡਲੀ ਕਾਲ ਆ ਗਿਆ ਅਨਐਕਸਪੈਕਟਡਲੀ ਸਡਨਲੀ ਕਿ ਯੂ ਅਪਲਾਈਡ ਫੋਰ ਮੈਨੀਟੋਬਾ ਪਰਮਿਸ਼ਨ ਨਾਮਨੀ ਆਈ ਸੈਡ ਯੈਸ ਆਈ ਵਾਸ ਮੈਕਦਮ ਪ੍ਰੀਪੇਅਰਡ ਹੈ ਨਹੀਂ ਸੀ ਦੇ ਕਾਲ ਫਰਮ ਵੇਅਰ ਫਰਮ ਮੈਨੀਟੋਬਾ ਮੈਨੀਟੋਬਾ ਦੇ ਸਰਕਾਰ ਤੋਂ ਤੁਹਾਡੇ ਅਫਸਰ ਤੋਂ ਕਿਸੇ ਦਾ ਫੋਨ ਆਇਆ ਇਨ ਦਿੱਲੀ ਜੀ ਬਈ ਯੂ ਅਪਲਾਈਡ ਫॉर ਮੈਂ ਕਿ ਯੈਸ ਦੇ ਐਕਚੁਅਲੀ ਦੇ ਵਾਂਟਡ ਟੂ ਕ੍ਰਾਸ ਚੈੱਕ ਐਵਰੀਥਿੰਗ ਯਾ ਦੈਟ ਦ ਜੈਂਟਲ ਲੇਡੀ ਦ ਆਫੀਸਰ ਆਈ ਊਡ ਸੇ ਸੌਰੀ ਆ ਟੇਕ ਆਫੀਸਰ ਟੁਕ ਆਲਮੋਸਟ 1 ਆਵਰ ਟੈਲਿੰਗ ਮੀ ਔਨ ਦ ਫੋਨ ਜਿਹੜਾ ਤੁਸੀਂ ਔਨ ਦ ਫੋਨ ਕਿ ਅਗਰ ਤੁਹਾਡੀ ਤੁਸੀਂ ਇੰਨਾ ਹੀ ਤੁਹਾਡਾ ਪਲਾਨ ਹੈਗਾ ਇੰਨਾ ਤੁਹਾਡਾ ਨੈਟਵਰਕ ਹੈ ਇੰਨਾ ਤੁਸੀਂ ਕਰ ਰਹੇ ਹੋ ਕਿਸ ਤਰ੍ਹਾਂ ਕਰੋਗੇ ਹਰ ਚੀਜ਼ ਨੂੰ ਉਹਨੇ ਵਰਕਆਊਟ ਮੇਰੇ ਨਾਲ ਕੀਤਾ ਮੈਂ ਉਸ ਟਾਈਮ ਆਈ ਵਾਜ਼ ਮੈਂਟਲੀ ਨੋਟ ਪ੍ਰੀਪੇਅਰਡ ਫੋਰ ਦੈਟ ਮੂਮੈਂਟ ਸੋ ਮੈਨੂੰ ਬਹੁਤ ਇੰਟਰਵਿਊ ਹੋਣ ਤੋਂ ਬਾਅਦ ਜਿਹੜਾ ਉਹਨਾਂ ਨੇ ਫਿਰ ਉਹਨਾਂ ਨੇ ਮੈਂ LIM ਜਿਹੜਾ ਉਹ ਕੀ ਕਹਿੰਦੇ ਨੇ ਨੋਮੀਨੇਸ਼ਨ ਜਿਹੜਾ ਉਹ LAA that was issued after that letter of something to advise to apply which I then later on the next step was to apply so okay my, okay the final interview hai oh last which hoya oh that is a second at the initially just right my papers paaye ne they wanted to cross check
whether the person is genuine, whether the person knows everything, whether the person is under some influence, whether the person is the same person whom I'm talking to, whether the person is the right one, whether the person fraud ho sakda hai itse. They had ਉਹਨਾਂ ਦੇ ਆਈਡੀ ਵਿੱਚ ਆ ਰਿਹਾ ਸੀ ਕਿ ਕਿ ਚਲੋ ਖੈਰ ਐਨੀ ਹਾਓ ਸ਼ੀ ਟੁੱਕ ਅਬਾਊਟ 1 hour ਉਹਨਾਂ ਦੇ ਕਰੀਬ ਉਹਨਾਂ ਇੰਟਰਵਿਊ ਮੇਰੇ ਨਾਲ ਡਿਸਕਸ਼ਨ ਸਾਰੀ ਕੀਤੀ ਦੈਨ ਅੱਗੇ ਅਸੀਂ ਵਧੇ ਜੀ ਦੈਟਸ ਫਾਈਨ ਸੋ ਗੁੱਡ ਸੋ ਨੋਮੀਨੇਸ਼ਨ ਉਹਨਾਂ ਨੇ ਉਹ ਕਨਫਰਮ ਕਰਤਾ ਅਤੇ ਫਿਰ ਫਿਰ ਅਗਲਾ ਸਟੈਪ ਕੀ ਹੋਇਆ ਫਿਰ ਦੈਨ ਯੂ ਗਾਟ ਵਟ ਵਾਸ ਦ ਫਾਈਨਲ ਮੈਸੇਜ ਦੈਟ ਯੂ ਗਾਟ ਆਫੀਸ਼ੀਅਲੀ ਫਰਮ ਦੈਟ ਗਵਰਨਮੈਂਟ ਦੈਟ ਵਾਸ ਐਲਏ ਕਿ ਬਈ ਸਾਡਾ ਪਹਿਲਾਂ ਪਿਓਰੀਫਾਈ ਉਹਨਾਂ ਨੇ ਕੀਤਾ ਬੜੇ ਚੰਗੀ ਤਰ੍ਹਾਂ ਕਿ ਤੁਸੀਂ ਇੱਥੇ ਗਲਤ ਹੈ ਤੁਹਾਡਾ ਹੋਣਾ ਚਾਹੀਦਾ ਇਸ ਤਰ੍ਹਾਂ ਸਾਰਾ ਕੁਝ ਫਿਰ ਨਾ ਐਲ ਏ ਇਸ਼ੂ ਕੀਤਾ ਮੈਨੂੰ ਜਿਹਨੇ ਲੈਟਰ ਆਫ ਐਡਵਾਈਸ ਟੂ ਅਪਲਾਈ ਸੋ ਆਈ ਵਾਸ ਵੈਰੀ ਹੈਪੀ ਕਿ ਯੈਸ ਮੇਰੇ ਹੁਣ ਇੱਕ ਬ੍ਰਾਈਟ ਥੋੜ੍ਹੇ ਚਾਂਸ ਹੋ ਰਹੇ ਨੇ ਕਿ ਆਈ ਐਮ ਮੂਵਿੰਗ ਟੂਵਰਡਸ ਦ ਰਾਈਟ ਡਾਇਰੈਕਸ਼ਨ ਸੋ ਮੈਂ ਅੱਗੇ ਵਧਿਆ ਉਸ ਤੋਂ ਬਾਅਦ ਆਈ ਸਟਾਰਟਡ ਵਰਕਿੰਗ ਔਨ ਮਾਈ ਡੀਪਲੀ ਹੋਰ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਐਸ ਵੈਲ ਅਸੀਂ ਆਪਣਾ ਅੱਗੇ ਦੀ ਜਿਹੜੀ ਪਲੈਨਿੰਗ ਹੈਗੀ ਉਹ ਮੈਂ ਫਾਰਵਰਡ ਕੀਤੀ ਸਰ ਓਕੇ ਵੈਨ ਯੂ ਮੇਡ ਦ ਐਪਲੀਕੇਸ਼ਨ ਵੈਨ ਡਿਡ ਯੂ ਗੈਟ ਦ ਫਾਈਨਲ ਕਨਫਰਮੇਸ਼ਨ ਦੈਟ ਯੋਰ ਐਪਲੀਕੇਸ਼ਨ ਹੈਜ਼ ਬੀਨ ਅਪਰੂਵਡ ਐਲ ਏ ਵਾਸ ਆਲਮੋਸਟ ਫਾਈਨਲ ਸਡਨਲੀ ਹਾਂ ਫਿਰ ਉਸ ਤੋਂ ਬਾਅਦ ਇੰਟਰਵਿਊ ਤੋਂ ਬਾਅਦ ਹੋਇਆ ਸਰ ਆਈ ਵੈਨ ਆਈ ਸਬਮਿਟ ਐਵਰੀਥਿੰਗ ਆਈ ਗੋਟ ਐਨ ਇੰਟਰਵਿਊ ਫਰੋਮ ਏ ਵੈਰੀ ਸੀਨੀਅਰ ਪਰਸਨ ਇਨ ਮੈਨੀਟੋਬਾ Okay. He asked me I'll take about 45 minutes with you. Yeah. But after talking to me for about 20 minutes, he could came out to the conclusion. A conclusion the aage mere na 20-25 minutes very deep discussion unhone ki thi mere business bare, mere plan bare, everything unhone mere na discuss kita. And then he told me ki bhai you will get something in very very soon you will get something. Yeah. Okay. ਔਰ ਫਿਰ ਉਹਨਾਂ ਨੇ ਇੱਕ ਐਗਰੀਮੈਂਟ ਭੇਜਿਆ ਕਿ ਜਿਸ ਵਿੱਚ ਉਹਨਾਂ ਨੇ ਮੈਨੂੰ ਲਿਖ ਕੇ ਦੱਸਿਆ ਕਿ ਵੀ ਇਹ ਐਗਰੀਮੈਂਟ ਹੈਗਾ ਇਹ ਤੁਸੀਂ ਪ੍ਰਪੋਜ਼ ਕੀਤਾ ਇਹ ਸਾਡਾ ਐਗਰੀਮੈਂਟ ਹੈਗਾ ਤੁਹਾਡੇ ਸਾਰੇ ਸਿਸਟਮ ਨੂੰ ਦੇਖ ਕੇ ਤੁਸੀਂ ਇੰਨੇ ਇੱਥੇ ਯੂ ਆਰ ਇਨ ਦਿਸ ਪੋਜੀਸ਼ਨ ਐਂਡ ਤੁਹਾਡਾ ਇਹ ਐਗਰੀਮੈਂਟ ਅਸੀਂ ਇਸ ਨੈਟਵਰਕ ਦੇ ਹਿਸਾਬ ਨਾਲ ਇੰਨਾ ਬਣਾਇਆ ਐਗਰੀਮੈਂਟ ਤੁਸੀਂ ਸਾਈਨ ਕਰੋ ਉਹ ਮੈਂ ਸਾਈਨ ਕਰਕੇ ਉਹਨਾਂ ਨੂੰ ਭੇਜਿਆ ਫਿਰ ਦ ਨੈਕਸਟ ਸਟੈਪ ਵਾਸ ਦ ਕੰਡੀਸ਼ਨਸ ਵਾਟ ਵਾਸ ਦ ਕੰਡੀਸ਼ਨਸ ਇਨ ਦ ਐਗਰੀਮੈਂਟ ਐਗਰੀਮੈਂਟ ਵਾਸ ਕੰਡੀਸ਼ਨ ਸੀ ਕਿ ਵੀ ਇਟ ਵਾਸ ਅਬਾਊਟ 2 years ਟਾਈਮ ਉਹਨਾਂ ਨੇ ਮੈਨੂੰ ਦਿੱਤਾ ਕਿ 2 years ਦੇ ਅੰਦਰ ਅੰਦਰ ਪਰਫੋਰਮੈਂਸ ਐਗਰੀਮੈਂਟ ਸੀ ਜਿਹਨੇ ਕਿ 2 years ਦੇ ਅੰਦਰ ਅੰਦਰ ਯੂ ਵਿਲ ਹੈਵ ਟੂ ਕੰਪਲੀਟ ਦੀਸ ਫਾਰਮੈਲਿਟੀਜ਼ ਜਸਟ ਫਾਰਮੈਲਿਟੀਜ਼ ਵਿੱਚ ਉਹਨਾਂ ਨੇ ਜਿਹੜਾ ਤੁਸੀਂ ਬਿਜ਼ਨਸ ਪਲਾਨ ਬੋਲਿਆ ਹੈ ਜੋ ਜੋ ਤੁਸੀਂ ਕਮਿਟ ਕੀਤਾ ਯੂ ਹੈਵ ਟੂ ਬੀ ਪਰਫੈਕਟ ਇਨ ਦੈਟ ਤੁਸੀਂ ਉਹ ਕਰਨਾ ਹੈ ਇਹ ਨਹੀਂ ਟੋਲ ਮੀ ਵੈਰੀ ਕਲੀਅਰਲੀ ਦੈਟ ਦ ਪਰਸਨ ਅਨ ਦ ਇੰਟਰਵਿਊ ਆਲਸੋ ਟੋਲ ਮੀ ਵੈਰੀ ਕਲੀਅਰਲੀ ਕਿ ਬਈ ਜੋ ਤੁਸੀਂ ਕਹਿ ਰਹੇ ਹੋ ਇਹ ਨਹੀਂ ਕਿ ਦਿਸ ਇਜ਼ ਯੂ ਹੈਵ ਟੂ ਡੂ ਇਟ ਆਈ ਵਾਸ ਵੈਰੀ ਕਲੀਅਰ ਅਬਾਊਟ ਮਾਈ ਕਨਸੈਪਟ ਆਈ ਸੈਡ ਆਈ ਨੋ ਸਰ ਆਈ ਹੈਵ ਟੂ ਡੂ ਇਟ ਐਂਡ ਆਈ ਵਿਲ ਡੂ ਇਟ ਐਂਡ ਆਈ ਕੈਨ ਡੂ ਇਟ ਦਿਸ ਵਾਸ ਮਾਈ ਆਨਸਰ ਸੋ ਐਨੀ ਹਾਓ ਉਹ ਤਾਂ ਖੈਰ ਹੋਇਆ ਹੀ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਨੈਕਸਟ ਸਬਜੈਕਟ ਸੀ ਕਿ ਵੀ ਥੋੜ੍ਹੇ ਦਿਨਾਂ ਬਾਅਦ ਫਿਰ ਉਹਨਾਂ ਨੇ ਮੈਨੂੰ ਦੋ ਲੈਟਰ ਆਫ ਇੱਕ ਤਾਂ ਨੋਮੀਨੇਸ਼ਨ ਉਸ ਤੋਂ ਪਹਿਲਾਂ ਇੱਕ ਸਪੋਰਟ ਲੈਟਰ ਪਲੱਸ ਨੋਮੀਨੇਸ਼ਨ ਸਪੋਰਟ ਲੈਟਰ ਵਾਸ ਟੂ ਗੈਟ ਦ ਇੰਪਲੋਇਰ ਪੋਰਟਲ ਰਜਿਸਟ੍ਰੇਸ਼ਨ ਐਂਡ ਆਲ ਸਪੋਰਟ ਲੈਟਰ ਔਰ ਉਸ ਤੋਂ ਬਾਅਦ ਨੋਮੀਨੇਸ਼ਨ ਟੂ ਅਪਲਾਈ ਫਾਰ ਦ ਵਰਕ ਪਰਮਿਟ ਵਾਸ ਗਿਵਨ ਟੂ ਮੀ ਸੋ ਕੁਛ ਸਕਰੀਨ ਤੇ ਨਜ਼ਰ ਆ ਰਿਹਾ ਕੁਛ ਯਾ ਦੈਟਸ ਰਾਈਟ ਹਾਂ ਆ ਜਿਹੜਾ ਲੈਟਰ ਹੈ ਇੱਥੋਂ ਆਪਾਂ ਡਿਸਕਸ਼ਨ ਸ਼ੁਰੂ ਹੋ ਰਿਹਾ ਕਿ ਵਟ ਇਜ਼ ਦਿਸ ਲੈਟਰ ਐਂਡ ਵਟ ਇਜ਼ ਦਿਸ privacy reason I have blocked out your date of birth your address and you know all that private That's information right. So this is the letter that was issued on close to in the middle of May and they give you till middle of August so that you can come to Canada either is letter da purpose ehi hai ki bhai aake itthe bhi likhya hai sara I can make a little bit or if you want idhe vich da purpose ehi hai ki bhai tusi hun jo bhi kuch apni gal baat kiti hai agreement jada sign kita hai ਇਹਨੂੰ ਲੈ ਕੇ ਤੁਸੀਂ ਆ ਜਾਓ ਆ ਕੇ ਆਪਣਾ ਧੰਦਾ ਪਾਣੀ ਸ਼ੁਰੂ ਕਰੋ ਕਰੈਕਟ ਇਹ ਹੀ ਹੈ ਨਾ ਐਕਦਮ ਰਾਈਟ ਸੋ ਪਰਫਾਰਮੈਂਸ ਐਗਰੀਮੈਂਟ ਲਿਖਿਆ ਹੋਇਆ ਸਾਲਾ ਫਲਾਣਾ ਸਾਲ ਲਿਖਿਆ ਹੈ ਸੋ ਇਫ ਯੂ ਰਿਕੁਆਇਰ ਟੂ ਸਬਮਿਟ ਅਰਾਈਵਲ ਰਿਪੋਰਟ ਕਮ ਵਿਦ ਦ ਵੈਲਿਡ ਵਰਕ ਪਰਮਿਟ ਇਹ ਹੁੰਦਾ ਹੈ ਕਿ ਬਈ ਵਰਕ ਪਰਮਿਟ ਲੈ ਕੇ ਤੁਸੀਂ ਆ ਜਾਓ
And this is the letter that you got, and I think I can show you something. ਇਹਦੇ ਵਿੱਚ ਸਾਰਾ ਬਾਕੀ ਲੈਟਰ ਯੂ نو ਐਡਰੈਸ ਵਾਲਾ ਸਾਰਾ ਸਾਰਾ ਦਿੱਤਾ ਹੋਇਆ ਸੋ ਹੇਅਰ ਇਟ ਇਜ਼ ਸੋ ਇਸ ਲੈਟਰ ਦੇ ਬਾਅਦ ਤੁਸੀਂ ਤੁਸੀਂ ਵਰਕ ਪਰਮਿਟ ਫਾਈਲ ਅਪਲਾਈ ਕੀਤਾ ਫਰੋਮ ਨਿਊ ਦਿੱਲੀ ਸਰ ਰਾਈਟ ਯਾ ਦੈਟਸ ਰਾਈਟ ਅੱਛਾ ਕੋਰੋਨਾ ਵਾਇਰਸ ਕਰਕੇ ਆਈ ਕੁਡ ਨਾਟ ਟਰੈਵਲ ਟੂ ਮਾਈ ਲਾਸਟ ਜੋ ਕੰਸਲਟੈਂਸੀ ਕਰੈਕਟ ਸੋ ਦੇ ਵਰ ਬੇਸਡ ਉਹ ਜਿਹੜਾ ਵਰਕ ਪਰਮਿਟ ਫਾਈਲ ਕੀਤਾ ਤੁਸੀਂ ਡੂ ਯੂ ਰਿਮੈਂਬਰ ਕਿ ਔਨ ਵਾਟ ਡੇ ਡਿਡ ਯੂ ਫਾਈਲ ਦ ਵਰਕ ਪਰਮਿਟ ਵਾਟ ਵਾਸ ਦ ਡੇਟ 13th August ਨੂੰ ਫਾਈਲ ਕੀਤਾ ਹੈ ਤੇ ਸਾਹਮਣੇ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਸ਼ਾਇਦ ਅਕਟੋਬਰ 4 ਨੂੰ ਇਹ ਮੈਸੇਜ ਆ ਗਿਆ ਦਿੱਲੀ ਹਾਈ ਕਮਿਸ਼ਨ ਤੋਂ ਯਾ ਦੈਟਸ ਰਾਈਟ ਆ ਗਿਆ ਇਜ਼ ਦੈਟ ਰਾਈਟ ਆਈ ਕੈਨ ਸ਼ੋਇੰਗ ਔਨ ਦ ਸਕਰੀਨ ਸੋ ਕਮਿਸ਼ਨ ਵਾਲੇ ਹੈ ਕਿ ਆਈ ਐਮ ਨਾਟ ਸੈਟੀਸਫਾਈਡ ਦੈਟ ਯੂ ਵਿਲ ਲੀਵ ਕੈਂਕ ਆਫ ਦ ਸਟੇ ਐਸ ਸਟਿਪੂਲੇਟਡ ਅੰਡਰ ਸੈਕਸ਼ਨ 201 ਆਈਪੀਆਰ ਬਲਾ 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 ਇਹ ਉਹੀ ਆਫਿਸ ਹੈ ਜਿਨ੍ਹਾਂ ਨੇ ਤੁਹਾਨੂੰ ਹੱਸ ਕੇ ਤੁਹਾਨੂੰ ਤੇ ਤੁਹਾਡੀ ਵਾਈਫ ਨੂੰ ਪਹਿਲਾਂ ਮਲਟੀਪਲ ਵੀਜ਼ਾ 10 ਸਾਲ ਦਾ ਦੇ ਚੁੱਕੇ ਹਨ ਇਜ਼ ਦੈਟ ਰਾਈਟ ਹਾਂ ਐਂਡ ਉਸੇ ਵੀਜ਼ਾ ਤੇ ਮੈਂ ਟਰੈਵਲ ਕਰਕੇ ਕਰੈਕਟ ਐਸ ਕਮਿਟਡ ਵਾਪਸ ਵੀ ਆਇਆ ਐਂਡ ਮੇਰੀ ਵਾਈਫ ਐਸੇ ਵੀਜ਼ਾ ਹੋਣ ਤੋਂ ਬਾਅਦ ਉਹ ਟਰੈਵਲ ਵੀ ਨਹੀਂ ਕੀਤੀ ਐਬਸੋਲੂਟਲੀ ਸੋ ਆਪਾਂ ਗੱਲ ਇਸ ਚੀਜ਼ ਨੂੰ ਕਰ ਰਹੇ ਹਾਂ ਕਿ ਕਿ ਇਟ ਇਜ਼ ਨੈਵਰ ਦੈਟ ਗਾਰੰਟਿਡ ਇਨ ਲਾਈਫ ਕਿ ਕੀ ਹੋਏਗਾ ਕਿਸ ਤਰ੍ਹਾਂ ਹੋਏਗਾ ਮਤਲਬ ਕਿ ਤੁਸੀਂ ਦੇਖੋ ਕਈ ਵਾਰ ਲੋਕ ਇਹ ਸੋਚਦੇ ਹੈ ਕਿ ਸਾਡੀ ਜੀ ਟਰੈਵਲ ਹਿਸਟਰੀ ਬਹੁਤ ਅੱਛੀ ਹੈ ਮੈਂ ਤੇ ਜੀ 10 ਵਾਰ ਅਮਰੀਕਾ ਘੁਮਾਇਆ ਜੀ ਮੈਂ ਤੇ ਕਈ ਵਾਰ ਕੈਨੇਡਾ ਘੁਮਾਇਆ ਜੀ ਇਸ ਵਾਰ ਕਿਉਂ ਰਿਫਿਊਜ਼ ਹੋ ਗਿਆ ਜੀ ਪਤਾ ਨਹੀਂ ਕਿਉਂ ਰਿਫਿਊਜ਼ ਹੋ ਗਿਆ ਦੇਰ ਇਜ਼ ਨੈਵਰ ਅ ਗਾਰੰਟੀ ਇਨ ਲਾਈਫ ਕਿ ਕਦੋਂ ਤੁਹਾਨੂੰ ਵੀਜ਼ਾ ਮਿਲੇਗਾ ਕਦੋਂ ਨਹੀਂ ਮਿਲੇਗਾ ਯੂ ਹੈਵ ਦ ਮਨੀ ਯੂ ਹੈਵ ਦ ਟ੍ਰਿਪ ਯੂ ਹੈਵ ਦ ਬਿਜ਼ਨਸ ਪਲਾਨ ਯੂ ਹੈਵ ਦ ਪਰਫਾਰਮੈਂਸ ਐਗਰੀਮੈਂਟ ਸਾਈਨਡ ਯੂ ਆਲਰੇਡੀ ਹੈਵ ਦ ਮਲਟੀਪਲ ਵੀਜ਼ਾ ਬੋਥ ਯੂ ਐਂਡ ਯੂਰ ਸਪਾਊਸ ਫਿਰ ਵੀ ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ ਨਹੀਂ ਅਸੀਂ ਤੁਹਾਨੂੰ ਵਰਕ ਵੀਜ਼ਾ ਨਹੀਂ ਦੇ ਸਕਦੇ ਉਹਦੀ ਵਜ੍ਹਾ ਲਿਖੀ ਹੋਈ ਹੈ ਉਹ ਮੈਂ ਡਿਸਕਸ ਕਰਾਂਗਾ ਤੁਹਾਡੇ ਨਾਲ ਇਜ਼ ਦੈਟ ਰਾਈਟ ਮੋਰ ਔਰ ਲੈਸ ਵੀ ਆਨ ਦ ਸੇਮ ਪੇਜ ਔਨ ਦ ਸੇਮ ਪੇਜ ਵੀ ਆਨ ਦ ਸੇਮ ਪੇਜ ਓਕੇ ਆਪਾਂ ਹੁਣ ਦੇਖ ਰਹੇ ਹਾਂ ਕਿ ਇਹ ਚੱਕਰ ਹੈ ਕੀ ਹੈ ਹੁਣ ਆਪਾਂ ਥੋੜੀ ਰਿਸਰਚ ਕਰਦੇ ਹਾਂ ਲੀਗਲ ਰਿਸਰਚ ਕਰਦੇ ਹਾਂ ਕਿ ਵੀ ਵਟ ਇਜ਼ ਗੋਇੰਗ ਔਨ ਇਹ ਕਿਉਂ ਹੈ ਕੀ ਉਹਦੀ ਰਿਕੁਆਇਰਮੈਂਟ ਹੈ ਐਂਡ ਵਟ ਕੁਡ ਯੂ ਹੈਵ ਡਨ ਬੈਟਰ ਐਂਡ ਵਟ ਕੈਨ ਯੂ ਡੂ ਰਾਈਟ ਨਾਓ ਕੈਨ ਯੂ ਸੀ ਔਨ ਮਾਈ ਸਕਰੀਨ ਯੈਸ ਸਰ ਦੇਖ ਰਿਹਾ ਸਕਰੀਨ ਤੇ ਲਿਖ ਰਿਹਾ ਯੈਸ ਸਰ ਇਗਨ ਕੈਨ ਯੂ ਰੀਡ ਦ ਫਰਸਟ ਲਾਈਨ ਨਾ ਠੀਕ ਹੈ ਸਰ ਇਗਨ ਕਲੀਅਰ ਹੈ ਕੈਨ ਯੂ ਰੀਡ ਦ ਫਰਸਟ ਲਾਈਨ ਫॉर मी ਪਲੀਜ਼ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਕੈਨੇਡੀਅਨ ਇੰਟਰਸਟ ਯਾ ਸੋ ਦਿਸ ਇਜ਼ ਦ ਥਿੰਗ ਟੂ ਅੰਡਰਸਟੈਂਡ ਇਜ਼ ਦਿਸ ਇਜ਼ ਅੰਡਰ 205A ਐਂਡ ਦ ਕੋਡ ਇਜ਼ LMI ਐਗਜ਼ੈਮ ਕੋਡ ਇਜ਼ C11 ਇਹਦੇ ਬੇਸ ਤੇ ਹੀ ਹਰ ਇੱਕ ਵਰਕ ਪਰਮਿਟ ਇਸ਼ੂ ਹੋਏਗਾ ਜਿਹੜਾ ਐਂਟਰਪ੍ਰੀਨਰ ਲਈ ਜਿਹੜੇ ਜਾ ਰਹੇ ਹਾਂ ਜਿਸ ਤਰ੍ਹਾਂ ਮੈਨੀਟੋਬਾ ਜਿਸ ਤਰ੍ਹਾਂ PNP ਲਈ ਜਾ ਰਹੇ ਸੋ ਗੱਲ ਕੀ ਹੈ ਕਿ ਇੱਥੇ ਉਹ ਦੇਖਦੇ ਕੀ ਹੈ ਦੇਖੋ ਮੈਨੀਟੋਬਾ ਨੇ ਤਾਂ ਆਪਣਾ ਫੈਸਲਾ ਦੇ ਦਿੱਤਾ ਕਿ ਠੀਕ ਹੈ ਵੀ ਤੁਸੀਂ ਆ ਜਾਓ ਯੂ ਹੈਵ ਸਾਈਨਡ ਅ ਪਰਫਾਰਮੈਂਸ ਐਗਰੀਮੈਂਟ ਲੇਕਿਨ ਉਹ ਵੀਜ਼ਾ ਆਫੀਸਰ ਅਸਲੀ ਗੇਟਕੀਪਰ ਤੇ ਅਸਲੀ ਜਿਹੜਾ ਚੌਕੀਦਾਰ ਹੈ ਜੇ ਉਹ ਹੈ ਵੀਜ਼ਾ ਆਫੀਸਰ ਯਾ ਰਾਈਟ ਉਹਨਾਂ ਨੇ ਫਿਰ ਠੋਕ ਵਜਾ ਕੇ ਚੈੱਕ ਕਰਨਾ ਕਿ ਵੀ ਹਾਂ ਵੀ ਆਰ ਯੂ ਰੀਅਲੀ ਗੋਇੰਗ ਟੂ ਬੈਨੀਫਿਟ ਬਾਈ ਦਿਸ ਔਰ ਨਾਟ ਅਲਟੀਮੇਟਲੀ ਦੈਟ ਡਿਸੀਜਨ ਇਜ਼ ਫਾਈਨਲ ਡਿਸੀਜਨ ਇਜ਼ ਬਾਈ ਦ ਵੀਜ਼ਾ ਆਫੀਸਰ ਅੱਜ ਵੀ ਹੈ ਤੇ ਆਫਟਰ 1 ਈਅਰ 2 ਈਅਰ ਜਦੋਂ ਉਹਨਾਂ ਨੇ PR ਵੀਜ਼ਾ ਕਰਨਾ ਹੈ ਤਾਂ ਵੀ ਹੋਏਗਾ ਦੇਖੋ ਦੇਖਦੇ ਕੀ ਹੈ ਕਿ ਤੁਸੀਂ ਅਗਰ ਕੋਈ ਬਿਜ਼ਨਸ ਸਟਾਰਟ ਕਰੋਗੇ ਸੋ ਕੈਨੇਡਾ ਨੂੰ ਕੀ ਫਾਇਦਾ ਹੈ ਇਹ ਮੈਂ ਸਕਰੀਨ ਤੇ ਸ਼ੋਅ ਕੀਤਾ ਹੋਇਆ ਮੈਂ ਹੌਲੀ ਹੌਲੀ ਕਰਕੇ ਇਹਨੂੰ ਪੜਾਂਗਾ ਤੇ ਜਸਟ ਸੁਡਾ ਇਜ਼ ਦ ਵਰਕ ਲਾਈਕਲੀ ਟੂ ਕ੍ਰੀਏਟ ਅ ਵਾਇਬਲ ਬਿਜ਼ਨਸ ਇਹਦੇ ਨਾਲ ਕੈਨੇਡੀਅਨ PR ਵਰਕਰਸ ਨੂੰ ਜਾਂ ਕੋਈ ਉੱਥੇ ਜਿਹੜੇ ਰੈਜ਼ੀਡੈਂਟਸ ਹੈ ਉਹਨਾਂ ਨੂੰ ਇਕਨੋਮਿਕ ਸਟਿਮਲਸ ਮਿਲੇਗਾ ਕਿ ਨਹੀਂ ਹੈ ਦੂਸਰਾ ਤੁਹਾਡਾ ਪਰਟੀਕੁਲਰ ਬਿਜ਼ਨਸ ਬੈਕਗ੍ਰਾਉਂਡ ਕੀ ਹੈ ਤੀਸਰਾ ਬਿਜ਼ਨਸ ਪਲਾਨ ਕੀ ਹੈ ਵਟ ਇਜ਼ ਯੋਰ ਬਿਜ਼ਨਸ ਪਲਾਨ ਕਲੀਅਰਲੀ ਸ਼ੋਜ਼ ਕਿ ਤੁਸੀਂ ਕੋਈ ਸਟੈਪ ਲਏ ਹੈ ਟੂ ਇਨੀਸ਼ੀਏਟ ਅ ਬਿਜ਼ਨਸ ਵਗੈਰਾ ਹੈਜ਼ ਦ ਐਪਲੀਕੈਂਟ ਟੇਕਨ ਇਨ ਮੈਜਰ ਟੂ ਪੁੱਟ ਦ ਬਿਜ਼ਨਸ ਪਲਾਨ ਇਨ ਐਕਸ਼ਨ ਸ਼ੋਇੰਗ ਐਵੀਡੈਂਸ ਆਫ ਹੈਵਿੰਗ ਦ ਫਾਈਨੈਂਸ਼ੀਅਲ ਐਬਿਲਿਟੀ ਟੂ ਬ੍ਰਿੰਗ ਦ ਬਿਜ਼ਨਸ ਪੇ ਐਕਸਪੈਂਡੀਚਰਸ ਰੈਂਟਿੰਗ ਸਪੇਸ ਹੈਵਿੰਗ ਅ ਸਟਾਫਿੰਗ ਪਲਾਨ ਆਬਟੇਨ ਅ ਬਿਜ਼ਨਸ ਨੰਬਰ ਬਲਾ 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 ਗਲਤੀ ਥੋੜੀ ਜਿਹੀ ਇਸ ਤਰ੍ਹਾਂ ਹੋ ਗਈ ਅਗਰ ਜੇ ਮੈਂ ਤੁਹਾਨੂੰ ਐਡਵਾਈਸ ਕਰਨਾ ਸੀ ਪਹਿਲਾਂ ਅਗਰ ਯੂ نو ਲਾਸਟ ਵੈਨਵਰ ਯੂ ਵਰ ਇਨ ਕੈਨੇਡਾ ਤੁਸੀਂ ਇੱਕ ਟੂਰਿਸਟ ਵੀਜ਼ਾ ਤੇ ਗਏ ਸੀ ਉਸੇ ਵਕਤ ਹੀ ਤੁਸੀਂ ਕੋਈ ਨਾ ਕੋਈ
ਕੋਈ ਨਾ ਕੋਈ ਸਟੈਪ ਲੈ ਸਕਦੇ ਸੀ, ਜਿਸ ਤਰ੍ਹਾਂ ਕਿ ਅਗਰ ਤੁਸੀਂ ਅਗਰ ਕੋਈ ਦੁਕਾਨ ਲੈਣੀ ਸੀ, ਦੁਕਾਨ ਦੀ ਕੋਈ ਐਗਰੀਮੈਂਟ ਕਰ ਲੈਂਦੇ ਕਿ ਹਾਂ ਵੀ ਮੈਂ ਡੀਲ ਸਾਈਨ ਕਰਨੀ ਹੈ, ਜਾਂ ਰੀਅਲ ਇਸਟੇਟ ਏਜੰਟ ਨਾਲ ਕੋਈ ਡਿਪੋਜ਼ਿਟ ਦੇ ਕੇ ਹਾਂ ਵੀ ਇਹ ਮੈਂ ਦੁਕਾਨ ਖਰੀਦਣੀ ਹੈ, ਫਿਰ ਉਹਦੇ ਬਾਅਦ ਫਿਰ ਜਿਹੜਾ ਇੱਕ ਬਿਜ਼ਨਸ ਇਨਕੋਰਪੋਰੇਸ਼ਨ ਹੁੰਦਾ ਹੈ, ਜਿਹੜਾ ਸਰਕਾਰੀ ਜਿਸ ਤਰ੍ਹਾਂ ਪ੍ਰਾਈਵੇਟ ਲਿਮਿਟਡ ਕੰਪਨੀ ਕਹਿੰਦੇ ਇਨਕੋਰਪੋਰੇਸ਼ਨ, ਉਹ ਵੀ ਤੁਸੀਂ ਆਨਲਾਈਨ ਕਰ ਸਕਦੇ ਸੀ ਇਨ ਮੈਨੀਟੋਬਾ, ਯੂ ਕੁਡ ਹੈਵ ਡਨ ਇਟ ਆਨਲਾਈਨ ਔਨ ਯੋਰ ਓਨ, ਔਰ ਯੂ ਕੁਡ ਹੈਵ ਡਨ ਇਟ ਆਲਸੋ ਥਰੂ ਯੋਰ ਮੇ ਬੀ ਅ ਚਾਰਟਰ ਅਕਾਊਂਟੈਂਟ ਔਰ ਸੀਪੀਏ, ਅਤੇ ਕੋਈ ਨਾ ਕੋਈ ਇੱਕ ਅਕਾਊਂਟ ਵੀ ਉਸੇ ਨਾਮ ਦਾ ਕੋਈ ਆਪਣਾ ਕੋਈ ਅਕਾਊਂਟ ਖੋਲ ਲੈਂਦੇ ਇਸ ਤਰ੍ਹਾਂ ਦੇ। ਇਹਦੇ ਨਾਲ ਇੱਕ ਵੀਜ਼ਾ ਅਫਸਰ ਨੂੰ ਪਤਾ ਲੱਗਦਾ ਹੈ ਕਿ ਬੰਦਾ ਬਹੁਤ ਹੀ ਸੀਰੀਅਸ ਹੈ, ਇਹ ਵਾਕਈ ਕੁਛ ਨਾ ਕੁਛ ਕਰੇਗਾ, ਅਤੇ ਇਹ ਸਾਰਾ ਇਹਨਾਂ ਨੇ ਕਰਕੇ ਕੁਛ ਨਾ ਕੁਛ ਇੱਕ ਸਟੈਪ ਲੈ ਚੁੱਕਿਆ ਹੈ। ਸੋ ਇਸ ਤਰ੍ਹਾਂ ਦਾ ਥੋੜ੍ਹਾ ਜਿਹਾ ਇੰਪਰੈਸ਼ਨ ਹੋ ਜਾਂਦਾ। ਬਾਕੀ ਐਨੀਵੇ ਆਲ ਸ਼ੋ ਯੂ ਸਮਥਿੰਗ ਐਲਸ ਆਲਸੋ, ਚਲੋ ਇਹ ਤਾਂ ਡਿਗਰੀ ਆਫ ਓਨਰਸ਼ਿਪ ਤਾਂ ਯੂ ਡਿਡ ਨਾਟ ਫਾਈਲ ਅ ਕੰਪਨੀ ਹੈ, ਸੋ ਦੇਅਰ ਇਜ਼ ਨਥਿੰਗ ਟੂ ਡੂ। ਵਰਕ ਪਰਮਿਟ ਪ੍ਰੋਸੈਸਿੰਗ ਹੈ, ਤੁਸੀਂ ਵਰਕ ਪਰਮਿਟ ਜੋ ਫਾਈਲ ਕੀਤਾ ਹੈ ਇਹਦੇ ਵਿੱਚ ਰਿਕੁਆਇਰਮੈਂਟਸ ਕੀ ਹੈ ਸਾਰੇ, it tells you the requirements, what are the requirements, do you fulfill the requirements, I think you made an employer portal, ye sara bana ke itthe tan aaya hai, compliance fee $230 tusi pay kita hona shayad, so you submitted an application form, that's fine. Ode baad tusi ye dekho ke let me just show you something else, that's fine, I'll show you something that I think which is quite important for you to understand ki bhi ki hai kyun visa refuse kyun kita. My guess is ਨੋਰਮਲੀ ਇਹ ਵੀਜ਼ਾ ਕਰ ਜੇ ਤੁਹਾਨੂੰ ਮਿਲਦਾ ਵਰਕ ਪਰਮਿਟ ਵਰਕ ਵੀਜ਼ਾ ਮਿਲਦਾ ਤੁਹਾਨੂੰ ਮਿਲਦਾ ਇਹ ਕਰੀਬ ਕਰੀਬ 2 ਸਾਲ ਦਾ, ਟਿਪੀਕਲੀ ਫੋਰ 2 ਈਅਰਸ, ਕਿਉਂਕਿ 2 ਸਾਲ ਦੀ ਤੁਹਾਡੀ ਪਰਫਾਰਮੈਂਸ ਐਗਰੀਮੈਂਟ ਉਹਨੂੰ ਚੈੱਕ ਕਰਨੀ ਸੀ, ਸੋ ਟਿਪੀਕਲੀ ਦੇ ਗਿਵ ਯੂ 2 ਈਅਰਸ। ਆਈ ਵਾਂਟ ਟੂ ਸ਼ੋ ਯੂ ਹੇਅਰ, ਇਹ ਹੈ ਅਸਲੀ ਚੀਜ਼ ਜਿਹੜਾ ਇਹ ਪੂਰੀ ਇਸ ਡਿਸਕਸ਼ਨ ਦੀ ਜਿਹੜੀ ਆਤਮਾ ਹੈ ਨਾ ਉਹ ਇਹ ਹੈ। ਕੈਨ ਯੂ ਰੀਡ ਔਨ ਦ ਸਕਰੀਨ, ਨਜ਼ਰ ਆ ਰਿਹਾ ਨਾ ਇਹ? ਮੈਂ ਦੇਖੋ ਜਦ ਵਰਕ ਪਰਮਿਟ ਅਗਰ ਇਫ ਆਈ ਹੈਡ ਟੂ ਫਾਈਲ ਦ ਵਰਕ ਪਰਮਿਟ ਫੋਰ ਯੂ, ਇਫ ਯੂ ਨੋ ਇਟਸ ਟੂ ਲੇਟ ਨਾਓ, ਸੋ ਆਈ ਵੁੱਡ ਹੈਵ ਡੈਫੀਨੇਟਲੀ ਐਡਡ ਇਨ ਦੈਟ ਵਰਕ ਪਰਮਿਟ ਐਪਲੀਕੇਸ਼ਨ ਦੈਟ ਵਰਕ ਵੀਜ਼ਾ ਐਪਲੀਕੇਸ਼ਨ ਦੀਸ ਥਿੰਗਸ, ਨੰਬਰ 1 ਯੂਅਰ ਬਿਜ਼ਨਸ ਪਲਾਨ, ਵਾਟ ਇਜ਼ ਯੂਅਰ ਸਟਾਫਿੰਗ ਪਲਾਨ, ਕਿੰਨੇ ਇੰਪਲੋਈਜ਼ ਕੰਮ ਕਰਨਗੇ ਅੱਜ ਕੱਲ੍ਹ ਇਨ ਦ ਨੈਕਸਟ 2 ਈਅਰਸ, evidence of any measures taken, business number tusi liya ki india, articles of incorporation hai ki nahi, number 3 ਦੇਖੋ ਐਵੀਡੈਂਸ ਆਫ ਫਾਈਨੈਂਸ਼ੀਅਲ ਐਬਿਲਿਟੀ ਟੂ ਕਮੈਂਸ ਬਿਜ਼ਨਸ ਇਨ ਕੈਨੇਡਾ ਐਂਡ ਕੰਪਨਸੇਟ ਇੰਪਲੋਈ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦਾ ਮਤਲਬ ਇਹ ਹੈ ਕਿ ਅਗਰ ਮੇਰਾ ਅਕਾਊਂਟ, ਤੁਸੀਂ ਅਕਾਊਂਟ ਤਾਂ ਨਹੀਂ ਖੋਲਿਆ ਕੋਈ ਕੈਨੇਡਾ ਵਿੱਚ? ਨਹੀਂ ਸਰ, ਮੈਂ ਐਕਚੁਅਲੀ ਮੈਂ ਕੋਸ਼ਿਸ਼ ਉਸ ਟਾਈਮ ਕੀਤੀ ਸੀ ਜਦ ਮੈਂ ਐਕਸਪਲੋਰਟਰੀ ਵਿਜ਼ਿਟ ਤੇ ਸੀ, ਬਟ ਅੰਟਿਲ ਐਂਡ ਅਪਟਿਲ ਆਈ ਹੈਡ ਦ ਫਸਟ ਟ੍ਰਾਂਸਫਰ ਥਰੂ ਦ ਬੈਂਕ, ਉਹਨਾਂ ਨੇ ਰਿਫਿਊਜ਼ ਕਰਤਾ ਸੀ ਕਿ ਜਦ ਤੱਕ ਇਟ ਇਜ਼ ਓਕੇ। ਚਲੋ ਇਸ ਵਕਤ ਕੈਨੇਡੀਅਨ ਵੀਜ਼ਾ ਆਫੀਸਰ ਨੂੰ ਤੁਹਾਡੇ ਬਾਰੇ ਪਤਾ ਹੀ ਨਹੀਂ ਹੈ ਕਿ ਤੁਹਾਡੇ ਕੋਲ ਅਗਰ ਤੁਸੀਂ ਬਿਜ਼ਨਸ ਸ਼ੁਰੂ ਕਰੋਗੇ, ਇੱਕ ਵੀ ਇੰਪਲੋਈ ਨੂੰ ਹਾਇਰ ਕਰੋਗੇ, ਨੌਕਰੀ ਰੱਖੋਗੇ, ਉਹਨੂੰ ਤਨਖਾਹ ਦੇਣ ਲਈ ਤੁਹਾਡੇ ਕੋਲ ਪੈਸਾ ਹੈ ਕਿ ਨਹੀਂ ਹੈ, ਈਦਰ ਦੇਰ ਮਸਟ ਬੀ ਕੈਨੇਡੀਅਨ ਡਾਲਰ ਫੰਡਸ ਸ਼ੋਨ ਇਨ ਦ ਕੈਨੇਡੀਅਨ ਅਕਾਊਂਟ, ਔਰ ਮੇ ਬੀ ਆਈ ਵੁੱਡ ਹੈਵ ਯੂ ਨੋ ਡਨ ਲਾਈਕ ਅ ਡਾਲਰ ਡਰਾਫਟ ਕਿ ਵੀ ਮੇਰੇ ਕੋਲ ਆਈ ਹੈਵ you know I'm just giving a figure, I have $15,000 right now ready for this, or maybe I have $50,000, is tarah da koi evidence dena zaruri siga agar if I would have applied, evidence of English chalo te hai hai, dekho ek cheez eh hai asli cheez, tusi hun work visa leke ja rahe ho, tade kol cash paisa kinna hai is waqt to sustain yourself in this trip with work visa on Canada, tusi mainu eh dassoge tade consultant ne bagair unna de naam dasse hoye ਤੁਸੀਂ ਦੇਖ ਰਹੇ ਹੋ ਸਕਰੀਨ ਤੇ, ਮੈਨੂੰ ਲੱਗਦਾ ਹੈ ਕਿ ਬੈਂਕ ਅਕਾਊਂਟ ਸਟੇਟਮੈਂਟ ਜਾਂ ਫਾਈਨੈਂਸ਼ੀਅਲ ਫੰਡ ਸ਼ੋਅ ਨਹੀਂ ਕੀਤੇ ਸ਼ਾਇਦ, ਵਟ ਇਜ਼ ਦ ਰਿਐਲਿਟੀ? ਇਨ ਫੈਕਟ ਵਟ ਵੀ ਫਾਈਲਡ ਐਕਚੁਅਲੀ ਜਦ ਪ੍ਰੋਸੈਸ ਹੋਇਆ ਤੇ ਇੱਕ ਥਰਡ ਪਾਰਟੀ ਵੈਰੀਫਿਕੇਸ਼ਨ ਹੁੰਦੀ ਹੈ। ਓਕੇ, ਥਰਡ ਪਾਰਟੀ ਵੈਰੀਫਿਕੇਸ਼ਨ MNP, ਥਰਡ ਪਾਰਟੀ ਵੈਰੀਫਿਕੇਸ਼ਨ, ਮੈਨੂੰ ਪਤਾ ਉਹ ਕਰਦੇ ਆ। ਹਾਂਜੀ ਜੀ, ਉਹਦੇ ਵਿੱਚ ਉਹ ਬੰਦੇ ਦਾ ਇੱਕ ਤਰੀਕੇ ਨਾਲ ਨਾ ਜਿਸ ਤਰ੍ਹਾਂ ਨਿੰਬੂ ਨਿਚੋੜਦੇ ਨੇ ਨਾ ਬੰਦੇ ਦੇ, ਜਿਸ ਤਰ੍ਹਾਂ ਆਪਾਂ ਸ਼ਿਕੰਜੀ ਬਣਾਈ ਦੀ ਹੈ ਸਰ, ਉਹ ਕਰਦੇ ਨੇ ਮੈਂ ਦੇਖਿਆ, ਅਤੇ ਉਹ ਮਤਲਬ ਕਿ ਹਰ ਚੀਜ਼ ਨੂੰ ਇਸ ਤਰ੍ਹਾਂ ਕੱਢਦੇ ਨੇ ਅੰਦਰੋਂ, ਜਿੰਨੇ ਵੀ ਤੁਹਾਡੇ ਜਿਹੜੀ ਫਰੰਟ 'ਤੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਜਿਸ ਤਰ੍ਹਾਂ ਕਈ ਚੀਜ਼ਾਂ ਹੁੰਦੀਆਂ ਨੇ, ਜਿਹੜੀ ਗੋਲਡ ਆ ਗਿਆ ਜਾਂ ਤੁਹਾਡੇ ਕੋਲ ਕੋਈ ਕੱਚੀ ਪ੍ਰੋਪਰਟੀ ਆ ਗਈ, ਉਹ ਤਾਂ ਤੁਸੀਂ ਫਿਰ ਵੀ ਕਰ ਲਓਗੇ, ਬਚਾ ਲਓਗੇ, ਬਾਕੀ ਹਰ ਚੀਜ਼ ਤੁਹਾਡੀ ਫਰੰਟ 'ਤੇ ਆ ਜਾਂਦੀ ਹੈ ਸਰ। ਦੈਟ ਹੈਡ ਇਹ ਕੰਪਲੀਟ ਜਿਹੜਾ ਥਰਡ ਪਾਰਟੀ ਵੈਰੀਫਿਕੇਸ਼ਨ ਵਿੱਚ $3,700 ਦੇ ਕੇ ਮੈਂ ਕਰਵਾਈ, ਉਹਨਾਂ ਕੋਲ ਚੈਕਿੰਗ ਕਰਵਾਈ, ਅਤੇ ਉਹ ਕਾਫੀ ਹੱਦ ਤੱਕ ਜਦ ਉਹ ਲੱਗ ਗਈ ਸੀ ਤਾਂ ਵੀ ਵਰ ਵੈਰੀ ਸ਼ੋਰ ਕਿ ਵੀ ਇਫ ਦਾ ਥਰਡ ਪਾਰਟੀ ਵੈਰੀਫਿਕੇਸ਼ਨ ਰਿਪੋਰਟ ਵਿਚ ਇਜ਼ ਆਲਸੋ ਏ ਕੈਨੇਡੀਅਨ ਗੌਰਮੈਂਟਸ ਵਾਟ ਯੂ ਕਾਲ ਏਜੰਸੀ, ਅਗਰ ਉਹ WS ਨੂੰ ਮੰਨਦੇ ਨੇ, ਅਗਰ ਉਹ ILETS ਨੂੰ ਮੰਨਦੇ ਨੇ, ਅਤੇ MNP ਉਹਨਾਂ ਦੀ ਆਪਣੀ ਏਜੰਸੀ ਹੈ
ਜਿਹਨੂੰ ਉਹ ਕਹਿੰਦੇ ਨੇ ਕਿ ਇਹ ਦੋ ਏਜੰਸੀ ਹੈਗੀਆਂ ਨੇ, ਇੱਕ ਐਸ ਏਜੰਸੀ ਔਰ ਇੱਕ ਸੈਕੰਡ ਸੀ, ਇਹਨਾਂ ਨੂੰ ਤੁਸੀਂ ਦਿਓ ਫੀਸ ਦਿਓ ਔਰ ਤੁਸੀਂ ਆਪਣੀ ਥਰਡ ਪਾਰਟੀ ਵੈਰੀਫਿਕੇਸ਼ਨ ਕਰਾਓ, ਤੁਹਾਡੇ ਫੰਡ ਸਾਰੇ ਚੈੱਕ ਹੋਣਗੇ, ਇੱਕ ਦਿਨ ਦੀ ਸਟੇਟਮੈਂਟ ਜਾਏਗੀ ਤੁਹਾਡੀ। ਇਫ ਦੈਟ ਵਾਸ ਡਨ, ਸੋ ਵੀ ਵਰ ਵੈਰੀ ਸ਼ੋਰ ਕਿ ਵੀ ਅਗਰ ਅਸੀਂ ਇਹ ਕਰਵਾ ਲਈਏ ਤਾਂ ਵੀ ਆਰ ਆਈ ਐਮ ਸੇਫ, ਮੇਰਾ ਥਰਡ ਪਾਰਟੀ ਵੈਰੀਫਿਕੇਸ਼ਨ ਦੇਖ ਲੈਣਗੇ, ਸਾਰੇ ਫੰਡਸ ਕਲੀਅਰ ਹੋ ਜਾਣਗੇ ਉਹਨਾਂ ਨੂੰ। I disagree. ਮੇਰਾ ਮੈਂ ਤੁਹਾਡੇ ਰਾਏ ਤੋਂ ਸਹਿਮਤ ਨਹੀਂ ਹੈ, ਮੈਂ ਤੁਹਾਡੇ ਕੰਸਲਟਿੰਗ ਦੇ ਵਿਚਾਰ ਤੋਂ ਸਹਿਮਤ ਨਹੀਂ ਹੈ। ਨੰਬਰ 1 ਉਹਦਾ ਮੈਂ ਰੀਜ਼ਨ ਤੁਹਾਨੂੰ ਦੱਸਾਂ, ਕਿਉਂਕਿ ਆਈ ਵਿਲ ਟਾਕ ਐਵਰੀਥਿੰਗ ਵਿਦ ਪ੍ਰੂਫ ਐਂਡ ਐਵੀਡੈਂਸ, ਬਗੈਰ ਮੈਂ ਕੋਈ ਹਵਾ ਤੇ ਤੀਰ ਨਹੀਂ ਛੱਡਦਾ, ਆਈ ਵਿਲ ਟੈਲ ਯੂ ਵਿਦ ਐਵੀਡੈਂਸ। ਜਿਹੜਾ ਤੁਸੀਂ ਉਹ ਥਰਡ ਪਾਰਟੀ ਵੈਰੀਫਿਕੇਸ਼ਨ ਕਰਾਇਆ ਹੈ, ਦੈਟ ਇਜ਼ ਫੋਰ ਦ ਪਰਪਸ ਆਫ ਯੋਰ PNP ਐਪਲੀਕੇਸ਼ਨ ਐਲੀਜੀਬਿਲਟੀ, ਜਿਹੜਾ ਨੈਟਵਰਥ ਹੈ, ਕਿੰਨਾ ਬਿਜ਼ਨਸ ਕਰੋਗੇ, ਟ੍ਰਾਂਸਫਰ ਕਰੋਗੇ ਵਗੈਰਾ ਵਗੈਰਾ, ਜੋ ਵੀ ਉਹਨਾਂ ਦਾ ਰਿਕੁਆਇਰਮੈਂਟ ਹੈ। ਥਰਡ ਪਾਰਟੀ ਦਾ ਜੋ ਵੈਰੀਫਿਕੇਸ਼ਨ ਦਾ ਮਕਸਦ ਤੁਹਾਡੇ ਵਰਕ ਵੀਜ਼ਾ ਲਈ ਨਹੀਂ ਹੈ, ਇਹ ਤੁਸੀਂ ਹੁਣ ਵਰਕ ਵੀਜ਼ਾ ਅਪਲਾਈ ਕਰ ਰਹੇ ਹੋ, ਵਰਕ LMIA ਐਗਜ਼ੈਂਪਟ ਵਰਕ ਵੀਜ਼ਾ ਅਪਲਾਈ ਕਰ ਰਹੇ ਹੋ। ਵਰਕ ਵੀਜ਼ਾ ਦਾ ਮਤਲਬ ਇਹ ਹੈ ਕਿ ਜਾ ਕੇ ਤੁਸੀਂ ਇਸ ਵਕਤ ਥੋੜ੍ਹਾ ਚਿਰ ਕੰਮ ਕਰੋਗੇ, ਡੈਟ ਮੀਨਸ ਯੂਲ ਵਰਕ। ਬਾਕੀ ਅਲਟੀਮੇਟਲੀ ਜੋ ਇਨਵੈਸਟਮੈਂਟ ਹੋਣੀ ਹੈ, ਯੂ ਹੈਵ 2 ਈਅਰਸ ਟੂ ਡੂ ਦੈਟ ਇਨਵੈਸਟਮੈਂਟ, ਬਾਏ ਦ ਵੇ $2,00,000 ਜੋ ਹੈ ਉਹਦੇ ਲਈ ਉਹ ਥਰਡ ਪਾਰਟੀ ਵੈਰੀਫਿਕੇਸ਼ਨ ਇਸ ਫੋਰ ਡਿਫਰੈਂਟ ਪਰਪਸ। ਪਰਪਸ ਦਾ ਫਰਕ ਹੈ, ਨਿਸ਼ਾਨਾ ਤੀਰ ਦਾ ਉਧਰ ਉਹ ਲੱਗ ਰਿਹਾ, ਇਹ ਤੀਰ ਦੂਸਰੀ ਡਾਇਰੈਕਸ਼ਨ ਜਾ ਰਿਹਾ ਹੈ। ਸੋ ਇਸ ਵਕਤ ਐਟ ਦ ਟਾਈਮ ਆਫ ਦ ਵਰਕ ਵੀਜ਼ਾ ਐਪਲੀਕੇਸ਼ਨ, ਇਫ ਆਈ ਵਾਸ ਅ ਕੰਸਲਟੈਂਟ, ਆਈ ਵੁੱਡ ਹੈਵ ਡੈਫੀਨਿਟਲੀ ਨਾਟ ਮਿਸਡ ਯੋਰ ਲਿਕੁਇਡ ਫੰਡਸ ਕਿ ਇਹ ਮੇਰੀ ਟ੍ਰਿਪ ਹੈ, ਮੈਂ ਹੁਣ ਅਗਲੇ ਮਹੀਨੇ ਕੈਨੇਡਾ ਜਾ ਰਿਹਾ, ਵਿਨੀਪੈਗ ਜਾ ਕੇ ਮੈਂ ਕਰ ਰਿਹਾ, ਆਈ ਨੀਡ ਲੋਟ ਆਫ ਮਨੀ ਟੂ ਗੋ ਐਂਡ ਇਨੀਸ਼ੀਅਲ ਐਕਸਪੈਂਸਿਸ, ਯੂ ਨੋ ਆਈ ਵੁੱਡ ਹੈਵ ਸ਼ੋਨ ਐਟ ਲੀਸਟ ਅਬਾਊਟ ਕਲੋਜ਼ ਟੂ you know at least 15 lakh 20 lakh rupees cash at the least in cash, not in some other thing, matlab cash. Mainu tusi dasso ki bhi unhone tade consultant sahab ne inna liquid funds is trip te lagaya si ya nahi? Nahi, liquid funds te kuch bhi nahi laga sir, bas sir tade samne hai dudh da dudh, pani da pani tade samne hai. kyunki main tuhanu screen te dikha reha na, jo requirement hai eh meri requirement te hai nahi hai, jo ਜੋ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਦਾ ਜਿਹੜੇ ਓਪਰੇਟਿੰਗ ਪ੍ਰੋਸੀਜਰ ਬਣਿਆ ਹੋਇਆ, ਇਸ ਤਰ੍ਹਾਂ ਦਾ ਜੋ ਬਣਿਆ ਹੋਇਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਕਿ ਦਿਸ ਇਜ਼ ਵਾਟ ਦੇ ਨੀਡ, ਐਂਡ ਇਫ ਯੂ ਡੋਂਟ ਹੈਵ ਇਟ ਦੇ ਹੈਵ ਅ ਰੀਜ਼ਨ ਟੂ ਰਿਫਿਊਜ਼ ਯੂ। ਕਿਉਂਕਿ ਦੇਖੋ ਮਜ਼ੇ ਦੀ ਗੱਲ ਇਹ ਹੈ ਕਿ ਪੁਰਾਣਾ ਵੀਜ਼ਾ ਵੀ ਲੱਗਿਆ, ਮਲਟੀਪਲ ਵੀਜ਼ਾ ਵੀ ਹੈ, ਟ੍ਰਿਪ ਕਰਕੇ ਵੀ ਆ ਗਏ, ਕੰਪਲਾਇੰਸ ਵੀ ਹੋ ਗਈ, ਯੂ ਹੈਵ ਨੋ ਕ੍ਰਾਈਮ, ਯੂ ਹੈਵ ਨੋ ਮੈਡੀਕਲ ਪ੍ਰੋਬਲਮ, ਯੂ ਹੈਵ ਨੋ ਪੁਲਿਸ ਪ੍ਰੋਬਲਮ, ਯੂ ਹੈਵ ਨੋ ਥਰਡ ਪਾਰਟੀ ਜਿਹੜੇ ਵੈਰੀਫਿਕੇਸ਼ਨ ਪ੍ਰੋਬਲਮ, ਸਭ ਕੁਝ ਟਿਚ ਹੈ, ਬਿਲਕੁਲ ਟਿਚ, ਟਿਚ ਮੀਨਸ ਟਿਚ, ਬਿਲਕੁਲ ਪਰਫੈਕਟ। ਲੇਕਿਨ ਕਹਿ ਰਿਹਾ ਕਿ ਮੈਨੂੰ ਵਰਕ ਵੀਜ਼ਾ ਦਿਓ, ਮੈਂ ਜਾ ਕੇ ਉੱਥੇ ਕੰਮ ਸ਼ੁਰੂ ਕਰਨਾ, ਅੱਜ ਮੈਂ ਵੀਜ਼ਾ ਲੇਕਰ ਕੱਲ੍ਹ ਨੂੰ ਮੇਰੀ ਫਲਾਈਟ ਹੈ, ਮੇਰੇ ਕੋਲ ਪੈਸਾ ਤਾਂ ਹੈ ਹੀ ਨਹੀਂ ਜਾਣ ਨੂੰ। ਤੁਸੀਂ ਮੈਨੂੰ ਸੋਚੋ ਕਿ ਕਿਆ ਤੁਸੀਂ, ਅਗਰ ਜੇ ਤੁਸੀਂ ਵੀਜ਼ਾ ਅਫਸਰ ਹੁੰਦੇ, ਤੁਸੀਂ ਦਿੰਦੇ ਵੀਜ਼ਾ? ਆਈ ਡਾਊਟ ਇਟ। ਅਲਟੀਮੇਟਲੀ ਮਾਏ ਗੈਸ ਨਹੀਂ ਹੈ, ਮੇਰਾ ਪੱਕਾ ਮੈਨੂੰ ਭਰੋਸਾ ਯਕੀਨ ਹੈ ਕਿ ਦਿਸ ਇਜ਼ ਦੀ ਓਨਲੀ ਰੀਜ਼ਨ ਵਾਈ ਯੋਰ ਵਰਕ ਵੀਜ਼ਾ ਵਾਸ ਰਿਫਿਊਜ਼ ਦਿਸ ਟਾਈਮ। ਦੁਬਾਰਾ ਤੁਸੀਂ ਲੈ ਕਰ ਦੁਬਾਰਾ ਆਪਣੀ ਆਪਣੇ ਫੰਡ ਨੂੰ ਸ਼ੋਅ ਕਰਕੇ ਯੂ ਹੈਵ ਟੂ ਰੀਅਪਲਾਈ। ਐਂਡ ਦੂਸਰੀ ਪ੍ਰੋਬਲਮ ਇੱਕ ਹੋਰ ਵੀ ਹੋ ਗਈ ਹੈ ਕਿ ਜਿਹੜਾ ਉਹ ਸਪੋਰਟ ਲੈਟਰ ਹੈ, ਉਹ ਸਪੋਰਟ ਲੈਟਰ ਔਗਸਟ, ਮਿਡਲ ਆਫ ਔਗਸਟ ਵਿੱਚ ਐਕਸਪਾਇਰ ਕਰ ਗਿਆ ਹੈ। ਹੁਣ ਤੁਹਾਡੇ ਕੋਲ ਜਿਹੜਾ ਹੁਣ ਚਾਰਾ ਜਿਹੜਾ ਆਖਰੀ ਰੀਜ਼ਨ ਇਹ ਹੈ ਕਿ ਵੀ ਮੈਨੀਟੋਬਾ ਸਰਕਾਰ ਨੂੰ ਈਮੇਲ ਪਾਓ, ਉਹਨਾਂ ਨੂੰ ਕਹੋ ਕਿ ਭਾਈ ਸਾਹਿਬ ਛਮਾ ਕਰੋ, ਮੇਰੇ ਤੋਂ ਗਲਤੀ ਹੋ ਗਈ ਆ, ਵਰਕ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਅਤੇ ਇਸ ਕਰਕੇ ਮੈਨੂੰ ਇਹ ਦੁਬਾਰਾ ਤੁਸੀਂ ਲੈਟਰ ਇਸ਼ੂ ਕਰ ਦਿਓ, ਕਿਉਂਕਿ ਜਦ ਤੱਕ ਮੈਨੂੰ ਲੈਟਰ ਇਸ਼ੂ ਨਹੀਂ ਹੋਏਗਾ, ਮੈਂ ਦੁਕਾਨ ਕਿੱਦਾਂ ਖੋਲਾਂਗਾ ਅਤੇ ਕਿਸ ਤਰ੍ਹਾਂ ਮੈਂ ਕਰਾਂਗਾ। ਇਸ ਕਰਕੇ ਉਹ ਦੁਬਾਰਾ ਤੁਹਾਨੂੰ ਉਹਨਾਂ ਨੂੰ ਗੁਜ਼ਾਰਿਸ਼ ਕਰਨੀ ਹੀ ਪੈਗੀ, ਦੇਰ ਇਜ਼ ਨੋ ਅਦਰ ਵੇ ਆਊਟ। ਹੁਣ ਭਾਵੇਂ ਉਹ ਪਹਿਲਾ ਕੰਸਲਟੈਂਟ ਕਰੇ, ਦੂਸਰਾ ਕੰਸਲਟੈਂਟ ਕਰੇ, ਜਾਂ ਤੁਸੀਂ ਡਾਇਰੈਕਟਲੀ ਆਪਣੇ ਆਪ ਕਰ ਲਓ, ਤੁਹਾਡੀ ਆਪਣੀ ਸ਼ਰਧਾ ਹੈ, ਤੁਹਾਨੂੰ ਕਿਸੇ ਕੋਲ ਮਤਲਬ ਚੋਇਸ ਆਪਣੀ ਹੈ, ਜਿਹਦੇ ਤੋਂ ਕਰਾਉਣਾ ਹੈ ਕਰਾ ਲਓ। ਯੂ ਨੀਡ ਟੂ ਗੈਟ ਦੋਸ ਫਰੈਸ਼ ਸਪੋਰਟ ਲੈਟਰ ਐਂਡ ਆਸਕ ਦੇਮ ਐਟ ਲੀਸਟ ਫੋਰ, ਮੇ ਬੀ ਆਈ ਵੁੱਡ ਸੇ 4 to 5 months ਮੋਰ, ਕਿਉਂਕਿ ਹੋ ਸਕਦਾ ਕਿ ਦੁਬਾਰਾ ਰਿਫਿਊਜ਼ ਹੋ, ਦੈਨ ਯੂ ਹੈਵ ਟੂ ਅਪੀਲ ਅਗੇਨ ਐਂਡ ਸਮਥਿੰਗ। ਸੋ 3-4 ਮਹੀਨੇ ਦੀ ਗੁੰਜਾਇਸ਼ ਲੈ ਲਓ, ਜਿੱਦਾਂ ਹੀ ਮਿਲਦਾ ਹੈ, ਡੋਂਟ ਵੇਟ ਫੋਰ ਯੂ ਨੋ ਮੈਨੀ ਡੇਜ਼ ਔਰ ਮੈਨੀ ਮੰਥਸ, ਅੱਜ ਇਸ਼ੂ ਹੁੰਦਾ ਹੈ ਤਾਂ ਅਗਲੇ ਹਫ਼ਤੇ ਅਪਲਾਈ ਕਰੋ। And make sure that you have enough funds and then do a reapplication. Dusra mera shak hai is yakeen nal main kyun keh reha hai sab ke sufficient funds karke hi tada visa refuse hoya. Mera jo experience hai jo hai section 201b jehda regulation da ek section hai, ohde bare main
ਬਹੁਤ ਟਾਈਮ ਤੋਂ ਉਹਦੀ ਸਟੱਡੀ ਕਰ ਰਿਹਾ ਤੇ ਬਹੁਤ ਮੈਂ ਹਜ਼ਾਰੋਂ ਕੇਸਿਸ ਮੈਂ ਮਤਲਬ ਕਿ ਆਈ ਐਮ ਸੀਇੰਗ ਕੇਸਿਸ ਐਵਰੀ ਡੇ ਆਈ ਸੀ 2-3 ਕੇਸਿਸ ਆਲ ਦ ਕੇਸਿਸ ਵੇਅਰ ਦੇ ਹੈਵ ਇੰਪੋਜ਼ 200 ਸੈਕਸ਼ਨ ਮੋਰ ਲੈਸ ਮੰਨ ਕੇ ਚੱਲੋ ਕਿ ਦੇ ਆਰ ਨਾਟ ਸੈਟੀਸਫਾਈਡ ਕਿ ਜਿਹੜਾ ਐਪਲੀਕੈਂਟ ਜਾ ਰਿਹਾ ਇਹਦੇ ਕੋਲ ਪੈਸਾ ਰੋਕੜਾ ਹੈ ਵੀ ਹੈ ਕਿ ਨਹੀਂ ਇਹ ਖਰਚਾ ਕਿੱਥੋਂ ਕਰੇਗਾ ਸਰ ਮੈਂ ਇੱਕ ਗੱਲ ਪੁੱਛ ਸਕਦਾ ਤੁਸੀਂ ਇੱਕ ਨਹੀਂ ਹਜ਼ਾਰੋਂ ਪੁੱਛੋ ਮੈਂ ਤੁਹਾਡੇ ਲਈ ਬੈਠੇ ਹਾਂ ਇੱਕ ਹੁੰਦਾ ਪ੍ਰੋਸੀਜਰਲ ਫੇਅਰਨੈਸ ਲੈਟਰ ਅਗਰ ਇਸ ਸਟੇਜ ਵਿੱਚ ਹੈਗਾ ਸੀ ਮੇਰਾ ਕੇਸ ਤੇ ਕੀ ਇਮੀਗ੍ਰੇਸ਼ਨ ਆਫੀਸਰ ਮੇਰੇ ਫੰਡਸ ਦੇ ਰਿਲੇਸ਼ਨ ਵਿੱਚ ਅਗਰ ਕੋਈ ਉਹਨਾਂ ਦਿਮਾਗ ਵਿੱਚ ਤੇ ਇਸ ਸਟੇਜ ਵਿੱਚ ਕੀ ਕੈਨੇਡੀਅਨ ਇਮੀਗ੍ਰੇਸ਼ਨ ਆਫੀਸਰਸ ਦੀ ਇੱਕ ਬੰਦੀ ਹੈ ਕਿ ਨਹੀਂ ਕਿ ਉਹ ਇਸ ਨੂੰ ਕੁਸਚਨ ਨੂੰ ਅਰਾਈਜ਼ ਕਰਨ ਮੇਰੇ ਅੱਗੇ ਕਿ ਮੈਂ ਆਪਣੇ ਪਰੂਫ ਆਫ ਫੰਡਸ ਨੂੰ ਦੱਸਾਂ ਵਿੱਚ ਵਾਜ਼ ਅਨਫੋਰਚੁਨੇਟਲੀ ਸਜੀ ਤੁਹਾਡਾ ਜਵਾਬ ਬਹੁਤ ਅੱਛਾ ਹੈ ਤੁਸੀਂ ਮੇਰਾ ਆਨਸਰ ਸੁਣਨ ਨੂੰ ਤਿਆਰ ਹੋ ਜੀ ਜੀ ਠੀਕ ਹੈ ਸੋ ਡੋਂਟ ਮਾਈਂਡ ਅਗਰ ਜੇ ਬਿਕੋਜ਼ ਵੀ ਆਰ ਟਾਕਿੰਗ ਅਬਾਊਟ ਲਾਅ ਹੇਅਰ ਨਥਿੰਗ ਨਹੀਂ ਡੋਂਟ ਮਾਈਂਡ ਕਿ ਅਗਰ ਤੁਹਾਨੂੰ ਮੇਰੇ ਅਗਰ ਵਿਚਾਰ ਨਾਲ ਸਹਿਮਤ ਨਹੀਂ ਹੋ ਦੈਟਸ ਓਕੇ ਵੀ ਐਗਰੀ ਲਾਈਕ ਦਿਸ ਦਿਸ ਇਜ਼ ਡੈਮੋਕ੍ਰੇਸੀ ਦੇਰ ਇਜ਼ ਨੋ ਯੂਨੈਨਿਮਿਟੀ ਹੋ ਸਕਦਾ ਕਿ ਦੋਨੋਂ ਦੋ ਕੰਸਲਟੈਂਟ ਆਪਸ ਵਿੱਚ ਮਤਲਬ ਤੁਸੀਂ ਪ੍ਰੋਸੀਜਰਲ ਫੇਅਰਨੈਸ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਪ੍ਰੋਸੀਜਰਲ ਫੇਅਰਨੈਸ ਦਿਖਾ ਰਿਹਾ ਇੱਥੇ ਦੇਖੋ ਸਕਰੀਨ ਤੇ ਨਜ਼ਰ ਆ ਰਿਹਾ ਜੀ ਨਜ਼ਰ ਆ ਰਿਹਾ ਤੁਹਾਨੂੰ ਪੂਰਾ ਹਾਂ ਆ ਰਿਹਾ ਥੋੜਾ ਬਤਾ ਰਿਹਾ ਠੀਕ ਹੈ ਸੋ ਪ੍ਰੋਸੀਜਰਲ ਫੇਅਰਨੈਸ ਦਾ ਮਤਲਬ ਉਹ ਠੀਕ ਹੈ ਕਿ ਪ੍ਰੋਸੀਜਰਲ ਫੇਅਰਨੈਸ ਹੈ ਕਿ ਵੀ ਇੱਕ ਰਾਈਟ ਟੂ ਫੇਅਰ ਐਂਡ ਇੰਪਾਰਸ਼ਲ ਡਿਸੀਜਨ ਮੇਕਿੰਗ ਲਈ ਤੁਹਾਨੂੰ ਪਹਿਲਾਂ ਇੱਕ ਚਿੱਠੀ ਭੇਜਦੇ ਆ ਕਿ ਵੀ ਤੁਸੀਂ ਵਿਦ ਇਨ ਫਿਊ ਡੇਜ਼ ਸਾਨੂੰ ਦੱਸ ਦਿਓ ਕਿ ਵੀ ਕੀ ਕਰਨਾ ਕਿਸ ਤਰ੍ਹਾਂ ਕਰਨਾ ਅਦਰਵਾਈਜ਼ ਵੀ ਆਰ ਲੁਕਿੰਗ ਟੂ ਡਿਨਾਈ ਦਾ ਐਪਲੀਕੇਸ਼ਨ ਪਰ ਇਹ ਪ੍ਰੋਸੀਜਰਲ ਫੇਅਰਨੈਸ ਲੈਟਰ ਦਾ ਤੁਹਾਡਾ ਮਸਲਾ ਬਿਲਕੁਲ ਨਹੀਂ ਹੈ ਪ੍ਰੋਸੀਜਰਲ ਫੇਅਰਨੈਸ ਵਿੱਚ ਤੇ ਮੇਰਾ ਤੁਹਾਨੂੰ ਇੱਕ ਵਾਰਨਿੰਗ ਦਿੰਦੇ ਆ ਕਿ ਜੇ ਤੁਸੀਂ ਅਗਰ ਇਹ ਡਾਕੂਮੈਂਟ ਨਹੀਂ ਦੱਸੇ ਤੇ ਅਸੀਂ ਤੁਹਾਨੂੰ ਬੈਨ ਕਰ ਦਿਆਂਗੇ ਫੋਰ ਐਗਜ਼ਾਮਪਲ ਠੀਕ ਹੈ ਤੁਹਾਨੂੰ ਬੈਨ ਕਰ ਦਿਆਂਗੇ ਜਾਂ ਤੁਹਾਨੂੰ ਕਿਸੇ ਹੋਰ ਕੋਈ ਕੁਛ ਹੋਰ ਵੀ ਕੋਈ ਪੈਨਲਟੀ ਕਰ ਦਿਆਂਗੇ ਤੁਹਾਨੂੰ ਯੂ نو ਵਟ ਏਵਰ ਬਟ ਦ ਵੀਜ਼ਾ ਆਫੀਸਰ ਹੈਜ਼ ਨੋ ਬਰਡਨ ਔਨ ਥੈਮ ਟੂ ਆਸਕ ਦ ਐਪਲੀਕੈਂਟ ਕਿ ਮੈਨੂੰ ਖੁਲਾਸਾ ਕਰੋ ਰਿਕੁਆਇਰਮੈਂਟ ਜੋ ਹੈ ਜੋ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੈ ਚੈੱਕਲਿਸਟ ਹੈ ਹਰ ਇੱਕ ਚੈੱਕਲਿਸਟ ਡਾਕੂਮੈਂਟ ਦੀ ਰਿਕੁਆਇਰਮੈਂਟ ਫਾਰਮ ਦੇ ਨਾਲ ਜੁੜੀ ਹੋਈ ਹੈ ਵਟ ਐਵਰ ਯੂ ਵਾਂਟ ਟੂ ਅਪਲਾਈ ਵੈਦਰ ਯੂ ਵਾਂਟ ਟੂ ਅਪਲਾਈ ਫਾਰ ਅ ਵਰਕ ਵੀਜ਼ਾ ਸਟੱਡੀ ਵੀਜ਼ਾ ਵਿਜ਼ਟਰ ਵੀਜ਼ਾ ਬਲਾ ਵੀਜ਼ਾ ਐਨੀ ਵੀਜ਼ਾ ਸਾਰੇ ਦੀ ਚੈੱਕਲਿਸਟ ਪ੍ਰੋਪਰਲੀ ਸਾਇੰਟੀਫਿਕਲੀ ਪ੍ਰੋਪਰਲੀ ਟ੍ਰਾਂਸਪੇਰੈਂਟਲੀ ਦਿੱਤੀ ਹੋਈ ਹੈ ਯੂ ਨੀਡ ਟੂ ਫੋਲੋ ਦ ਚੈੱਕਲਿਸਟ ਅਗਰ ਚੈੱਕਲਿਸਟ ਤੁਸੀਂ ਨਹੀਂ ਫੋਲੋ ਕਰਦੇ ਫੋਰ ਵਟ ਐਵਰ ਰੀਜ਼ਨ ਮੇ ਬੀ ਯੂ ਆਰ ਇਗਨੋਰੈਂਟ ਔਰ ਕੰਸਰਨ ਨਹੀਂ ਦੱਸਿਆ ਇਟ ਇਜ਼ ਨਾਟ ਦੀ ਰਿਸਪੋਂਸਿਬਿਲਟੀ ਆਫ ਦ ਵੀਜ਼ਾ ਆਫਿਸਰ ਕਿ ਤੁਹਾਨੂੰ ਕਹੀਏ ਭਾਈ ਸਾਹਿਬ ਤੁਸੀਂ ਭੁੱਲ ਗਏ ਹੋ ਮੈਨੂੰ ਦੇ ਦਿਓ ਸੋਰੀ ਦੇ ਡੋਂਟ ਹੈਵ ਟਾਈਮ ਐਂਡ ਇਟ ਇਜ਼ ਨਾਟ ਦ ਰਿਸਪੋਂਸਿਬਿਲਟੀ ਕਿ ਤੁਹਾਨੂੰ ਕਹੀਏ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾ ਰਿਹਾ ਸਪੋਜ਼ ਕਿ ਕੋਈ ਇਨਸਾਨ ਸਟੱਡੀ ਵੀਜ਼ਾ ਅਪਲਾਈ ਕਰਦਾ ਹੈ ਸਟੱਡੀ ਵੀਜ਼ਾ ਦੀ ਰਿਕੁਆਇਰਮੈਂਟ ਬੜੀ ਸਾਫ਼ ਹੈ ਕਿ ਤੁਹਾਡੇ ਕੋਲ ਲੈਟਰ ਆਫ ਆਫਰ ਹੈ ਫਲਾਨਾ ਹੈ ਇੰਗਲਿਸ਼ ਹੈ ਬੈਂਕ ਫੰਡਸ ਹੈ ਵਗੈਰਾ ਵਗੈਰਾ ਯੂ ਨੋ ਦੇਰ ਇਜ਼ ਅ ਲੌਂਗ ਚੈੱਕਲਿਸਟ ਅਗਰ ਬਾਈ ਚਾਂਸ ਕੋਈ ਵੀ ਸਟੂਡੈਂਟ ਗਲਤੀ ਨਾਲ ਦਿਮਾਗ ਉਹਦਾ ਸ਼ਾਇਦ ਕਿਤੇ ਹੋਰ ਪਾਸੇ ਲੱਗਿਆ ਗਲਤੀ ਨਾਲ ਅਗਰ ਉਹ ਲੈਟਰ ਆਫ ਆਫਰ ਜਿਹੜਾ ਐਡਮਿਸ਼ਨ ਲੈਟਰ ਹੈ ਉਹ ਭੁੱਲ ਜਾਏ ਬਾਕੀ ਸਾਰੇ ਹੈ ਬਾਕੀ ਉਹਦੇ ਕੋਲ ਕਰੋੜੋਂ ਰੁਪਏ ਹੈ ਬਾਕੀ ਆਈਲੈਟਸ ਅੱਛਾ ਹੈ ਸਭ ਕੁਛ ਹੈ ਲੇਕਿਨ ਤੁਸੀਂ ਮਤਲਬ ਇਹ ਸੋਚ ਰਹੇ ਹੋ ਕਿ ਵੀਜ਼ਾ ਆਫਿਸਰ ਕਹੇਗਾ ਕਿ ਭਾਈ ਸਾਹਿਬ ਤੁਸੀਂ ਭੁੱਲ ਗਏ ਹੋ ਕਰ ਦਿਓ ਨਹੀਂ ਤਾਂ ਮੈਂ ਰਿਫਿਊਜ਼ ਕਰਨ ਲੱਗਿਆ ਦੇ ਡੋਂਟ ਡੂ ਦਿਸ They don't do this. ਉਹ ਤੇ ਦੇਖਦੇ ਆ ਕਿ ਵੀ ਤੁਹਾਡੀ ਚੈੱਕਲਿਸਟ ਪੂਰੀ ਹੈ ਟਿਕ ਚੈੱਕ 1 ਚੈੱਕ 2 ਚੈੱਕ 3 ਚੈੱਕ ਟਿਕ 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 ਯੈਸ 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 ਕਰੈਕਟ ਵੀਜ਼ਾ ਗ੍ਰਾਂਟਡ ਬਸ ਜੇ ਟਿਕ 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 ਸੌਰੀ ਓ ਦੇਰ ਇਸ ਨਥਿੰਗ ਮਿਸਿੰਗ ਸੌਰੀ ਵੀ ਕੈਨਟ ਡੂ ਸੌਰੀ ਵੀਜ਼ਾ ਡਿਸਅਪਰੂਵਡ ਦੈਟਸ ਇਟ ਦੈਟਸ ਦ ਡਿਸੀਜਨ ਦੇ ਟੇਕ ਦੇ ਡੋਨਟ ਹੈਵ ਟਾਈਮ ਟੂ ਟਾਕ ਲਾਈਕ ਦਿਸ ਵੀ ਆਰ ਟਾਕਿੰਗ ਫਾਰ 1 ਆਵਰ ਔਰ ਡਿਸਕਸਿੰਗ ਦ ਕੇਸ ਸੋ ਅਲਟੀਮੇਟਲੀ ਦੈਟ ਇਸ ਵਾਟ ਇਟ ਇਸ ਨੋ ਦੈਟ ਇਸ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਮੈਨੂੰ ਐਟਲੀਸਟ ਜਿਹੜੇ ਬਾਰੇ ਵਿੱਚ ਮੈਨੂੰ ਨਹੀਂ ਪਤਾ ਸੀ ਐਟਲੀਸਟ ਯੂ ਹੈਵ ਸ਼ੋਨ ਮੀ ਦ ਰਾਈਟ ਥਿੰਗ ਸੇ ਇਹ ਵੀਜ਼ਾ ਆਫੀਸਰ ਦੀ ਗ੍ਰੇਟਨੈਸ ਹੈ ਕਿ ਐਟਲੀਸਟ ਹੀ ਹੈਜ਼ ਗਿਵਨ ਮੀ ਅ ਚਾਂਸ ਕਿ ਹੀ ਇਜ਼ ਨਾਟ ਪੁੱਟ ਐਨੀ ਅਦਰ ਉਹ ਉਹਨੇ ਮੈਨੂੰ ਇੱਕ ਚਾਂਸ ਹੋਰ ਦਿੱਤਾ ਹੈ ਕਿ ਐਟਲੀਸਟ ਯੂ ਕੈਨ ਰੀਅਪਲਾਈ ਦੈਟ ਇਜ਼ ਗ੍ਰੇਟਨੈਸ ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਇਹ ਕਹਾਂਗਾ ਕਿ ਉਹਦੀ ਪਹਿਲਾਂ ਮੈਂ ਸੋਚਦਾ ਸੀ ਕਿ ਉਹਨੂੰ ਮੈਨੂੰ ਲਿਖਣਾ ਚਾਹੀਦਾ ਸੀ ਬਟ ਹੁਣ ਜਦ ਤੁਸੀਂ ਮੈਨੂੰ ਉਹ ਦਿਖਾਇਆ ਹੈ ਤਾਂ ਪਿਕਚਰ ਐਗਜੈਕਟ ਸਾਹਮਣੇ ਕੀਤੀ ਹੈ ਤੇ ਆਈ ਐਗਰੀ ਕਿ ਹਿਜ਼ ਗ੍ਰੇਟਨੈਸ ਹੀ ਹੈਜ਼ ਗਿਵਨ ਮੀ ਅ ਚਾਂਸ ਟੂ ਰੀਅਪਲਾਈ
सर जी मैं उसके बारे भी थोड़ा सा मेरा धंधा की है, मेरा बिजनेस की है, तो मैं 2 मिनट लेके दस दिया कि मेरा बिजनेस है कि लोगों की अखां खोलना, लोगों नू शीशा दिखाना कि तुहानू अपने बारे अपने स्ट्रेंथ एंड वीकनेस वीजा पॉइंट ऑफ व्यू पता लगे, सो यू कैन टेक सम एक्शन ऑन योर ओन। मेरा कतई ये कम नहीं है कि कई लोग कहते कि आ लो जी अमरजोत जी पैसे फड़ो जी मेरा वीजा लगा दो, मैं कहा भाई साहब सत श्री अकाल मेरा कम नहीं है, मेरे कोई वीजा मशीन नहीं है, ठीक है। सो माई जॉब इज टू रिसर्च इन्वेस्टिगेट लुक एट सम केसेस, अगर जो मैं किस चीज का नहीं पता देन आई विल टेल one day I will research about something and then I'll get back to you. My job is to find out the reality and show you the reality so that you can improve your own case and get successful. So that is my aim here. दूसरी चीज ये है कि भी जिन्हें भी consultant हैं या lawyers हैं, पावे वो lawyer है या ICCRC है या non ICCRC कोई भी है, there is absolutely no guarantee कि हर एक नू हर एक चीज़ आप पता होए, ठीक है। कई बार ये सारा बिजनेस है, दुकानदारी है, जिस तरह पहला भी तुहानू कह चुके हैं कि भाई अगर मेरी दुकान है नेहरू प्लेस कनॉट प्लेस दुकान है, मैं भी लाया बोर्ड के फलाना जी वीजा सर्विस फलाना सर्विस आ जाओ, कोई क्लाइंट आएगा जी मैं अगर बिजनेस कमाना है जो पैसे लेने हैं, तो मैं भी हर एक कह देंगे जी लग जाएगा हो जाएगा कर देंगे, without even taking time to discuss and inform and educate and something, because we are trying to make maximum money. The problem is ke when the client just like you agar je tuhanu puri knowledge nahi hai je tuhanu agar reject ho jayega udi parpai kaun karega, uda nuksan kaun lega, uda nuksan kaun chalega, matlab ke what is the value of that refusal. Hun tusi frustrated hokar itthe baithe ho, इस वक्त तुसी हुन कनेडा जाने की तैयारी करनी सी या व्हाटएवर कुछ है, हुन तुसी इत्थे बैठे हो आराम नाल, हैड यू बीन इनफॉर्म्ड एंड एजुकेटेड अबाउट इट, आई थिंक थिंग्स वुड हैव बीन डिफरेंट राइट नाउ। सो आई ऑलवेज टेल पीपल दैट तुसी कानून दे बारे पढ़ो, एजुकेशन लो, उन्हों स्टडी करो, एवरीथिंग इज ट्रांसपेरेंटली लिस्टेड ऑन द कैनेडियन इमीग्रेशन वैबसाइट। इस तरह नहीं कि जिस तरह मैं चिड़ी तुम्हें दिखाई है, इस तरह है नहीं कि भाई मैंने कुछ खास पता है बाकी इन्होंने पता नहीं है। आई एम ओपनली टेलिंग पीपल दिस इज वॉट इट इज, गो एंड चेक इट आउट एंड रीड इट ऑन योर ओन। तो जाके जब तुम कंसल्टेंट इमीग्रेशन लॉयर को जाओगे, सब तो पहली चीज़ उन्होंने सब मैं तुम्हें नहीं सारी दुनिया में कह रहा है कि सब तो पहली चीज़ तुम्हें करनी चाहिए है कि भाई कंसल्टेंट साहब गुड मॉर्निंग थैंक यू वेरी मच, इस तो पहला कुछ करिए कैन वी डिस्कस अबाउट दिस केस एंड रिक्वायरमेंट्स फर्स्ट for at least half an hour, 1 hour, then we can do something. That is the ideal way and that is what you should do. So, gal unne itthe khadi hai ke you need to, in your case, you need to get the support letter one more time and then, reapply for this, one more time. And that's how you'll get it before it becomes to medical. Kuch tusi dekh lena, unna to check kar lena, koi is tarah te nahi, koi expiry date ho, you need to tell the Manitoba government ke pata nahi Manitoba government nu pata hai ki tada refuse ho gaya sir, un hum mails vagar hum karanga aaj ki recently refuse hoya hai, to I am just going through my process ki main kis tarah kara aur ki kara, ek do din se pura disappointment tuch nikal rahe hain mere, you know, recent experience hai ekdam, so absolutely ye bhi ek wajah shayad 1% which I do not know 1% वजह यह भी हो सकती है कि पहली गल तो यह साफ है कि तुसी पैसे नहीं लाए, अपने लिक्विड फंड्स नहीं लाए, नंबर वन ये तो बहुत बड़ा एक ब्लैक स्पॉट है नज़र आ रहा है मैंने जरा कि दिस इज़ अ वेरी पॉसिबल रीजन। नंबर दूसरा ये भी हो सकता है कि अजकल कोविड चल रहा है, कोरोना वायरस चल रहा है हर जगह, इतनी फ्लाइटा चल नहीं रही है रेगुलर अनलेस एसेंशियल परपज फ्लाइट चल नहीं रही, दैट इज ऑल्सो अ 1% possibility के इतना जरूरी नहीं है उन्होंने समझा कि तुहाडा आना इस वक्त बनता है। सो माई रिकमेंडेशन इज के तुसी वर्क परमिट अपना जो एडवाइजरी लेटर है दोबारा ले लो, उन्होंने मैनिटोबा लिख दो कि इस वक्त जेडे रेगुलर वर्क परमिट एप्लीकेशन है दे डू नॉट फॉल अंडर एसेंशियल ट्रैवल एडवाइजरी बाय द इमीग्रेशन, सो कैन यू गिव मी योर time, let's say can you give me 6 months, so we are hoping maybe after, which I don't know, maybe December or January flights wada khul jaange, then I'm looking to, I'll be more comfortable in applying at that time, not right now, not in October, not in November, ye bhi tusi unhanu zarur guzarish
Right. This is the perfect thing you told me, sir. और कोई मेरे लिए कोई कोई हुकम कोई कोई सेवा या कोई सवाल? नो सर, नो नो एब्सोल्युटली जड़ी कंफ्यूजन सी हो तो ना गल करने तो बाद बहुत हद तक क्लियर हो गया एंड आई कुड कंक्लूजन कि इन्नी जड़ी मेरी स्टडी सी इन्ना कुछ करने तो बाद भी वाया मैं समझ नहीं आ रही थी मैं कितने शॉर्टकमिंग से गया ने तोड़े ना गल करके एटलीस्ट मैं यह जरूर पता लगे कि कितने साढ़े को गलती हुई है उन्होंने किस तरह सुधारिया जा सकता है और वह की तरीका एंड दैट्स वर्थ दैट वर्थ टॉकिंग टू यू सर. आखिरी आखिरी सवाल मेरा तुहानू सिर्फ इतना है कि आई विश यू बेस्ट ऑफ लक फॉर कैनेडा. आई नो यू गेव गुड गुड ओपिनियन अबाउट कैनेडा. आई हैव बीन लिविंग कैनेडा फॉर पास्ट 13 इयर्स. मैंने 13 साल हो गए थे रहते हुए. सो व्हाटएवर यू सेड इज आई टेक इट विद अ यू नो विद अ ग्रेन ऑफ थैंकफुलनेस एंड यू नो कैनेडा इज कैनेडा. ऑफ कोर्स आई हैव सीन अमेरिका आल्सो. मैं अमेरिका सारा घूमया पूरा. I mean, you can go to any country, whether it's America, Canada, or something, you know, or maybe something countries like Switzerland or something. But especially jere Indian log hain, Indian, especially Punjabi and Indian log hain, jab tak wo Canada nahi aande, tab tak unhanu moksh mukti nahi mildi unhanu. Jere andar atma di mukti hundi na, kai baar asi teerth sthan jande hain, kadi udhar jande hain, jisse immigration da sawal hai. अगर इमीग्रेशन लई अगर किसी ने इंडिया तो बाहर जाना है वो फिर सोचते हैं कि भी अमेरिका का ग्रीन कार्ड मिल जाए या इंग्लैंड का वो मिल जाए या स्विट्जरलैंड पक्के हो जाइए. जिन आई हैव सो मेनी कॉल्स. आई कैन नॉट टेल यू. आई हैव सो मेनी पीपल हु आर कॉलिंग मी फ्रॉम स्विट्जरलैंड फ्रॉम जर्मनी इवन फ्रॉम ऑस्ट्रेलिया जेडे उत्थे पक्के हो गए जिन्हों को उत्थे दा पीआर है पासपोर्ट है वो कहते भाई साहब कुछ भी हो जाए जब तक कनेडा का मेरा वीजा नहीं लग्या तद तक मैं चैन नहीं आएगा. कनेडा जी कशिश ही इस तरह है पता अजीब एक कशिश है. सो अल्टीमेटली दैट्स व्हाट इट इज. बाकी जेडे तुहाडे कंसल्टेंट है जिन्होंने वर्क परमिट अप्लाई किया सी जेड़ा जेड़ा रिफ्यूज हो गया उन्होंने नाल तुसी डिस्कस किया उन्होंने की राय निकली हुन व्हाट इज ही सेइंग नाउ? दे हैव स्टार्टेड कोऑपरेटिंग विद मी फ्रॉम टुडे. दो दिन ते असी कंफ्यूज ही रहे की किया जाए दो तीन दिन हुन जीसीएमएस नोट्स वगैरह उन्होंने को मंगवाए ने ते अगे जो भी स्टेप होंदा वी आर टॉकिंग टू देम. I'll go to them tomorrow again and उन्होंने बोलूँगा कि भी मैनिटोबा जो भी है मेल वगैरह पानी किस तरह किया जाए की किया जाए उधर वर्किंग शुरू करा सर कल परसों तो मैं दोबारा. ठीक है चलो. थैंक यू वेरी मच फॉर योर टाइम एंड आई अप्रिशिएट योर कॉन्फिडेंस डेट यू हैव शोड मी एंड वन ऑफ द थिंग्स दैट आई वुड लाइक यू नो लॉट ऑफ पीपल आर वॉचिंग दिस डिस्कशन स्पेशली पीपल हु आर फ्रॉम बिग सिटीज. They know who I'm talking about. मैंने कई बार लोग कॉल कर चुके मैं उन्होंने नाम नहीं लियांगा किसी का. वो मेरे तो नाराज भी होंगे हैं कि भाई मेरे को 2 करोड़ है जी मेरे को 5 करोड़ है तुसी मेरा केस क्यों नहीं लेंगे. कई लोगों का यह ख्याल है कि जी मेरे को जिस तरह इंडिया जे उन्होंने दुकान चल रही है शोरूम चल रहा है कुछ फैक्ट्री चल रही है वो कहें जी मेरे को 4 करोड़ कैश है मेरा केस लाओ तुसी. मैं उन्होंने कहना कि भाई मैं नहीं लाना ताडा केस क्योंकि ये सारे स्टैप जेडे तुसी स्टैप दसे ये सारे स्टैप हाली कंप्लीट होने से बहुत दिल्ली दूर है. ये सारा करोगे पहला एक्सप्लोरेटरी वीजा लोगे फिर देखोगे. उन्हों का मन च यह है कि भाई मेरे को पैसा है मैं पैसा छड़ना है तो तुम मेरा करा के दे दो मैं कोई करने की कोई लोड़ नहीं. सो आई विथ योर डिस्कशन आई वॉन्ट टू टेल दोज पीपल के नहीं सारा पहला होमवर्क बहुत ग्राउंडवर्क बहुत जरूरी है. इस ग्राउंडवर्क के बगैर कुछ नहीं होना. सो आई अप्रीशिएट योर टेलिंग ऑल दिस एंड आई दिलो मैं तुम्हें धन्यवाद करता थैंक यू करना कि तुम मैं सारा ये दस्या लोगों को भी पता लगे कि कितनी मेहनत की लोड़ होंगी है. सो नाइस ऑफ यू एकदम ठीक बोल रहे हो और थोड़ी गाइडेंस बहुत परफेक्ट रही है एंड इट इज अ प्लेजर टॉकिंग टू यू सर. थैंक यू सर. थैंक यू सर. सत श्री अकाल.